अदवा लाड़ू चपला पढ़ा दे मैंने चपला इधर टब च रख लो बापू पैर पैर रख लो टब च ले बापू गोपाल ले आ करा आ गया चाह पिया हाँ इतने बह जा इतने बह जा इतने तेरी बारी आती है बह जा इतने वाहेगुरु जी का खालसा वाहेगुरु जी की फतेह सारे फतेह बुलाओ काका वाहेगुरु जी का खालसा वाहेगुरु जी की फतेह अज असी बापू बजुर्गों वास्ते जिहड़े नवें जोड़े बूटां दे उन्हां भैणां ते भरावां ने वीरां ने साड्यां ने साडे पहुंचदे कीते सी नवें कैंपस कंपनी दे बूट लए आ इस बार असी सारे बजुर्गों वास्ते काले रंग दे बिना फीतियां तों ਤੇ ਉਹ ਅੱਜ ਪਹਿਨਾਉਣ ਲੱਗੇ ਆ ਜੀ ਸਵੇਰ ਦੇ ਸਾਰੇ ਦੇ ਪਹਿਲਾਂ ਇਸ਼ਨਾਨ ਕਰਾ ਕੇ ਸਾਰਿਆਂ ਦੇ ਬਾਪੂ ਹੁਣਾਂ ਦੇ ਉਸ ਤੋਂ ਬਾਅਦ ਹੁਣ ਪੈਰ ਧੋ ਧੋ ਕੇ ਜਰਾਬਾਂ ਪਾ ਕੇ ਬੂਟ ਪਾ ਕੇ ਕਿਉਂਕਿ ਹੁਣ ਜਿਹੜੀ ਠੰਡ ਆ ਨਾ ਠੰਡ ਵਧਣ ਲੱਗ ਗਈ ਆ ਹੁਣ ਜਿਹੜੀ ਠੰਡ ਆਉਂਦੀ ਜਾਂ ਜਾਂਦੀ ਮਾਰ ਕਰਦੀ ਹੁੰਦੀ ਆ ਤੇ ਅਸੀਂ ਆਪਣੇ ਵੱਲੋਂ ਪੂਰੇ ਯਤਨ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਵੀ ਹਰ ਚੀਜ਼ ਦਾ ਜਿਹੜਾ ਵਕਤ ਦੇ ਨਾਲ ਹੀ ਸਮੇਂ ਦੇ ਨਾਲ ਹੀ ਪ੍ਰਬੰਧ ਕੀਤਾ ਜਾ ਸਕੇ ਤੇ ਹੁਣ ਬਾਪੂ ਜੀ ਹੁਣਾਂ ਨੂੰ ਅੱਜ ਅਸੀਂ ਨਵੇਂ ਬੂਟ ਪਵਾ ਕੇ ਪੈਰ ਧੋ ਕੇ ਸਾਫ਼ ਕਰਕੇ ਅੱਗੇ ਹਰ ਸਾਲ ਦੀ ਤਰ੍ਹਾਂ ਐਗਤੀ ਇਹ ਸੇਵਾ ਸ਼ੁਰੂ ਕਰੀ ਆ ਸ਼ੁਰੂਆਤ ਬਾਪੂ ਗੋਪਾਲ ਹੁਣਾਂ ਦੀ ਜਿਨ੍ਹਾਂ ਦੇ ਪੈਰ ਦੇਖੋ ਟੁੱਟ ਕੇ ਕਿੱਥੇ ਚਲੇ ਗਏ ਸੀਗੇ ਆ ਬਾਪੂ ਦਾ ਅੰਗੂਠਾ ਰੇਹੜੀ ਰੋੜਦਾ ਸੀ ਜਿਹੜੀ ਉਹਦੇ ਵਾਲੀ ਗੋਹੇ ਦੀ ਭਰੀ ਹੋਈ ਜਿਵੇਂ ਭੱਠੇ ਵਾਲਿਆਂ ਕੋਲ ਰੇਹੜੀ ਹੁੰਦੀ ਆ ਨਾ ਇੱਕ ਟਾਇਰ ਵਾਲੀ ਉਸ ਰੇਹੜੀ ਨੂੰ ਬਾਪੂ ਹਰ ਰੋਜ਼ ਰੋੜਦਾ ਸੀਗਾ ਤੇ ਉਸ ਰੇਹੜੀ ਦਾ ਜਿਹੜਾ ਊੜਣਾ ਹੁੰਦਾ ਜਿਹੜੇ ਵੀਰ ਭਰਾ ਜਾਣਦੇ ਨੇ ਪਿੰਡੂ ਬੰਦੇ ਨੇ ਸਾਰੇ ਊੜਣਾ ਕੀ ਹੁੰਦਾ ਉਹਦੇ ਜਿਹੜਾ ਥੱਲੇ ਜਦੋਂ ਰੇਹੜੀ ਨੂੰ ਆਪਾਂ ਰੱਖ ਦਿੰਦੇ ਹਾਂ ਉਹਦੀਆਂ ਦੋ ਲੱਤਾਂ ਹੁੰਦੀਆਂ ਉਹ ਲੱਤ ਦੇ ਵਿੱਚ ਬਾਪੂ ਦਾ ਪੈਰ ਵੱਜਦਾ ਰਹਿੰਦਾ ਸੀ ਰੋਜ਼ ਜਦੋਂ ਰੋੜਦਾ ਸੀ ਨਾ ਉਹਦੀਆਂ ਜਿਹੜੀਆਂ ਬਾਹਾਂ ਸੀ ਉਹ ਬਹੁਤ ਛੋਟੀਆਂ ਸੀ ਤੇ ਬਾਪੂ ਦਾ ਪੈਰ ਬਿਲਕੁਲ ਉਹਦੇ ਕੋਲੇ ਚਲੇ ਜਾਂਦਾ ਸੀਗਾ ਤੇ ਇਹ ਪੈਰ ਉਹਦੇ ਵਿੱਚ ਵੱਜੀ ਜਾਂਦਾ ਸੀ ਏਦਾਂ ਹਰ ਰੋਜ਼ ਅੰਗੂਠਾ ਵੱਜ ਵੱਜ ਕੇ ਟੁੱਟ ਕੇ ਦੇਖੋ ਕਿੱਥੇ ਚਲਿਆ ਗਿਆ ਤੇ 40 ਸਾਲ 42 ਸਾਲ ਆਹ ਅੰਗੂਠੇ ਤੇ ਤਸ਼ੱਦਤ ਹੁੰਦਾ ਹੀ ਰਿਹਾ ਉੱਪਰ ਬਾਪੂ ਦੇ ਸਿਰ ਤੇ ਮੂੰਹ ਤੇ ਹੁੰਦਾ ਰਿਹਾ ਲੱਤਾਂ ਮਾਰਦਾ ਸੀ ਕੁੱਟਦਾ ਸੀ ਜੁੱਤੀਆਂ ਮਾਰਦਾ ਸੀ ਚਾਬੀ ਮਾਰੀ ਪਾਨਾ ਮਾਰਿਆ ਜੋ ਹੱਥ 'ਚ ਆ ਗਿਆ ਉਹੀ ਮਾਰਦਾ ਸੀ ਤੇ ਅੱਜ ਉਹਦੀ ਹਾਲਤ ਵੀ ਦੇਖ ਲਿਓ ਪਤਾ ਕਰ ਲਿਓ ਬਾਕਰ ਵਾਲਾ ਪਿੰਡ ਆ ਧਰਮਕੋਟ ਦੇ ਕੋਲੇ ਮੋਗੇ ਜ਼ਿਲ੍ਹੇ 'ਚ ਮੁਖਤਿਆਰ ਸਿੰਘ ਚੱਕੀ ਵਾਲੇ ਦਾ ਤੁਸੀਂ ਅੱਜ ਜੇ ਹਾਲਾਤ ਪਤਾ ਕਰੋ ਵੀ ਉਹ ਕਿਹੜੇ ਹਾਲਾਤਾਂ 'ਚ ਆ ਤੇ ਇੱਥੋਂ ਸਾਨੂੰ ਸਬਕ ਮਿਲਦਾ ਵੀ ਕਰਨੀ ਭਰਨੀ ਇੱਥੇ ਹੀ ਪੈਂਦੀ ਆ ਜਿਹੜੇ ਲੈਣੇ ਦੇਣੇ ਦੇ ਚੱਕਰ ਆ ਉਹ ਕੋਈ ਉੱਤੇ ਜਾ ਕੇ ਉੱਤੇ ਨਹੀਂ ਕਹਿੰਦੇ ਨਰਕ ਉੱਤੇ ਆ ਜੀ ਉਹ ਘਲਾੜਿਆਂ 'ਚ ਪੀੜ ਦਿੰਦੇ ਆ ਜੀ ਉਹ ਜੀ ਗਰਮ ਸਲਾਖਾਂ ਦੇ ਨਾਲ ਪੀੜ ਦਿੰਦੇ ਆ ਜੀ ਹੁਣ ਭਰਾਵੋ ਇੰਨੀ ਪਾਪੂਲੇਸ਼ਨ ਹੋ ਗਈ ਆ ਰੱਬ ਕੋਲੇ ਵੀ ਇੰਨਾ ਸਮਾਂ ਨਹੀਂ ਵੀ ਉੱਪਰ ਸੱਦ ਕੇ ਆਪਾਂ ਨੂੰ ਸਜ਼ਾ ਦੇਵੇ ਇੱਥੇ ਹੀ ਥੱਲੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹ ਸੱਚੇ ਪਾਤਸ਼ਾਹ ਨੇ ਕੀਤੀਆਂ ਹੋਈਆਂ ਗਲਤੀਆਂ ਦੀ ਸਜ਼ਾਵਾਂ ਸਾਨੂੰ ਇੱਥੇ ਹੀ ਦੇਣੀਆਂ ਇੱਥੇ ਹੀ ਭੁਗਤਣੀਆਂ ਪੈਣੀਆਂ ਸਾਨੂੰ ਸਾਰਿਆਂ ਨੂੰ ਇਸ ਕਰਕੇ ਸਾਨੂੰ ਇੱਕ ਦੂਸਰੇ ਦੀ ਜ਼ਿੰਦਗੀ 'ਚ ਝਾਤ ਮਾਰ ਕੇ ਇਸ ਚੀਜ਼ ਤੋਂ ਅੰਦਾਜ਼ਾ ਲਾਉਣਾ ਚਾਹੀਦਾ ਵੀ ਆਹ ਬੰਦੇ ਨੇ ਉਦੋਂ ਆਹ ਪਾਪ ਕੀਤਾ ਸੀਗਾ ਬੱਜਰ ਪਾਪ ਤੇ ਇਹਨੂੰ ਇਹਦੀ ਆਹ ਸਜ਼ਾ ਮਿਲੀ ਆ ਤੇ ਜਿਹੜੀਆਂ ਸਾਡੀਆਂ ਗਲਤੀਆਂ ਸੱਚੇ ਪਾਤਸ਼ਾਹ ਨੇ ਸਾਨੂੰ ਵੀ ਉਹਨਾਂ ਦੀ ਸਾਰੀ ਬਣਦੀ ਸਜ਼ਾ ਇੱਥੇ ਹੀ ਦੇਣੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਬਾਪੂ ਜੀ ਉਹਨਾਂ ਨੂੰ ਜਿਹੜਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਬਖਸ਼ਿਆ ਵੀ ਇਹਨਾਂ ਦੀ ਸੇਵਾ ਸੰਭਾਲ ਕਰਨ ਦੇ ਵਿੱਚ ਸਾਡੇ ਵੱਲੋਂ ਇਸ ਕਲਯੁਗੀ ਸਰੀਰਾਂ ਵੱਲੋਂ ਪੂਰੀ ਆਹ ਤੇਲ ਫੜਾਈ ਚੱਕ ਕੇ ਅੰਮ੍ਰਿਤਪਾਲ ਫੜਾ ਪੁੱਤ ਸਰੋਂ ਦਾ ਤੇਲ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੀ ਅੱਜ ਗੁਰੂ ਮਹਾਰਾਜ ਦੀ ਕਿਰਪਾ ਭਾਈ ਆਹੀ ਲਾ ਦੇ ਪੁੱਤ ਫਿਰ ਪਾਣੀ ਪੂੰਜਾਂਗੇ ਬਾਅਦ 'ਚ ਹੁਣ ਤੇਲ ਚੰਗੀ ਤਰ੍ਹਾਂ ਲੱਗ ਜੂਗਾ ਨਾ ਇੱਕ ਵਾਰੀ ਫਿਰ ਤੇਲ ਲਾ ਕੇ ਫਿਰ ਪਾਣੀ ਪਾ ਦਾਂਗੇ ਗਰਮ ਪੈਰਾਂ 'ਤੇ ਅਤੇ ਵਾਹਿਗੁਰੂ ਜੀ ਮਿਹਰ ਕਰਨ ਸੱਚੇ ਪਾਤਸ਼ਾਹ ਤੁਸੀਂ ਵੀ ਅਰਦਾਸ ਕਰਿਓ ਬਾਪੂ ਹੱਸੀ ਜਾਂਦਾ ਕਦੋਂ ਕਦੋਂ ਨਿਕਲਦੀਆਂ
ਇਹ ਜਿਨ੍ਹਾਂ ਨੇ ਸਾਡੀ ਪਿਛਲੇ ਸਾਲ ਵਾਲੀਆਂ ਵੀਡੀਓ ਦੇਖੀਆਂ ਹੋਣਗੀਆਂ ਬਾਪੂ ਹੁਣਾਂ ਦੇ ਜਦੋਂ ਪਾਉਂਦੇ ਸੀਗੇ ਤੇ ਉਦੋਂ ਵੀ ਹਰ ਸਾਲ ਅਸੀਂ ਐਂ ਬਾਪੂ ਹੱਸਦਾ ਹੁੰਦਾ ਤੇ ਅਸੀਂ ਬਾਪੂ ਦੇ ਪੈਰ 'ਚ ਕੁੱਤਕੁੱਤੀਆਂ ਕੱਢਦੇ ਹਾਂ ਪਿਛਲੇ ਸਾਲ ਵੀ ਐਂ ਹੀ ਕੱਢੀਆਂ ਸੀ ਐਂ ਹੀ ਕੱਢੀਆਂ ਸੀ ਬਾਪੂ ਖੁਸ਼ ਹਾਂ ਖੁਸ਼ ਹੈ ਹਾਂ ਸਰਪੰਚ ਆ ਕਿਵੇਂ ਆ ਫਿਰ ਮੇਮ ਆਈ ਸੀ ਮਿਲਣ ਹੈਨਾ ਦੱਸਦੇ ਸਾਰਿਆਂ ਨੂੰ ਕਿ ਮੇਮ ਆ ਕੇ ਗਈ ਹੈ ਮਿਲ ਕੇ ਗਈ ਸੀ ਨਾ ਕੀ ਕਹਿੰਦੀ ਸੀ ਉਹ ਠੀਕ ਆ ਕਹਿੰਦੇ ਹਨਾ ਕਹਿੰਦੇ ਮੱਝਾਂ ਵੀ ਠੀਕ ਆ ਆਪਣੀਆਂ ਗਾਵਾਂ ਵੀ ਠੀਕ ਆ ਉੱਥੇ ਸਾਰੀਆਂ ਹਨਾ ਵਾਹਿਗੁਰੂ ਜੀ ਇੱਕ ਦਿਨ ਇੱਥੇ ਸਾਡੇ ਕੋਲੇ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਉਹ ਭੈਣ ਹੋਣਾ ਦਾ ਵੀਰੇ ਹੋਣਾ ਦਾ ਜਿਹੜੇ ਹਨਾ ਆਪਣੇ ਉਸ ਮਾਂ ਵਰਗੀ ਲੇਡੀ ਨੂੰ ਇੱਥੇ ਲੈ ਕੇ ਆਏ ਸੀਗੇ ਮੈਨੂੰ ਤਾਂ ਉਹਦਾ ਨਾਂ ਵੀ ਨਹੀਂ ਲੈਣਾ ਆਉਂਦਾ ਵਿਚਾਰੀ ਦਾ ਪਤਾ ਨਹੀਂ ਕੀ ਨਾਂ ਸੀਗਾ ਬੜਾ ਔਖਾ ਜਿਹਾ ਨਾਂ ਸੀ ਤੇ ਉਦਣ ਉਹ ਇੱਥੇ ਆ ਗਏ ਹਨਾ ਭੈਣ ਉਹ ਮੈਨੂੰ ਲੱਗਦਾ ਸੀਗੇ ਯੂਕੇ ਦੇ ਸੀਗੇ ਹਨਾ ਉੱਥੋਂ ਦੇ ਬੋਰਨ ਉਹ ਤੇ ਅਸੀਂ ਖੜੇ ਉਹਨਾਂ ਨਾਲ ਗੱਲਾਂ ਕਰੀ ਜਾਂਦੇ ਸੀ ਇੱਥੇ ਮੈਂ ਧਿਆਨ ਨਹੀਂ ਦਿੱਤਾ ਤੇ ਸਰਪੰਚ ਸਾਹਿਬ ਨੇ ਦੇਖ ਲਿਆ ਕਿਤੇ ਵੀ ਇੱਦਾਂ ਮੇਮ ਆਈ ਹੋਈ ਹੈ ਨਾ ਇਹ ਉਹਦੇ ਆਲੇ ਦੁਆਲੇ ਇੱਦਾਂ ਗੇੜੇ ਦੇ ਹੀ ਜਾਵੇ ਇਹਨੂੰ ਐਂ ਲੱਗਿਆ ਵੀ ਕਹਿੰਦੀ ਜਿਹੜੀ ਮੇਮ ਦੀ ਮੇਰੇ ਨਾਲ ਗੱਲ ਕਰਦੇ ਸੀਗੇ ਵੀ ਉਹੀ ਆ ਗਈ ਹੈ ਨਾ ਤੇ ਜਦੋਂ ਗੇੜੇ ਦੇਈ ਜਾਵੇ ਮੈਂ ਨੋਟਿਸ ਨਹੀਂ ਕੀਤਾ ਉਹਨੇ ਭੈਣ ਨੇ ਨੋਟਿਸ ਕੀਤਾ ਇੱਕ ਨੇ ਕਹਿੰਦੀ ਵੀਰੇ ਫਿਰ ਜਦੋਂ ਬਾਪੂ ਵੱਲ ਮੈਂ ਝਾਕਿਆ ਨੋਟਿਸ ਕੀਤਾ ਤੇ ਬਾਪੂ ਦੇ ਮੂੰਹ ਤੇ ਲਾਲੀ ਸੀ ਚਿਹਰੇ ਦੇ ਉੱਤੇ ਮੁਸਕਰਾਹਟ ਸੀ ਇੱਕ ਸ਼ਰਮਾਹਟ ਸੀ ਫਿਰ ਬਾਪੂ ਜੀ ਨੂੰ ਮਿਲਾਇਆ ਉਹਨੇ ਵੀ ਲੇਡੀ ਨੇ ਬਹੁਤ ਸਤਿਕਾਰ ਕੀਤਾ ਨਾ ਨਾਲ ਖੜ ਕੇ ਫੋਟੋਆਂ ਖਿਚਾਈਆਂ ਤੇ ਬਾਪੂ ਨੂੰ ਪੂਰੀ ਤਸੱਲੀ ਕਰਾਈ ਵੀ ਹਾਂ ਤੂੰ ਫਿਕਰ ਨਾ ਕਰ ਕਿਉਂਕਿ ਜਿਹੜਾ ਇਹਨੂੰ ਥੋਟ ਉਹ ਮਾਲਕਾਂ ਨੇ ਕੰਮ ਕਰਾਉਣ ਦੇ ਮਾਰਿਆਂ ਨੇ ਦਿੱਤਾ ਸੀਗਾ ਸਾਰੀ ਉਮਰ ਇਹ ਤੋਂ ਗੋਹਾ ਚੁਕਾਈ ਗਏ ਤੇ ਕਹੀ ਗਏ ਵੀ ਤੂੰ ਤੇਰਾ ਮੇਮ ਨਾਲ ਵਿਆਹ ਹੋ ਜਾਣਾ ਤੇ ਮੇਮ ਨਾਲ ਵਿਆਹ ਕਰ ਦੇਣਾ ਤੇ ਉਹ ਥੋਟ ਅਸੀਂ ਖੋਣ ਦਾ ਯਤਨ ਕੀਤਾ ਸੀਗਾ ਇੱਕ ਵਾਰੀ ਬਾਪੂ ਨੂੰ ਸ਼ੁਰੂ 'ਚ ਦੱਸਿਆ ਸੀ ਵੀ ਬਾਪੂ ਇਹ ਗੱਲ ਨਹੀਂ ਹੋਣੀ ਵੀ ਉਹ ਝੂਠ ਮਾਰਦੇ ਸੀ ਤਾਂ ਪਰ ਬਾਪੂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਹੀ ਹੋ ਗਿਆ ਉਸ ਤੋਂ ਬਾਅਦ ਬਾਪੂ ਚੁੱਪ ਚਾਪ ਰਹਿਣ ਲੱਗ ਗਿਆ ਤਾਂ ਫਿਰ ਡਾਕਟਰਾਂ ਨੇ ਕਿਹਾ ਵੀ ਮੇਮ ਤਾਂ ਸੱਦਣੀ ਹੀ ਪੈਣੀ ਆ ਹੈ ਨਾ ਫਿਰ ਅਸੀਂ ਚਿੱਠੀਆਂ ਚੁੱਠੀਆਂ ਪਾ ਕੇ ਭਾਈ ਮਸਾਂ ਉਹਨੂੰ ਇੰਗਲੈਂਡ ਤੋਂ ਸੱਦਿਆ ਫਿਰ ਉਹ ਆ ਕੇ ਗਈ ਆ ਹੁਣ ਇਹਨੂੰ ਥੋੜੀ ਤਸੱਲੀ ਹੋ ਗਈ ਆ ਬਾਪੂ ਨੂੰ ਹੈ ਨਾ ਵੀ ਮੇਮ ਹੈਗੀ ਆ ਕੋਈ ਹੈ ਨਾ ਬਾਪੂ ਪਹਿਲਾਂ ਤਾਂ ਫੋਨ 'ਤੇ ਹੀ ਗੱਲ ਕਰਾ ਕਰੂ ਦਿੰਦੇ ਸੀ ਹੁਣ ਮਿਲ ਕੇ ਗਏ ਆ ਕੇ ਉਹ ਕਹਿੰਦੇ ਵੀ ਮੈਂ ਕਰਦੀ ਹਾਂ ਕੋਈ ਇੰਤਜ਼ਾਮ ਲੱਭਦੀ ਹਾਂ ਤੇਰੇ ਵਾਸਤੇ ਕੋਈ ਹੈ ਨਾ ਮੇਮ ਤੇ ਇੱਦਾਂ ਜੀ ਇਹ ਪਰਿਵਾਰ ਦੇ ਵਿੱਚ ਸਾਡੀ ਤੇ ਭੈਣਾਂ ਵੀ ਆ ਬਾਪੂ ਵੀ ਆ ਬਜ਼ੁਰਗ ਵੀ ਆ ਮਾਵਾਂ ਵੀ ਆ ਸਾਡੀਆਂ ਬੱਚੇ ਵੀ ਆ ਸਾਡੇ ਨੌਜਵਾਨ ਵੀਰ ਵੀ ਆ ਸਾਡੇ ਦੇਖੋ ਬਾਪੂ ਗੋਪਾਲ ਦੇ ਪੈਰ ਜਿਹੜੇ ਕਿਸੇ ਟਾਈਮ ਗੋਹੇ ਨਾਲ ਗੰਦ ਨਾਲ ਲਿਬੜੇ ਰਹਿੰਦੇ ਸੀ ਤੂੜੀ ਦੇ ਉੱਤੇ ਸੌਂਦਾ ਸੀ ਬਾਪੂ ਅੱਜ ਉਹੀ ਪੈਰ ਚਿੱਟੇ ਚਿੱਟੇ ਪਏ ਆ ਤੇ ਅੱਜ ਉਹੀ ਮੁਖਤਿਆਰ ਦੇ ਜਾ ਕੇ ਪੈਰ ਚੈੱਕ ਕਰਿਓ ਤੁਸੀਂ ਜਿਹੜੇ ਹਾਲਾਤ ਬਾਪੂ ਦੇ ਸੀ ਉਸ ਟਾਈਮ ਉਸ ਤੋਂ ਵੀ ਜ਼ਿਆਦਾ ਮਾੜੇ ਹੋਏ ਹੋਏ ਆ ਉਹਦੇ ਹੁਣ ਵਕਤ ਵਕਤ ਦੀ ਗੱਲ ਆ ਭਰਾਵੋ ਵਕਤ ਵਕਤ ਦੀ ਗੱਲ ਆ ਵਕਤ ਇੱਥੇ ਹੀ ਆ ਜਾਂਦਾ ਬਸ ਸਮਝਣ ਦੀ ਲੋੜ ਆ ਕਹਿੰਦੇ ਚੋਰ ਦੇ ਆ ਟੱਬ ਚੱਕਿਓ ਮਾੜਾ ਜਿਹਾ ਬਿੱਲ ਚੱਕ ਦੇ ਪਹਿਲਾਂ ਟੱਬ ਪੁੱਤ ਮੈਂ ਪਾ ਦਿੰਦਾ ਜਰਾ ਪਾਉਣਾ ਮੈਂ ਆ ਟੱਬ ਚੱਕ ਦੇ ਸਟੂਲ ਦੇ ਦਿਓ ਇਹਦਾ ਬਾਪੂ ਵਾਲਾ ਸਟੂਲ ਦਿਓ ਚੱਕ ਕੇ ਕਾਕੇ ਚੱਲ ਆ ਗਿਆ ਇੱਥੇ ਰੱਖ ਦੇ ਪੁੱਤ ਇੱਥੇ ਰੱਖ ਲਾ ਸਰਪੰਚ ਪਾ ਜਰਾ ਅੱਜ ਇਸ ਸਾਲ ਹਰਪ੍ਰੀਤ ਵੀ ਇੱਥੇ ਆਇਆ ਹੋਇਆ ਵਾ ਆ ਟੱਬ ਚੱਕ ਦੋ ਪੁੱਤ ਪੈਰ ਨਾਲ ਪਾਣੀ ਪੈ ਜਾ ਡੋਲ ਦੇ ਪਾਣੀ ਡੋਲ ਕੇ ਟੱਬ ਧੋ ਦੋ ਹਨਾ ਫਿਰ ਗਾਂਹ ਵਾਲੇ ਬਾਪੂ ਦੇ ਪੈਰ ਧੋਣੇ ਜਿਹੜੇ ਧੋਤੇ ਹੋਏ ਪਾਣੀ ਆ ਟੱਬ ਚ ਆਉਣ ਪੈਰ ਆ ਬੂਟ ਰੱਖ ਲਾ ਥੱਲੇ ਰੱਖ ਲਾ ਹਰਪ੍ਰੀਤ ਆ ਬੂਟ ਦੇ ਦੇ ਇੱਕ ਮੈਨੂੰ ਤੇ ਇਹ ਬੂਟ ਸਾਰੇ ਕੈਂਪਸ ਕੰਪਨੀ ਦੇ ਬੂਟ ਆ ਹਰ ਇੱਕ ਬੂਟਾਂ ਦੇ ਮਗਰ ਨੰਬਰ ਲੱਗਿਆ ਹੋਇਆ ਜਿਵੇਂ ਬਾਪੂ ਦਾ 3 ਨੰਬਰ ਆ ਗੋਪਾਲ ਬਾਪੂ ਦਾ ਹਨਾ 1 ਨੰਬਰ ਕੇਸਰ ਬਾਪੂ ਦਾ 2 ਨੰਬਰ ਸ਼ੁਕਲੇ ਬਾਬੇ ਦਾ ਵਾ ਤੇ ਇਹਨਾਂ ਦਾ 3 ਨੰਬਰ ਆ ਇਦਾਂ ਸਾਰਿਆਂ ਦੇ ਨੰਬਰ ਆ ਸਰਪੰਚ ਦਾ ਕਿੰਨਾ 4 ਇੱਧਰ ਸਰਪੰਚ ਦਾ 4 ਨੰਬਰ ਆ ਬੂਟ ਕਿੱਥੇ ਆ ਸਰਪੰਚ ਦੇ 4 ਨੰਬਰ ਆ ਹਨਾ ਇਹ ਕੀ ਹੋਊ ਲਿਸਟ ਦਿਖਾਈ ਪੁੱਤ ਬੂਟਾਂ ਵਾਲੀ ਜਿਹੜੀ ਬਣਾਈ ਆਪਾਂ ਉਹ ਵਾਲੀ ਵੱਡੀ ਆਹ ਲਿਸਟਾਂ ਬਣਾਈਆਂ ਅੱਗੇ ਆ ਜਾ ਇਹ ਲਿਸਟਾਂ ਸੀ ਨਾ ਸਾਡੇ ਜਿਹੜੇ ਹਾਲ ਬਣੇ ਆ ਦੋਨੇ ਪਾਸੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਇਹ ਲਿਸਟਾਂ ਵੱਡੀਆਂ ਕੱਢ ਕੇ ਲਾ ਦੇਣੀਆਂ ਇਹਦੇ ਉੱਤੇ ਹਰ ਇੱਕ ਬੰਦੇ ਦਾ ਨੰਬਰ ਲਿਖਿਆ ਦੇਖੋ ਆ ਬਾਪੂ ਗੋਪਾਲ ਦਾ ਰਮੇਸ਼ ਦਾ ਜਤਿੰਦਰ ਬਾਪੂ ਵੈਦਵਾਨ ਦਾ ਹਨਾ ਤਾਂ ਜੋ ਜਦੋਂ ਇਹ ਬਾਪੂ ਕਿਤੇ ਬੂਟ ਲਾ ਵੀ ਦੇਣ ਤਾਂ ਇਹਨਾਂ ਨੂੰ ਬੂਟ ਪਾਉਣ ਦੇ ਵਿੱਚ ਆਸਾਨੀ ਹੋ ਜਾਵੇ ਕੋਈ ਵੀ ਵਲੰਟੀਅਰ ਹੋਵੇ ਸਾਡਾ ਉਹ ਵੀ ਜਿਹੜੇ ਕਈ ਵਾਰੀ ਬਾਹਰੋਂ ਵਲੰਟੀਅਰ ਆ ਜਾਂਦੇ ਨੇ ਸੇਵਾ ਕਰਾਉਣ 10 ਦਿਨਾਂ ਵਾਸਤੇ 15 ਵਾਸਤੇ 5 ਵਾਸਤੇ ਹਨਾ ਨਵੇਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜਾ ਨੰਬਰ ਕਿਹਦਾ ਇਹ ਬੂਟ ਕਿਹਦੇ ਪਾਉਣਾ
ਹੁਣ ਆ ਜੋ ਚੱਪਲਾਂ ਪਹਿਲਾਂ ਆਹ ਪਾਈਆਂ ਸੀ ਗਰਮੀਆਂ ਸੀਗੀਆਂ ਹੁਣ ਸਾਰੀਆਂ ਚੱਪਲਾਂ ਲਹਾ ਕੇ ਅਸੀਂ ਸਾਰਿਆਂ ਦੇ ਆ ਜਾ ਬਾਪੂ ਤੇ ਅਸੀਂ ਹੈ ਟੱਕਦੇ ਕਰਦੇ ਸੈੱਟ ਕਰ ਜਰਾਬ ਠੀਕ ਕਰ ਲੈਣੇ ਕੋਈ ਨਾ ਇਹਦੇ ਬਾਪੂ ਦੇ ਨਾ ਉਂਗਲੀ ਜਿਹੜੀ ਬਿੰਗੀ ਹੋਈ ਉਹਦੇ ਕਰਕੇ ਲੱਗਦਾ ਉੱਥੇ ਜਰਾਬ ਦਾ ਬਲ ਨਾ ਪਿਆ ਹੋਵੇ ਠੀਕ ਕਰਾ ਨਹੀਂ ਤਾਂ ਫਿਰ ਇੱਕ ਨੰਬਰ ਵੱਡਾ ਇਸ਼ੂ ਕਰਵਾ ਦਿਓ ਅੱਛਾ ਬਾਪੂ ਗੋਪਾਲ ਨੂੰ ਬਾਪੂ ਜੀ ਕੁਰਸੀ ਤੇ ਬੈਠੋ ਉੱਥੇ ਆ ਜਾਓ ਬਾਪੂ ਜੀ ਤੁਸੀਂ ਆ ਜਾਓ ਗਿੰਦਰ ਮੋਹਨ ਬਾਬੇ ਆ ਜਾਓ ਨੀਰ ਜਾ ਕੇ ਬਹਿ ਜਾ ਚੱਲ ਨੀਰ ਇੱਧਰ ਆ ਜਾਓ ਬੈਠੋ ਗਿੰਦਰ ਮੋਹਨ ਬਾਪੂ ਆ ਪਕੌੜੀਆਂ ਰੱਖ ਦੇ ਬਾਪੂ ਬਾਅਦ ਚ ਖਾਲੀ ਲੋਈ ਲਾ ਕੇ ਰੱਖਿਆ ਨਾਲੇ ਕਾਕਾ ਵਲੰਟੀਅਰ ਲੋਈਆਂ ਲਾਈ ਚੱਲੋ ਨਾਲ ਦੀ ਨਾਲ ਇੱਕ ਬੰਦਾ ਇੱਧਰ ਆ ਜਾਓ ਵੀਰੇ ਸਾਰੇ ਇੱਧਰ ਚਲੇ ਗਏ ਤੁਸੀਂ ਇੱਧਰ ਆ ਤੂੰ ਆਪਣੇ ਕਾਕਾ ਡਾਕਟਰ ਸਾਹਿਬ ਆ ਦੇਖ ਆ ਗਿਆ ਗਿੰਦਰ ਮੋਹਨ ਬਾਪੂ ਗਿੰਦਰ ਮੋਹਨ ਬਾਬੇ ਇੱਥੇ ਬੈਠਾ ਕੇ ਬਾਪੂ ਸ਼ੁਕਲੇ ਬਾਬੇ ਤੂੰ ਤਾਂ ਬਹਿ ਜਾ ਤੂੰ ਬਹਿ ਜਾ ਹਜੇ ਸ਼ੁਕਲੇ ਬਾਬੇ ਦੇ ਪੈਰ ਉਹ ਦਊਗਾ ਪਾਲ ਚੱਲ ਆ ਜਾ ਇੱਥੇ ਆ ਜਾ ਬਾਬੇ ਆ ਜਾ ਨੀਰੇ ਆ ਟੱਬ ਦਿਓ ਪਾਣੀ ਦਾ ਪੁੱਤ ਇੱਥੇ ਡੋਲ ਦੇ ਇੱਥੇ ਪਰੇ ਨੂੰ ਕਰਕੇ ਪਰੇ ਨੂੰ ਕਰਕੇ ਪਰੇ ਨੂੰ ਕਰਕੇ ਇੱਥੇ ਰੋਕ ਲਾ ਬਾਪੂ ਇੱਥੇ ਲਾ ਲਓ ਸਭ ਕੀ ਲਾਉਣਾ ਦੁੱਧ ਇਹਦੇ ਰੱਖ ਵਿੱਚ ਇਹਦੇ ਪੁੱਤ ਆਹ ਪਜਾਮਾ ਚਾੜ ਲਾ ਤਾਂ ਇਹ ਸਾਡਾ ਨੀਰਜ ਪੁੱਤ ਆ ਯਾਰ ਨੀਰਜ ਦੇ ਤਾਂ ਖੁਸ਼ਕੀ ਨਹੀਂ ਜਾਂਦੀ ਕਿੰਨੇ ਸਾਲ ਹੋ ਗਏ ਇਹਦੇ ਖੁਸ਼ਕੀ ਚ ਖਤਮ ਹੀ ਨਹੀਂ ਹੋ ਰਹੀ ਮੂੰਹ ਵੀ ਇਹਦਾ ਚਿੱਟਾ ਹੱਥ ਵੀ ਚਿੱਟੇ ਬੜਾ ਜ਼ਿਆਦਾ ਹੁੰਦੇ ਆ ਕਿੰਨੀ ਆਪਾਂ ਉਹ ਲਾਉਂਦੇ ਹਾਂ ਵੈਸਲੀਨ ਜੀ ਵੀ ਇਹ ਬੱਚਾ ਨੀਰਜ ਆ ਜੀ ਸਾਡਾ ਤੇ ਨੀਰਜ ਨੂੰ ਵੀ ਤੁਸੀਂ ਜਾਣਦੇ ਹੋ ਦਰਾਹੇ ਢਾਬੇ ਤੇ ਸਾਨੂੰ ਮਿਲਿਆ ਸੀ ਇਹ ਬੱਚਾ ਉੱਥੇ ਕੋਈ ਇਹਨੂੰ ਛੱਡ ਗਿਆ ਸੀ ਬਾਹਰ ਬੈਠਾ ਰੋਈ ਜਾਂਦਾ ਸੀ ਢਾਬੇ ਤੇ ਬੈਠਾ 2016 ਦੀ ਗੱਲ ਆ ਤੇ ਇਹਦੇ ਨਾਲ ਬੱਚੇ ਨਾਲ ਬਹੁਤ ਹੀ ਕੁਕਰਮ ਹੋਇਆ ਹੋਇਆ ਸੀ ਬਹੁਤ ਹੀ ਵਿਚਾਰੇ ਨਾਲ ਕਰੀਬ ਕਾਫੀ 10 ਇਹ ਤੋਂ ਇੱਦਾਂ ਮੰਜੇ ਤੇ ਵੀ ਨਹੀਂ ਸੀ ਬੈਠ ਹੁੰਦਾ ਇੰਨੀ ਜ਼ਿਆਦਾ ਇਹਦੇ ਤੇ ਤਸ਼ੱਦਦ ਹੋਈ ਹੋਈ ਸੀ ਉਹਨਾਂ ਕਾਲ ਜੁਗੀ ਪਾਪੀਆਂ ਵੱਲੋਂ ਤੇ ਬਸ ਇਹਨੂੰ ਇੰਨਾ ਹੀ ਪਤਾ ਵੀ ਇਹਦਾ ਨਾਂ ਨੀਰਜ ਆ ਹੋਰ ਕੁਛ ਨਹੀਂ ਪਤਾ ਇਹਨੂੰ ਵੀ ਇਹ ਕੌਣ ਆ ਕਿੱਥੋਂ ਆ ਤੇ 8 ਸਾਲ ਹੋ ਗਏ ਇਹਨੂੰ ਸਾਡੇ ਕੋਲੇ ਮਹਾਰਾਜ ਦੀ ਕਿਰਪਾ ਹੁਣ ਤਾਂ ਸਾਡੇ ਨੀਰਜ ਦੇ ਦਾੜੀ ਆਉਣ ਲੱਗ ਗਈ ਮੁੱਛਾਂ ਵੀ ਆ ਗਈਆਂ ਮੁੱਛਾਂ ਵੀ ਆ ਗਈਆਂ ਦਾੜੀ ਵੀ ਆ ਗਈ ਨੀਰਜ ਤੋਂ ਬਾਬੂ ਜੀ ਬਣ ਗਿਆ ਐ ਨੀਰਜ ਇੱਧਰ ਗਿੰਦਰ ਮੋਹਨ ਬਾਪੂ ਜੀ ਆ ਹਰਪ੍ਰੀਤ ਉਹਨਾਂ ਨੇ ਪੈਰ ਧੋ ਰਿਹਾ ਇਹ ਬਾਪੂ ਜੀ ਦੇਖੋ ਅੱਖਾਂ ਤੋਂ ਬਲਾਈਂਡ ਸੀ ਫਰੀਦਕੋਟ ਸ਼ਹਿਰ ਦੇ ਵਿੱਚ ਰਾਜਿਆਂ ਦੇ ਸ਼ਹਿਰ 'ਚ ਬਾਪੂ ਘੁੰਮਦਾ ਸੀ ਬਲਾਈਂਡ ਅੱਖਾਂ ਤੋਂ ਕਿੰਨੇ ਟਾਈਮ ਤੋਂ 7-8 ਸਾਲਾਂ ਤੋਂ ਬਾਪੂ ਅੱਖਾਂ ਤੋਂ ਇਹਨਾਂ ਉਸ ਸ਼ਹਿਰ 'ਚ ਘੁੰਮਦਾ ਸੀ ਲੋਕਾਂ ਦੀਆਂ ਦੁਕਾਨਾਂ ਮੂਹਰੇ ਜਾਂਦਾ ਸੀ ਰੁੜਦਾ ਕੋਈ ਸਮੋਸਾ ਦੇ ਦਿੰਦਾ ਸੀ ਕੋਈ ਬ੍ਰੈਡ ਦੇ ਦਿੰਦਾ ਸੀ ਝੋਲੇ 'ਚ ਪਾ ਲੈਂਦਾ ਸੀ ਝੋਲਾ ਵਿੱਚ ਹੀ ਭਰਿਆ ਪਿਆ ਸੀ ਹੋਰ ਸਮਾਨ ਵਿੱਚ ਤੇ ਬਾਪੂ ਦਾ ਜਿਹੜਾ ਘਰ ਸੀਗਾ ਉਹ ਇੱਕ ਭੈਣ ਸੀ ਬਾਪੂ ਦੀ ਉਹ ਵੀ ਠੀਕ ਨਹੀਂ ਸੀ ਦਿਮਾਗੀ ਤੇ ਮਾਮਿਆਂ ਨੇ ਭੈਣ ਨੂੰ ਆਪਣੇ ਨਾਲ ਲੈ ਗਏ ਜਿਹੜਾ ਉਹਦੇ ਹਿੱਸੇ ਦਾ ਘਰ ਸੀ ਅੱਧਾ ਉਹ ਉਹਨਾਂ ਨੇ ਕਿਸੇ ਨੂੰ ਦੁਕਾਨ ਵਾਲੇ ਨੂੰ ਵੇਚਤਾ ਜਿਹੜਾ ਬਾਪੂ ਵਾਲਾ ਘਰ ਸੀ ਉਹਦੇ 'ਚ ਸਾਰੇ 'ਚ ਉਹਨਾਂ ਨੇ ਮਲਵਾ ਭਰਤਾ ਤੇ ਬਾਪੂ ਦਾ ਜਿਹੜਾ ਮੂਹਰਲਾ ਬਰਾਂਡਾ ਸੀਗਾ ਉਹਦੇ ਵਿੱਚ ਬੈਠ ਕੇ ਲੰਬਾ ਪੈ ਕੇ ਗਾਂਹ ਨਿਕਲ ਹੁੰਦਾ ਸੀਗਾ ਉਹਦੇ ਉੱਤੇ ਕੂੜੇ ਦਾ ਬਾਪੂ ਨੇ ਢੇਰ ਲਾਇਆ ਪਿਆ ਸੀ ਬਸ ਉਹਦੇ ਉੱਤੇ ਹੀ ਸੌਂਦਾ ਸੀ ਬਾਪੂ ਤੇ ਉਹ ਮਹਾਰਾਜ ਨੇ ਮਿਹਰ ਕੀਤੀ ਸੱਚੇ ਪਾਤਸ਼ਾਹ ਨੇ ਬਾਪੂ ਗਿੰਦਰ ਮੋਹਨ ਬਾਪੂ ਕਿਸੇ ਟਾਈਮ ਇਹ ਬਿਜਲੀ ਬੋਰਡ 'ਚ ਜੋਬ ਕਰਦਾ ਸੀ ਬਾਪੂ ਸਰਕਾਰੀ ਜੋਬ 'ਤੇ ਸੀਗਾ ਤੇ ਉੱਥੋਂ ਲੈ ਕੇ ਆਏ ਅੱਖਾਂ ਦਾ ਆਪਰੇਸ਼ਨ ਹੋਇਆ ਬਾਪੂ ਦਾ ਆਪਰੇਸ਼ਨ ਹੋਇਆ ਤੇ ਅੱਖਾਂ ਦਾ ਦੋਨਾਂ ਆਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਤੋਂ ਦਿਖਣ ਲੱਗ ਗਿਆ ਬਾਪੂ ਜੀ ਨੂੰ ਕੁਲਵੀਰ ਕਾਕੇ ਬਾਬੇ ਨੂੰ ਲਿਆ ਤੇ ਅੱਜ ਬਾਪੂ ਜੀ ਨੂੰ ਸਾਡੇ ਕੋਲ ਰਹਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਸੱਜੂ ਬਾਬੇ ਤੇ ਮਹਾਰਾਜ ਦੀ ਬੜੀ ਕਿਰਪਾ ਦੋਨੇ ਅੱਖਾਂ ਤੋਂ ਲੀਂਦਾ ਹੁਣ ਬਾਪੂ ਕਿਸੇ ਹੋਰ ਦੀਆਂ ਅੱਖਾਂ ਬਣਿਆ ਹੋਇਆ ਬਾਪੂ ਕੁਲਵੀਰ ਸਿੰਘ ਕਾਕਾ ਜੀ ਨੇ ਸਾਡੇ ਕੋਲ ਅੱਖਾਂ ਤੋਂ ਬਲਾਈਂਡ ਨੇ ਉਹਨਾਂ ਨੂੰ ਦਿਖਦਾ ਨਹੀਂ ਬਾਪੂ ਜੀ ਉਹਨਾਂ ਦੀ ਸਾਰਾ ਦਿਨ ਕੇਅਰ ਕਰਦੇ ਨੇ ਉਹਨਾਂ ਦੀਆਂ ਅੱਖਾਂ ਦਾ ਕੰਮ ਕਰਦੇ ਨੇ ਇੱਕ ਜਿਹੜਾ ਖੁਦ ਇੱਕ ਟਾਈਮ ਅੱਖਾਂ ਤੋਂ ਉਹਨਾਂ ਸੀ ਇਨਸਾਨ ਅੱਜ ਉਹ ਦੂਸਰੇ ਕਿਸੇ ਹੋਰ ਦੀਆਂ ਅੱਖਾਂ ਬਣ ਗਿਆ ਇਹ ਬੜੀ ਵੱਡੀ ਗੱਲ ਆ ਮਹਾਰਾਜ ਦੀ ਕਿਰਪਾ ਹੋਈ ਜਿਹੜੀ ਸੱਚੇ ਪਾਤਸ਼ਾਹ ਦੀ
नीरज ने भी उदों जदों आया सी पैरां दे उत्ते बहुत फोड़े फैंसियां सीगे ते पैर फटे हुए सी बेचारे दे हौली हौली रगड़ आराम ना 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 कर आराम ना हरप्रीत हां दुखना ही है बहुत कंडिया जी वाली है ना ते अज इधर साडा पाल लग्या होया शुकले बाबे दा ये शुकला बापा साडा ओह आ जी ने ये सेवा दा सूत्रधार बने शुकला बापू ये बंदा सी साडे जिहड़ा ढाबे ते आके डिग पिया सी पैरा लाई होया सी रुड़दा ही आया सीगा ते अज बापू दा इक पैर ते हाथ नहीं चलदा पर दूजा हाथ ते पैर आ जिहड़ा ओह प्रोपर काम करन लग करदा वा जिहदे नाल शुकला बाबा हुण धन्नवाद ओह डाक्टर दा बेचारे दा रामपुरे दा डाक्टर सीगा जिहड़ा आके इहदे बापू दे टीके उत्थे ला के जांदा सीगा ते ओह टीकियां ने इदां दा असर कीता क्योंकि दरंग होए नूं हजे एक दिन खनी जां दो दिन होए सीगे ते ओह टीके जिहड़े लाए बाई ने उहनां टीकियां ने शुकले बाबे नूं पैरां ते खड़ा करता ते बस सच्चे पातशाह कृपा करन बापू शुकला जिन्हां ने सानूं ਕਾਲ ਜੁਗੀਆਂ ਨੂੰ ਇੱਕ ਰੱਬ ਵਰਗੇ ਇਸ ਇਨਸਾਨ ਨੇ ਸਾਡੀ ਜ਼ਿੰਦਗੀ ਬਦਲਤੀ ਨਹੀਂ ਉਫੜਾ ਹੀ ਚੱਕ ਕੇ ਸਕੂਲ ਜਾਣਾ ਬੱਚਿਆਂ ਨੇ ਸਾਰਿਆਂ ਨੇ ਕਿੱਥੇ ਬੁਲਾ ਸਾਰਿਆਂ ਨੂੰ ਅਨਮੋਲ ਸਾਰਿਆਂ ਨੂੰ ਲਿਆ ਹਾਂ ਪੁੱਤ ਪਾਉਣੇ ਤੇਰੇ ਵੀ ਬੂਟ ਪਾਵਾਂਗੇ ਓਏ ਰਾਜਕੁਮਾਰ ਆ ਗਿਆ ਤੂੰ ਹਾਂ ਤੈਨੂੰ ਮੈਂ ਦਊਂਗਾ ਕੋਈ ਨਾ ਪਾ ਦਿੰਦਾ ਮੈਂ ਠੀਕ ਕਰਕੇ ਪਾ ਦਈਏ ਹੈ ਪਾ ਦਿੰਦੇ ਰਾਜਕੁਮਾਰ ਕੌਣ ਆ ਮੈਂ ਅੱਛਾ ਤੂੰ ਰਾਜਕੁਮਾਰ ਆ ਅਭੀ ਤੋਂ ਹੀ ਮੈਂ ਧੋ ਦਿੰਦਾ ਕੋਈ ਨਾ ਮੈਂ ਧੋ ਦਿੰਦਾ ਠੀਕ ਮੂੰਹ ਸਾਫ਼ ਕਰ ਲਾ ਹਾਂ ਵੈਰੀ ਗੁੱਡ ਬਰਫੀ ਕਿਹੜਾ ਮੂੰਹ ਖਾਊਗਾ ਆਹਾ ਮੂੰਹ ਖਾਊਗਾ ਬਾਲਟੀਆਂ ਗਰਮ ਪਾਣੀ ਪਵਾ ਕਾਕਾ ਇੱਧਰ ਹੁਣ ਜਿਹੜੇ ਬਾਪੂ ਜੀ ਹੁਣੀ ਬੈਠੇ ਨੇ ਸਾਰੇ ਇਹਨਾਂ ਨੂੰ ਵੀ ਅਸੀਂ ਟਰਨ ਬਾਏ ਟਰਨ गर्म आ भाई गर्म आ पानी हां ठीक है कि देख ना पहले हरप्रीत हां ठीक है पानी लिया ਪਾਣੀ ਠੰਡਾ ਪਾਣੀ ਪਾ ਥੋੜਾ ਜਿਹਾ ਚ ਨੀਲੀ ਬਾਲਟੀ ਚ ਤੇਲ ਫੜਾ ਦੇ ਚੱਕ ਕੇ ਮਾੜਾ ਮਾੜਾ ਲਾਈ ਹਰਪ੍ਰੀਤ ਬਾਲਾ ਨਾ ਲਾਈ ਵੀਰੇ ਸਾਰੇ ਜਾਣੇ ਤਾੜੀਆਂ ਮਾਰਿਓ ਕੁਸ਼ਲ ਕੁਮਾਰ ਜੀ ਪਹੁੰਚ ਗਏ ਨੇ ਜੀ ਤਾੜੀਆਂ ਦੇਖੋ ਜੀ ਤੁਸੀਂ ਲਾਈਵ ਚ ਦੇਖ ਰਹੇ ਹੋ ਇਹ ਬੰਦਾ 8:30 ਵਜੇ ਪਹੁੰਚਿਆ ਸਾਡੇ ਕੋਲੇ ਕੁਸ਼ਲ ਕੁਮਾਰ ਜੀ ਇਹਦੀ ਸਾਡੇ ਸਤਿ ਸ੍ਰੀ ਅਕਾਲ ਬਾਪੂ ਕਾਕੇ ਬਾਬੇ ਠੀਕ ਹੋ ਇਹਦੀ ਸਾਡੇ ਛੋਟੇ ਭਰਾ ਦੀ ਮੈਰਿਜ ਹੋਈ ਆ ਹੁਣੇ 2-3 ਮਹੀਨੇ ਪਹਿਲਾਂ 4 ਮਹੀਨੇ ਤੇ ਹੁਣ ਇੱਥੇ ਆਪਣੇ ਵਾਈਫ ਨੂੰ ਇਹ ਵੀਰ ਆਪਦੇ ਪਿੰਡੋਂ ਇੱਥੇ ਲੈ ਕੇ ਆਇਆ ਇੱਥੇ ਕਮਰਾ 2 ਕਿਰਾਏ ਤੇ ਲੈ ਕੇ ਤੇ ਉੱਥੇ ਇਹ ਵੀਰ ਰਹਿੰਦਾ ਵਾ
ਅਜੇ 10 ਦਿਨ ਪਹਿਲਾਂ ਹੀ ਇੱਥੇ ਹਾਂ ਕਰ ਦਿੰਨਾ ਮੈਂ ਹਵਾ ਭਰ ਦੂੰਗਾ ਮੈਂ ਹਵਾ ਭਰ ਦੂੰ ਠੀਕ ਹੈ ਰਾਜਕੁਮਾਰ ਮੈਂ ਭਰ ਕੇ ਦਿੰਨਾ ਪੁੱਤ ਆ ਪੈਰ ਪੁੰਜੀ ਪੁੱਤ ਨਹੀਂ ਰਹੇ ਦੇ ਟੱਬ ਚੱਕ ਦੇ ਥੱਲਿਓ ਟੱਬ ਚੱਕ ਦੇ ਰੂਮ ਸਤਨਾਮ 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 ਜੀ वाहेगुरु आहे गुरु जी सतनाम 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 जी टब चक दो थले टब धन्यवाद किका जी भी आ गए ने ताड़िया किके लिए भी बन दिया बई सारे ने ताड़िया मारो किके बाई ले हां बापू आ इत्थे बिठाना तेनों एक मिनट बस एक मिनट बापू जी नीरज दे नवे बूट है नीरज नीरज नवे बूट पाऊगा साडा नीरज नीरज साडा नवे नवे बूट पाऊगा गुरुद्वारा साहब जो जाना जराबा सारे ने लाउनी है अच्छा बलंटी ने दो जने दी ड्यूटी ला देनी उथे कितना सोहना लगदा नीरज तेरी नु आ जा इधर इधर ही लंगे जा बापू काके जा जा जी काके बाबे इधर आ मेरे कोले ओरे आ जा इधर दी हां बापू जी नु दिखाई नहीं दंदा हुने जा तो फिर मिलके चला जाना चा हुने पिलाउने बापू पैर धो के फिर चा पिलाउने अच्छा बह जा काके बाबे इथे दिखाई नहीं दिंदा बापू जी ए बी मनीष एह जिया जराबा पवा दो पतलिया मोटिया जराबा ना पवाओ अकालिया जो दिया ना ये दो हल्किया जराबा काके बाबे इतने रख ला पैर आ भी पैर बिच कर ला बाबे काके टब दे गिंदर मोहन बापू जी ना एदिया अखा बिल्ले पिछे हो जाए पुत यह बापू जी दिखाई नहीं दिता गा काके बाबे गिंदर मोहन बापू उन्हू पुछता सी तेन चाह मिल गई हूं तो मिल जूगी फिर मिलनी नहीं कहना चाह जाने के अखा बनिया होया देखो एक दूसरे की एक ब्लाइंड बंदा किदा जिहड़ा खुद पहला किसी टाइम ब्लाइंड हुंदा सी वह सपोर्ट करता वा अज गुरु महाराज की कृपा सच्चे पातशाह दी विगिंदर बापू विगिंदर मोहन बापू अज अपनी अखां नाल देख पा रहा देखो अठ साल का कोई मुल आ जिहड़े अठ साल बापू ने अखां तो अन्ने होके कढे उहदा की मुल आ वह कौन आ जिम्मेवार लोग जिन्हां ने बापू नू इन्हां हालातां दे विच जिउण लई छड्ड दित्ता अपने कोई खर्चा नहीं आया सी कैंप दे विच कराया सी 2500 रुपया एक अख का खर्चा आया सीगा अज ये 5000 रुपए पिछे बापू अखां तो ना होके 8 साल घूमदा रहा अपने नू अंदर रख लो बलदेव नू बलदेव नू अंदर लै चलो बलदेव चल अंदर अंदर ले चल बलदेव नू ले चलो ले चलो सोनू भैन अभी आपे दे दांगे तू बैठ जा मेरी भैन जाके बह जा आपे दे दांगे बह जा मेरी भैन अनमोल बच्चे कित्थे आ बुला बच्चे नू सारे नू इधर मोटी जराब किसी तो नहीं पानी हजे मोटी जराब थोड़ा जा हजे अगे पावे जनवरी तक जाके अकालिया जराबा इन्होंने चार चार पांच पांच जोड़े ला दो हरेक नू चार चार पांच पांच जोड़े ना हल्किया जराबा नहीं पतलिया जी उन्होंने ला दो हरेक बापू वास्ते पांच पांच जोड़े नंबर पा के ना उत्ते बाबे कुतकुतियां निकल दी कुतकुतियां कुलवीर काके बाबे थले नू कर मूंह बाहर तां नू ना करया कर 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 काके काके बाबे मैल लैंदी है बापू मैल आ सारी ना जम्मी हुई है उत्ते चिट्टा चिट्टा जिहा
ਆਹਾਂ ਬਾਪੂ ਪੈਰ ਵੱਢਿਆ ਗਿਆ ਸੀ ਹੈਗਾ ਮੇਰੇ ਕੋਲ ਤਾਂ ਪਤਾ ਨਹੀਂ ਮੇਰੇ ਹੱਥ 'ਚ ਇਹ ਕਿਵੇਂ ਵੱਢਿਆ ਗਿਆ ਸੀ ਸਾਰਾ ਹੀ ਵੱਢਿਆ ਹੋਇਆ ਆਹ ਪੈਰ ਵੀ ਤੇ ਆਹ ਪੈਰ ਵੀ ਬਾਪੂ ਉਂਗਲ ਹੈ ਨੀ ਚੀਚੀ ਇਹਦੀ ਵੀ ਉਰਿਆ ਸਾਹਿਬ ਜੋਤ ਰਿਹਾ ਕੀ ਕਹਿੰਦੇ ਮਾਮੂ ਉਰਿਆ ਇੱਥੇ ਕਿਵੇਂ ਮੇਰੀ ਧੀ ਸਕੂਲੇ ਜਾਣ ਲੱਗਣਾ ਹੁਣ ਤੂੰ ਅੱਛਾ ਕੌਣ ਲੈ ਕਾ ਤੂੰ ਗੁਬਾਰਾ ਖਰਾਬ ਹੋ ਗਿਆ ਕੋਈ ਨਵਾਂ ਦੇ ਦਾਂਗੇ ਤੈਨੂੰ ਪਾਰੀ ਦੇ ਦੇ ਮੈਨੂੰ ਤੈਨੂੰ ਨਵਾਂ ਗੁਬਾਰਾ ਦੇਊਂਗਾ ਸਾਹਿਬ ਜੋਤ ਆ ਸਾਡੀ ਤੂੰ ਹਨਾ ਤੈਨੂੰ ਸਕੂਲੇ ਵੀ ਪੜ੍ਹਨ ਲਾ ਦੇਣਾ ਮੈਂ ਹੁਣ ਅੱਛਾ ਜਾਇਆ ਕਰੇਂਗੀ ਨਾ ਸਕੂਲੇ ਬਾਲਾ ਪੜ੍ਹੇਂਗੀ ਨਾ ਪੜ੍ਹ ਕੇ ਕੀ ਬਣੇਗੀ ਫਿਰ ਅਫਸਰ ਬਣੇਗੀ ਵੱਡਾ ਅਫਸਰ ਬਣੇਗੀ ਸਾਹਿਬ ਜੋਤ ਸਾਡੀ ਵੱਡਾ ਅਫਸਰ ਬਣੂਗੀ ਬਾਈ ਵਾਹ ਬਾਈ ਵਾਹ ਸਾਡੀ ਸਾਹਿਬ ਜੋਤ ਸਹਿਬੋ ਮੇਰੀ ਸਹਿਬੋ ਆ ਇੱਕ ਜਾਕੀ ਕੋਈ ਨਾ ਮੈਂ ਤੈਨੂੰ ਗੁਬਾਰਾ ਦੇਊਂਗਾ ਅੱਛਾ ਭਰਾ ਕੇ ਦੇਊਂਗਾ ਨਵਾਂ ਗੁਬਾਰਾ ਮੇਰੇ ਕੋਲ ਪਿਆ ਵਾ ਤੈਨੂੰ ਬੱਤਕ ਦੇ ਦੇ ਡੱਕ ਡੱਕ ਦੇ ਵੱਡੀ ਡੱਕ ਦੇ ਦਾਂਗੇ ਤੇਰੇ ਜਿੱਡੀ ਤੇਰੇ ਨਾਲ ਹੀ ਪੈ ਜਾ ਕਰੂਗੀ ਫਿਰ ਹਨਾ ਜਦੋਂ ਤੈਨੂੰ ਰਾਤ ਨੂੰ ਠੁੰਗਾ ਮਾਰਿਆ ਕਰੂਗੀ ਉਹ ਇੰਨਾ ਫਿਰ ਤੂੰ ਭੱਜ ਲਿਆ ਕਰਨਾ ਬਿਸਤਰੇ ਚੋਂ ਨਿਕਲ ਕੇ ਫਿਰ ਤੂੰ ਕਿਆ ਕਰਨਾ ਮਾਮੂ ਮੈਨੂੰ ਤਾਂ ਡੱਕ ਨੇ ਦੰਦੀ ਵੱਡੀ ਫਿਰ ਮੈਂ ਕਹੂੰਗਾ ਤੈਨੂੰ ਹੁਣ ਵਧੀਆ ਵਧੀਆ ਦੰਦੀਆਂ ਵੱਢਣੀਆਂ ਆਈਆਂ ਤੂੰ ਨਾਲ ਪਾਇਆ ਸੀ ਉਹਨੂੰ ਫਿਰ ਉਹਨੇ ਬਿੱਠ ਕਰ ਦੇਣੀ ਤੇਰੇ ਮੰਜੇ ਦੇ ਉੱਪਰ ਹੀ ਪੋਟੀ ਕਰ ਦੇਣੀ ਉਹਨੇ ਫਿਰ ਤੇਰੇ ਮੰਜੇ ਦੇ ਉੱਪਰ ਹੀ ਇਹ ਸਾਡੀ ਸਾਹਿਬ ਜੋ ਤਾਂ ਬਾਲੀ ਸਿਆਣੀ ਆ ਇੱਕ ਇਹਨੇ ਤਾਂ ਡਾਈਪਰ ਲਾ ਦਿਆ ਕਰਨਾ ਨਾ ਬੱਤਕ ਦੇ ਹੋਰ ਸਾਹਿਬ ਜੋਤ ਉੱਥੇ ਕਿਹੜੀ ਕਲਾਸ ਚ ਪੜ੍ਹਦੀ ਸੀ ਤੂੰ ਇੱਥੇ ਪਹਿਲੀ ਕਲਾਸ ਚ ਪੜ੍ਹਦਾ ਹੁਣ ਤੇ ਜਦੋਂ ਮੈਡਮ ਪੜ੍ਹਾਉਂਦੀ ਹੁੰਦੀ ਆ ਤੂੰ ਪੜ੍ਹਦਾ ਹੁੰਦਾ ਨਾ ਇਹਨੂੰ ABC ਆਉਂਦੀ ਆ ਬੰਟੂ ਲਿਖਣੀ ਆਉਂਦੀ ਸਾਰੀ ਚੱਲ ਬੰਟੂ ਬੋਲ ਕੇ ਸੁਣਾ ਦੋ ਲਿਖ ਲੈਂਦਾ ਪੂਰੀ ਚੱਲ ਮੈਂ ਤੈਨੂੰ ਸੁਣਾਉਣਾ ਵਨ ਬੋਲ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਫਿਰ ਅੱਗੇ ਏਟ ਤੋਂ ਬਾਅਦ ਨਾਈਨ 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 ਤੋਂ ਬਾਅਦ ਟੈਨ ਨਾਈਨ ਤੋਂ ਬਾਅਦ ਟੈਨ ਠੀਕ ਆ ਇੱਦਾਂ ਹੁੰਦਾ ਫਿਰ ਟੈਨ ਤੋਂ ਬਾਅਦ ਅਲੈਵਨ ਫਿਰ ਟਵੈਲਵ ਫਿਰ ਥਰਟੀਨ ਫਿਰ ਫੋਰਟੀਨ ਫਿਰ ਸਿਕਸਟੀਨ ਫਿਰ ਸੈਵਨਟੀਨ ਇੱਦਾਂ ਹੁੰਦਾ ਅੱਛਾ ਜਦੋਂ ਨਵਾਉਂਦੇ ਹੁੰਦੇ ਆ ਨਾ ਮੈਲ ਚੰਗੀ ਤਰ੍ਹਾਂ ਨਾਲ ਲਹਾਇਆ ਕਰੋ ਰੋਮੀ ਜਦੋਂ ਨਵਾਉਂਦੇ ਹੁੰਦੇ ਆ ਨਾ ਮੈਲ ਇੱਕ ਚੰਗੀ ਤਰ੍ਹਾਂ ਨਾਲ ਲਾਇਆ ਕਰੋ ਬਾਪੂ ਯਾਰ ਇੱਥੇ ਮੈਲ ਲੱਗੀ ਹੋਈ ਇਹ ਹੋਣੀ ਨਹੀਂ ਚਾਹੀਦੀ ਜਦੋਂ ਆਪਾਂ ਰੋਜ਼ ਦਾ ਇਸ਼ਨਾਨ ਕਰਾਉਂਦੇ ਹਰ ਰੋਜ਼ ਡੇਲੀ ਫਿਰ ਮੈਲ ਲੱਗੀ ਨਹੀਂ ਰਹਿਣੀ ਚਾਹੀਦੀ ਜਮਾਂ ਹੀ ਚਾਹ ਪੀਣੀ ਆ ਉਹ ਬਾਪੂ ਕੁਲਵੀਰ ਕਾਕੇ ਨੂੰ ਇੱਕ ਚਾਹ ਲਿਆ ਕੇ ਦੇ ਨਾਲੇ ਇੱਕ ਬਨਾਨਾ ਪਕੌੜੀਆਂ ਦੀ ਪਲੇਟ ਤੇ ਇੱਕ ਚਾਹ ਬਾਪੂ ਨੇ ਪੈਰ ਧਵਾ ਕੇ ਫਿਰ ਚਾਹ ਪੀਣੀ ਆ ਚਾਹ ਛੱਬੀ ਨੰਬਰ ਦੀ ਅੱਗ ਤੇਲ ਕਰੀ ਕਾਕਾ ਹੋਰੇ ਨੂੰ ਹੈਗਾ 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 ਬਾਪੂ ਛੱਬੀ ਨੰਬਰ ਦੀ ਪੀਣੀ ਆ ਕਿ ਅਠਾਈ ਨੰਬਰ ਦੀ ਪੀਣੀ ਆ ਕਿ ਬੱਤੀ ਨੰਬਰ ਦੀ ਪੀਣੀ ਆ ਜਿਹੜੀ ਮਰਜ਼ੀ ਪੜਾ ਲਈਏ ਗੱਲ ਫਿਰ ਤੈਨੂੰ ਛੱਬੀ ਨੰਬਰ ਵਾਲੀ ਵੀ ਪਿਆਉਂਦੇ ਆ ਬਾਪੂ ਉੱਥੇ ਇੱਕ ਰੇਹੜੀ ਵਾਲਾ ਹੁੰਦਾ ਸੀ ਬਾਪੂ ਸਾਡੇ ਦਫ਼ਤਰ ਦੇ ਬਾਹਰ ਜਿੱਥੇ ਰਿਕਵਰੀ ਦਾ ਕੰਮ ਕਰਦੇ ਹੁੰਦੇ ਉਹ ਕਹਿੰਦਾ ਹੁੰਦਾ ਸੀ ਛੱਬੀ ਨੰਬਰ ਦੀ ਚਾਹ ਅਠਾਈ ਦੀ ਚਾਹ ਬੱਤੀ ਦੀ ਹਾਂ ਉਹ ਗੁਰਦਿੱਤੇ ਬਾਈ ਕੋਲ ਆ ਉਹ ਵੀਰੇ ਕੋਲ ਆ ਉਹਨਾਂ ਰੇਹੜੀ ਤੇ ਨੀ ਬੈਠਾ ਵੀਰਾ ਉਹਦੇ ਕੋਲ ਗੁਰਦਿੱਤੇ ਜਿਹੜੀ ਤੈਨੂੰ ਕੱਲ ਬਾਲ ਦਿੱਤੀ ਸੀ ਕਿੱਥੇ ਆ ਉਹ ਬਾਲ ਹੈਂ ਟੁੱਟ ਗਈ ਵਾਹ ਓਏ ਗੁਰਦਿੱਤੇ ਆ ਤੇਰੇ ਕਿਸੇ ਨੇ ਲੈ ਲਈ ਆ ਉਹ
चला गया फिर गेट ते बाहर चला गया वो मुंडा ले गया है तेन चाहिए थी वेरी बैड लेकर तो गया पैर चक ने ताबा पहला पता टेबल चक स्टूल पता चक के पिछे आ गोल्डन जिबा जिबा च हाथ गोल्ड पाके रख ऐ रखता गोल्डन हमेशा साडा जिबा दे विच हाथ मूह दे उत्ते बौसी है गोल्डन साडा हैगा गोल्डन बॉस कढ दे पत्थर साफ करने वाहिगुरु जी का खालसा अज यार बुलाई हो नहीं आके हैं कीमती कीमती भाई अज की हो गया सी चलो दोबारा बुलाओ सत श्री अकाल जगदीप गुरे तकनी खालसा वाहे वाहिगुरु जी का खालसा वाहिगुरु जी की फतेह जगदीप भैन रुकी एक मिनट अपनोरे इधर दिखाई अज जगदीप भैन ते रीवल इहदे नाल है ना आ रीवल दी ते जगदीप भैन दी तुसी वीडियो भी देखी सीगी ते अज जगदीप भैन ते रीवल दे वल झाकोगे तुहानू पता लगू इन्हां दा साथ इन्ना वधिया खड़ जा बापू जी खड़ जाओ पा जराबां पा उत्थे भी भैन ने रीवल नू ऐ रख्या होया सी अपने कोले जिवें पुत हुंदा वा इत्थे भी भैन हर रोज रीवल नू घुमाउणा ही घुमाउणा सवेरेओ ते शाम नू गेड़ा दबाउणा ही दबाउणा भैन ने रोटी भी यही पा के आउंदी दुध भी यही पा के आउंदे रीवल नू उधर साइड ते बन्निया होया वा सारा दिन ये भैन करीब दस गेड़े मार दी हो रीवल कोले ਕਿਵੇਂ ਭੈਣੇ ਰੀਵਲ ਠੀਕ ਆ ਤੱਕ ਜਾਂਦੀ ਆ ਇਹ ਭੱਜਦਾ ਬਾਹਲਾ ਨਾ ਹੁਣ ਹੋਰ ਜਗਦੀਪ ਗੁਰੇ ਤੱਕਣੀ ਆ ਠੀਕ ਆ ਹੁਣ ਲੈ ਆ ਕਢਾ ਲਿਆ ਗੇੜਾ ਮੈਨੂੰ ਸਦਮਾ ਹੋ ਗਿਆ ਸੀ ਮੇਰੇ ਡੈਡੀ ਹਾਂ ਬਾਪੂ ਦੀ ਡੈਥ ਤੋਂ ਬਾਅਦ ਕੋਈ ਨਾ ਫਿਰ ਕਿਉਂ ਮੈਨੂੰ ਵੀ ਮੇਰੇ ਪਾਪਾ ਦੀ ਡੈਥ ਤੋਂ ਬਾਅਦ ਹੋ ਗਿਆ ਸੀ ਸਦਮਾ ਹੋ ਜਾਂਦਾ ਹੁੰਦਾ ਕਿਉਂਕਿ ਮਾਂ ਬਾਪ ਨਾਲ ਆਪਣਾ ਪਿਆਰ ਹੀ ਇੰਨਾ ਹੁੰਦਾ ਹੈ ਨਾ ਕੋਈ ਨਾ ਹੁਣ ਇਹਨੂੰ ਠੀਕ ਘੁਮਾ ਕੇ ਲਿਆ देख ला सहम चुते किन्ना सोहना डॉगी सी उहदा नाम पता की है डॉगी दा की नाम दस्सिया सी मैं हुण लिया सी नाम रीवल ये डॉगी दा नाम हैगा सीगा रीवल पढ़ाई बूट इधरला भी बापू दा बापू काके वास्ते भी असीं चाह लै के आ जाके इक जणा काके बापू नूं चाह पिला दे पट्टी बन्नणी आ करदा बापू ठीक है बापू गुलाबी पग बनदा जिहड़ा गुलाबी पग वाला भाई है अंकल भाई ही होंगे हसे कि कढ़ा रहा ऐ नहीं कर ला मजाक वाली गल कर मजाक वाली गल कर ले चलो बापू इन काके बाबे हो चाह लेके आया मुंडा चाह पिला दे इधर बिठा लू बापू आ जा बापू आ जा इतने आ जा आ जा आ बॉकर इतने रख दे मैं मैं फड़ लैन तेन आ जा आ जा बकर इतनी ही तेरी कितने नहीं जाती बकर इतने कुर्सी से बह जा बापू मंत्री जी बैठो कुर्सी पे आप हाँ पट्टी भी बांधेंगे पैर भी धोएंगे बाबा सब करेंगे टब फड़ा जाके भाई नौवे स्कूल लगता ठीक है बापू चप्पल उतार दे बापू चप्पल उतार दे बिल्ले पजामा चाड़ता कोई ना बापू तेन ना बूट जेड़े तेरा पैर आ जिवें आ है ना इदां दे बूट कट के दे दांगे तेन पैर बूट दे विच पै जूगा बूट इदां दा देवांगे एक इहदे नाल तेरा पैर दुखूगा नहीं ठीक है बूट नूं ना मूहरों कट दांगे आपां करके पूरे कर
ਆਰਤੀ ਕਿਵੇਂ ਫਿਰ? ਆਰਤੀ ਕੀ ਲੱਗਿਆ ਤੇਰਾ? ਕਰੀਮ ਲਾਈ ਮੈਸਰੀਨ ਲਾਈ? ਮੰਨ ਲਾ ਪੁੱਤ ਨੂੰ ਐਨੀ ਕਾਹਤੋਂ ਲਾਈ, ਫਿਰ ਤੇ ਕੱਪੜਿਆਂ ਨੂੰ ਲੱਗ ਜਾਣੀ ਪੁੱਤ, ਮੂੰਹ ਤੇ ਲਾ ਮਾੜੀ ਮਾੜੀ ਗੱਲਾਂ ਤੇ, ਗੱਲਾਂ ਤੇ ਲਾਵਦੀਆਂ ਤੇ ਗੱਲਾਂ ਤੇ। ਹਾਂ ਹਾਂ ਲਾ ਲਾ ਮਾੜੇ ਨੂੰ ਚੰਗੀ ਤਰ੍ਹਾਂ ਗੱਲਾਂ ਨੂੰ, ਗੱਲਾਂ ਤੇ ਮਾਲ। ਹਾਂ ਗੱਲਾਂ ਮਾਲ ਲਾ, ਸ਼ਾਬਾਸ਼। ਅੰਗੂਠੇ ਤੇ ਲੱਗੀ ਜਿਹੜੀ, ਗੱਲਾਂ ਤੇ ਲਾ, ਗੱਲਾਂ ਤੇਰੀਆਂ ਫਟ ਹੀ ਜਾਂਦੀਆਂ। ਲਾਇਆ ਕਰ ਅਰਸ਼ਾ, ਲਾ ਲਾ ਇਧਰਲੀ ਗੱਲ ਤੇ ਵੀ ਲਾ ਪੁੱਤ। ਰੋਇਲ ਗਾਂਧੀ ਆ ਇਹ ਤਾਂ, ਹੱਥ ਤੇ ਲਾ ਦੰਤੀ ਨੇ ਇਹਦੇ ਮੂੰਹ ਤੇ ਮਲ ਚੰਗੀ ਤਰ੍ਹਾਂ ਨਾ, ਤੂੰ ਮਲ ਦੇ ਕੀਮਤੀ ਮਲ ਦੇ ਚੰਗੀ ਤਰ੍ਹਾਂ ਨਾ। ਆਹ ਦੇ ਪਈ ਬੈਸਲੀਨ ਹੋਰ, ਇਹ ਹੋਰ ਗੱਲਾਂ ਤੇ ਜ਼ਰੂਰ ਲਾ ਲਿਆ ਕਰ। ਤੁਸੀਂ ਵੀ ਲਾਓ ਸਾਰੇ ਜਿੱਦਾਂ ਦੇ ਖੁਸ਼ਕੀ ਹੈ, ਮੂੰਹ ਤੇ ਮਾੜੀ ਮਾੜੀ ਲਾਇਆ ਕਰੋ, ਉਹਦੇ ਵੀ ਲਾ। ਹਰਮਨ ਜੇਬਾਂ ਚ ਹੱਥ ਪਾਇਆ ਬੌਸੂ, ਜਿਹੜੀ ਬਾਲ ਸੀਗੀ ਤੇਰੀ ਉਹ ਸਹਿਮ ਜੋਤ ਦੀ ਬਾਲ ਚੱਕੀ ਦੇ ਨੇ, ਕੋਈ ਨਾ। ਅੱਛਾ ਫਿਰ ਕਿਸੇ ਹੋਰ ਨੂੰ ਦੇਤੀ ਇਹਨੇ ਬਾਲ, ਇਹ ਤੋਂ ਬਿਨਾਂ ਵਧੀਆ ਲੱਗਦਾ ਮੇਰੇ ਟੋਪੀ ਤੋਂ। ਨਹੀਂ ਨਹੀਂ ਠੀਕ, ਖੜ ਜਾ ਕੋਈ ਨਾ, ਆ ਜਾ ਖੜ ਜਾ ਹੁਣ, ਹੁਣ ਨਾ ਜਾ ਪੁੱਤ, ਆ ਜਾ। ਲੱਭੀ ਵੀ ਨੀ ਅੰਕਲ ਨੇ, ਅੰਕਲ ਕੀ ਕਹਿੰਦੇ ਹੈ ਨੀ ਗੀ ਹੈ, ਕਹਿੰਦੇ ਸੀ ਲੱਭਾਂਗੇ, ਲੱਭੀ ਨੀ ਫਿਰ ਉਹਨਾਂ ਨੇ, ਕੋਈ ਗੱਲ ਨੀ। ਮਨੀਸ਼ ਇਹਦੇ ਬਾਪੂ ਦੇ ਬੂਟ ਦੇਖ ਕਿੱਥੇ, ਇਹਦਾ ਬੂਟ ਕਿਹੜਾ ਆਊਗਾ ਬਾਪੂ ਦੇ, ਇੱਕ ਪੈਰ ਤੇ ਇਹਦਾ ਇੰਨਾ ਵਾ, ਜਾਂ ਤਾਂ ਇੱਦਾਂ ਦਾ ਹੋਊਗਾ ਵੀ ਇੱਕ ਪੈਰ ਹੈ, ਗੁਣਵਾਉਣੇ ਪੈਣੇ ਆ ਨਾ। ਜਿਹੜੇ ਬ੍ਰਸ਼ ਵਾਲਾ ਬੂਟ ਨਹੀਂ ਹੁੰਦਾ, ਐਂ ਪਾੜ ਕੇ ਬ੍ਰਸ਼ ਲਾ ਕੇ, ਬ੍ਰਸ਼ ਵਾਲਾ ਬੂਟ ਜਿਹੜਾ ਉਹ ਨਹੀਂ ਜੁੜ ਜਾਂਦੇ ਹੁੰਦੇ ਚਿਰੜ ਚਿਰੜ ਕਰਦੇ, ਹਾਂ ਹਾਂ ਹਾਂ, ਉਹ ਕੋਈ ਬੂਟ ਕੱਟ ਕੇ ਉਹ ਲਵਾ ਲਓ, ਚਾਹੇ ਬਾਪੂ ਨੂੰ ਗੱਡੀ ਚ ਬਿਠਾ ਕੇ ਲੈ ਜੀ ਨਾਲ, ਹਨਾ ਨਾਲ ਜਾ ਕੇ ਬਾਪੂ ਗੱਡੀ ਤੇ ਮੇਚਾ ਦੇ ਆ, ਉੱਥੇ ਦੋ ਜੋੜੇ ਤੈਨੂੰ ਨਵੇਂ ਬੂਟਾਂ ਦੇ ਬਣਵਾ, ਇੱਕ ਦੋ ਹੋਰ ਬੰਦੇ ਵੀ ਹੈਗੇ ਉਹਨਾਂ ਦੇ ਵੀ ਲੈ ਜੀ ਫਿਰ, ਇੱਕ ਕੇਸਰ ਬਾਪੂ ਦੇ ਬੂਟ ਬਣਵਾਉਣੇ, ਇੱਕ ਹੋਰ ਕਿਹਦੇ ਵੀ ਬਾਲੇ ਵੱਡੇ ਸੀ ਜਿਹੜੇ ਪਾਲੇ ਬਾਬੇ, ਹਾਂ ਤਿੰਨ ਕੁ ਬੰਦੇ ਆ ਹਰਪ੍ਰੀਤ, ਉਹਨਾਂ ਨੂੰ ਨਾਲ ਲਿਜਾ ਕੇ ਮੇਚਾ ਦੇ ਕੇ ਉੱਥੇ ਮੌਕੇ ਤੇ ਹੀ, ਉਹਨਾਂ ਦੇ ਪੰਜੇ ਚੌੜੇ ਆ ਬਾਲੇ, ਜਿਹਨਾਂ ਦੇ ਚੌੜੇ ਪੰਜੇ ਆ ਫਿਰ ਉਹਨਾਂ ਦੇ ਨਾ ਆਹ ਬੂਟ ਆਉਂਦੇ ਨੀ ਗੇ, ਨਿਕਲਦੀ ਨੀ ਤਾਂ ਵਧੀਆ ਫੁੱਟਬਾਲ ਸੀ ਉਹਦਾ, ਲੈ ਲਈ ਕੋਈ, ਤੈਨੂੰ ਮੈਂ ਹੋਰ ਲੱਭ ਕੇ ਦਊਂਗਾ, ਠੀਕ ਆ। ਹਾਂ ਕਰਾ ਦੋ ਬੱਚਿਆਂ ਨੂੰ ਨਾਸ਼ਤਾ, ਕਰਾਓ ਕਰਾਓ, ਬ੍ਰੇਕਫਾਸਟ ਕਰਾਇਆ ਸਾਰਿਆਂ ਨੇ ਕਿ ਨਹੀਂ, ਤੁਸੀਂ ਕਰਾਓ ਕੋਮਲ ਵੀਰ, ਤੁਹਾਡੀ ਜਿਹੜੀ ਡਿਊਟੀ ਆ ਨਾ, ਹਾਂ ਤੁਸੀਂ ਉਹ ਨੀ ਛੱਡਣੀ, ਚਲੋ ਬ੍ਰੇਕਫਾਸਟ ਕਰਕੇ ਸਾਰੇ ਆਇਓ ਇੱਥੇ ਮੇਰੇ ਕੋਲੇ, ਆਹ ਦਿਲਪ੍ਰੀਤ ਦਾ ਸੈੱਟ ਢੰਗ ਨਾਲ ਉੱਪਰ ਢਾਕ, ਅਨਮੋਲ ਬੂਟ ਨਹੀਂ ਆਏਗਾ, ਕੋਈ ਨਵਾਂ ਬਣਵਾ ਕੇ ਦੇਂਗੇ ਬੂਟ, ਠੀਕ ਆ, ਨਵਾਂ ਬੂਟ ਨਾ ਬਾਬਾ, ਅੱਛਾ ਸਾ ਬੂਟ ਬਣਵਾ ਕੇ ਦੇਂਗੇ, ਠੀਕ ਹੈ। ਜਿਹੜੇ ਬੰਦੇ ਨੂੰ ਲੈ ਕੇ ਆਉਣਾ ਉਹਦੀ ਪੱਗ ਪੁੱਗ ਠੀਕ ਕਰਕੇ ਸੈੱਟ ਕਰਕੇ ਦਾੜੀ ਤੇ ਹੱਥ ਫੇਰ ਕੇ ਫੇਰ ਲੈ ਕੇ ਆਉਣਾ ਬਹੁਤ, ਅੱਛਾ ਨਹੀਂ ਨਹੀਂ ਤੁਸੀਂ ਰਹਿਣ ਦਿਓ, ਹੁਣ ਰਹਿਣ ਦਿਓ, ਜਰਾਬਾਂ ਪਾ ਦਿਓ ਬਾਪੂ ਦੇ, ਜਰਾਬਾਂ ਪਵਾ ਕੇ ਸਲੀਪਰ ਆ ਜਿਹੜੇ ਦੂਜੇ ਉਹ ਵਾਲੇ ਨੀਲੇ ਦੇ ਜਿਹੇ ਜੇ, ਹਨਾ ਜਿਹਦੇ ਵਿੱਚ ਦੀ ਪੈਰ ਸਿੱਧਾ ਪੈ ਜਾਂਦਾ ਬਿਨਾਂ ਅੰਗੂਠੇ ਤੋਂ, ਉਹ ਪਵਾ ਦਿਓ ਤੇ ਇਹਨਾਂ ਦੇ ਅੱਜ ਬਣਵਾਉਣਾ ਦੇ ਕੇ ਆਉਂਦੇ ਆ, ਇਹ ਤਾਂ ਫਿਰ ਦੁਖੂਗਾ ਪੈਰ ਨਾ ਬਾਪੂ ਦਾ, ਆਪਾਂ ਸਿਰਫ ਹੁਣ ਫਾਰਮੈਲਿਟੀ ਨੂੰ ਥੋੜੀ ਪਵਾਉਣਾ ਵਾ ਵੀ ਹੁਣ ਪਵਾ ਦਈਏ ਬਾਅਦ ਚ ਲਾ ਲਈਏ, ਤੇਲ ਜ਼ਰੂਰ ਲਾ ਲਿਆ ਕਰ ਹਰਪ੍ਰੀਤ ਸਰੇਕ ਨੇ, ਕੋਈ ਨਾ ਉਹਨੂੰ ਆਪਾਂ ਕੁੱਟਾਂਗੇ, ਮੈਨੂੰ ਦੱਸੀ ਕਿਹੜਾ ਮੁੰਡਾ ਵਾ, ਠੀਕ ਆ, ਫਿਰ ਮਾਮੂ ਦੇਖੀ ਉਹਨੂੰ ਕਿਵੇਂ ਮਜ਼ਾ ਚਕਾਉਂਦੇ ਨੇ, ਹਨਾ ਉਹਦੇ ਨੂੰ ਦੇਖੀ ਫਿਰ ਕੁੱਟ ਕਿਵੇਂ ਪੈਣੀ ਆ, ਵੀ ਸਾਡੀ ਸਾਹਿਬ ਜੋਤ ਨੂੰ ਕੌਣ ਮਾਰੂਗਾ ਬਈ, ਹਨਾ ਉਹ ਤੇਰੀ ਨੂੰ ਕਿਹੜੇ ਕੰਨ ਤੇ ਮਾਰੀ, ਅੱਛਾ ਮੂੰਹ ਤੇ ਮਾਰੀ,
ਨਿਸ਼ਾਨ ਅੱਛਾ ਨਿਸ਼ਾਨ ਪਿਆ ਪਿਆ ਤੇਰੇ ਤਾਂ ਸਹਿਮ ਜੋ ਤਾਂ ਜਦੋਂ ਤੈਨੂੰ ਸਕੂਲ ਜਾਏਂਗੇ ਹਾਂ ਜਦੋਂ ਤੂੰ ਹੁਣ ਥੋੜੀ ਵੱਡੀ ਹੋ ਜਾਏਗੀ ਨਾ ਸਕੂਲ ਜਾਇਆ ਕਰੇਗੀ ਹੈ ਨਾ ਤੇ ਤੈਨੂੰ ਜੇ ਕੋਈ ਕੁਛ ਬੋਲੂਗਾ ਜਾਂ ਹਾਂ ਤੈਨੂੰ ਕੁਛ ਮਾਰੂਗਾ ਤੇਰੇ ਡਰਨਾ ਨੀ ਹਾਂ ਡਰਨਾ ਨੀ ਅੱਛਾ ਜੇ ਇੱਕ ਮਾਰੂ ਦੋ ਛੱਡਣੀਆਂ ਕੰਨ ਤੇ ਉਹਦੇ ਤੂੰ ਹੈਗੀ ਆ ਦਲੇਰ ਕੁੜੀ ਸਾਡੀ ਹੈ ਨਾ ਬਰੇਵ ਗਰਲ ਵੱਡਾ ਹੋ ਕੇ ਤੂੰ ਸਿੰਘ ਵੀ ਬਣਨਾ ਬਸ ਕੋਈ ਨਾ ਹੁਣ ਜੇ ਗਾਂ ਤੋਂ ਮਾਰੂਗਾ ਨਾ ਤੇਰੇ ਤਲਾਕ ਦੇ ਕੇ ਛੱਡਣੀ ਆ ਕੰਨ ਤੇ ਠੀਕ ਆ ਮੇਰੀ ਧੀ ਆ ਸਾਡੀ ਸਟਰੋਂਗ ਪੂਰੀ ਸਟਰੋਂਗ ਬਣਨਾ ਤੂੰ ਹਨਾ ਆਊਗੀ ਮੰਮੀ ਆਊਗੀ ਬਾਪੂ ਹਾਂ ਫੋਨ ਕਰ ਲਾਂਗੇ ਅੱਜ ਮੰਮੀ ਨੂੰ ਠੀਕ ਆ ਤੂੰ ਸਿੰਘ ਬਣਨਾ ਵੱਡਾ ਹੋ ਕੇ ਨਾ ਕੰਨਾਂ ਚ ਵਾਲੀਆਂ ਪਾਉਣੀਆਂ ਨਾ ਕਦੇ ਰਿੰਗ ਪਾਉਣੀ ਆ ਵੈਰੀ ਗੁੱਡ ਆ ਤਾਂ ਕਮਾਲ ਕਰਤੀ ਮੇਰੀ ਧੀ ਨੇ ਕਿਹਨੇ ਦੱਸਿਆ ਤੈਨੂੰ ਇਹ ਕਿੰਨੇ ਸਾਲਾਂ ਦਾ ਹੋ ਗਿਆ ਤੂੰ ਮੈਂ ਭੁੱਲ ਜਾਂਦਾ ਕਿਵੇਂ ਮੰਮੀ ਕਿੱਥੇ ਤੇਰੇ ਤੇ ਹੁਣ ਕਿਵੇਂ ਮੰਮੀ ਠੀਕ ਆ ਹੁਣ ਤੂੰ ਮੰਮੀ ਨੂੰ ਕਹਿੰਦਾ ਹੁੰਦਾ ਵਾ ਵੀ ਮੰਮੀ ਹੁਣ ਤੂੰ ਗਲਤੀ ਨੀ ਕਰਨੀ ਕੋਈ ਵੀ ਹੈਨਾ ਤੇ ਫਿਰ ਤੂੰ ਇੱਥੇ ਸਾਡੇ ਕੋਲ ਕੱਲੀ ਰਹਿ ਪੈਂਗੀ ਤੇਰਾ ਇੱਥੇ ਜੀ ਲੱਗ ਗਿਆ ਸਾਡੇ ਕੋਲੇ ਖੁਸ਼ ਆ ਤੂੰ ਆ ਪੈਰ ਪੂੰਜ ਪਾ ਤੌਲੀਆ ਦੇ ਆਪ ਤੂੰ ਨਾ ਕੋਲੇ ਸੌ ਜਾ ਕਰੇਂਗੀ ਤੂੰ ਤੂੰ ਜਦੋਂ ਆ ਟੱਬ ਚੱਕ ਦੇ ਬਾਪੂ ਪੈਰ ਪਰੇ ਗੱਲ ਆ ਟੱਬ ਚ ਕੱਢਣਾ ਜਦੋਂ ਤੂੰ ਉੱਥੇ ਮੰਮਾ ਹੁਣ ਕੋਲੇ ਰਹਿੰਦਾ ਸੀ ਜਦੋਂ ਉੱਥੇ ਤੇ ਮੰਮਾ ਕੀ ਕਰਦੇ ਹੁੰਦੇ ਸੀਗੇ ਕੰਮ ਕੀ ਕਰਦੇ ਸੀ ਮੰਮਾ ਕੁਛ ਨੀ ਕਰਦੇ ਘਰੇ ਰਹਿੰਦੇ ਸੀ ਤੇ ਫਿਰ ਤੂੰ ਰੋਕਦਾ ਨੀ ਸੀ ਮੰਮਾ ਨੂੰ ਵੀ ਮੰਮਾ ਕੰਮ ਨਹੀਂ ਕਰਨੇ ਆਪਾਂ ਟੀਕੇ ਨੀ ਲਾਉਣੇ ਗੇ ਤੇਰੇ ਸਾਹਮਣੇ ਲਾ ਲੈਂਦੇ ਸੀ ਮੰਮਾ ਟੀਕੇ ਅੱਛਾ ਫਿਰ ਤੂੰ ਮੂੰਹ ਕਰ ਲੈਂਦਾ ਉਧਰ ਨੂੰ ਹੁਣ ਪੁੱਤ ਤੇਰੀ ਮੰਮਾ ਨੇ ਵੀ ਠੀਕ ਹੋ ਜਾਣਾ ਜਮਾ ਹਨਾ ਬਾਬਾ ਜੀ ਕੋਲੇ ਨਾ ਅਰਦਾਸ ਕਰਿਆ ਕਰ ਕਿ ਬਾਬਾ ਜੀ ਮੇਰੀ ਮੰਮਾ ਨੂੰ ਠੀਕ ਕਰ ਦੋ ਮੰਮਾ ਨੂੰ ਮੇਰੇ ਸਟੂਲ ਦਿਓ ਕਾਕਾ ਸਟੂਲ ਕੀ ਲਾਉਣ ਲੱਗ ਪੈਣੇ ਅੱਛਾ ਤੂੰ ਕੀ ਕਹਿੰਦੀ ਆ ਫਿਰ ਆਪਾਂ ਕੀ ਕਰੀਏ ਜਰਾਬਾਂ ਦਿਓ ਦਿਲ ਨੀ ਕਰਨਾ ਫਿਰ ਟੀਕੇ ਲਾਉਣ ਨੂੰ ਠੀਕ ਹੋ ਜਾਣਗੇ ਹਨਾ ਤੇ ਜੇ ਉਹ ਚਲੇ ਗਏ ਉਹਨਾਂ ਨੇ ਫੇਰ ਲੱਗ ਜਾਣਾ ਹਨਾ ਫਿਰ ਹੁਣ ਤੂੰ ਦੱਸ ਕੀ ਕਰੀਏ ਆਪਾਂ ਮੰਮਾ ਨੂੰ ਤੂੰ ਮਨਾ ਲਾ ਨਾ ਤੂੰ ਮੰਮਾ ਨੂੰ ਕਿਹਾ ਕਰ ਮੰਮਾ ਤੂੰ ਸਾਡੇ ਕੋਲ ਰਹਿ ਪਾ ਆਪਣੀ ਜ਼ਿੰਦਗੀ ਆਪਾਂ ਬਣਾ ਲੈਨੇ ਦੋਨੋਂ ਜਾਣੇ ਆਪਾਂ ਮੰਮਾ ਆਏਗਾ ਬਾਪੂ ਆਏਗਾ ਆ ਦੇਖ ਨਾ ਐਸੇ ਨਿਕਲ ਜਾਣਾ ਇਸ ਨੇ ਇਸ ਕੋ ਕਾਟ ਦਿੱਤੇ ਨਾ ਹਮ ਉਤਨਾ ਕਾਟ ਦੇਂਗੇ ਤੇਰੇ ਹਿਸਾਬ ਸੇ ਨਾ ਆ ਵੱਡਾ ਦੇ ਜੂੜਾ ਇਸ ਤੋਂ ਵੱਡਾ ਨੰਬਰ ਹੈਗਾ ਉਹ ਨੀ ਠੀਕ ਉਹ ਨੀਲੀ ਜੀ ਚੱਕੀ ਆ ਦਿਖਾ ਤਾਂ ਸਹੀ ਇੱਕ ਵਾਰੀ ਦੇਖੀਏ ਫਿਰ ਲੱਭ ਲਾਂਗੇ ਪੈਰ ਤਾਂ ਆ ਕੋਈ ਨਾ ਬਾਪੂ ਆਪਾਂ ਦੇਖਦੇ ਹਾਂ ਜੇ ਨਹੀਂ ਆਏਗਾ ਤੂੰ ਪਾਣੀ ਨਾ ਥੋੜਾ ਕੋਸਾ ਹੋ ਗਿਆ ਜ਼ਿਆਦਾ ਥੋੜਾ ਗਰਮ ਪਾਣੀ ਪਾਓ ਇਹਦੇ ਚ ਜੇ ਦੇਖੋ ਬਾਬਾ ਆ ਗਈ ਨਾ ਐਸੇ ਨਿਕਲ ਗਿਆ ਕੋਸਾ ਐਸੀ ਚੱਪਲ ਤੇਰੇ ਕੋ ਮੈਂ ਔਰ ਲਾ ਦਿੱਤਾ ਡੂਣ ਕੇ ਠੀਕ ਹੈ ਇਹਦੇ ਨਾਲ ਦੀ ਫਿਰ ਤੈਨੂੰ ਅੱਜ ਬੂਟ ਨਵੇਂ ਦਵਾ ਕੇ ਲੈ ਕੇ ਆਵਾਂਗੇ ਠੀਕ ਆ ਇਹਦੇ ਨਾਲ ਦੀ ਉਹ ਨੀਲੀ ਪਾ ਦੇ ਦੂਜਾ ਪੈਰ ਨਹੀਂ ਮਤਲਬ ਹੋਰ ਆ ਚਾਹੇ ਪੈਰ ਤਾਂ ਅਲੱਗ ਅਲੱਗ ਹੀ ਹੈ ਨਾ ਇਹਦੇ ਨਾਲ ਦੀ ਚੱਪਲ ਲੱਭ ਕੇ ਲਿਆਓ ਤੀਰੂ ਦੇਖ ਕੇ ਕਿਹੜਾ ਦੇ ਪੁੱਤ ਆ ਇਹਨਾਂ ਦੋਨਾਂ ਚੋਂ ਇੱਕ ਲੱਭ ਲਿਆ ਜਿਹੜੀ ਵੀ ਮਰਜ਼ੀ ਇੱਥੇ ਹੀ ਪਈ ਹੋਊ ਕਿਤੇ ਘੁੰਮ ਕੇ ਦੇਖੋ
नहीं नहीं हूं नहीं अज नहीं सद होना चलो बापू आ जाओ हाथ फड़ा दे पैर तो थले कर दा पजामा ठीक कर पजामा गोर से पट्टी बन जाए जाकर आ जाओ जाकर हसैन तेरे भी पौने पौने तेरे भी पौने दुबा तेरे पौने जाकिर क्या नाम है तुम्हारा क्या नाम है तुम्हारा अबे क्या नाम है तुम्हारा जाकिर हसैन जो वो बोलता था ना वाह अच्छा तेरे सिर में कीड़ा कर गया था अब तो ठीक है ना तू अब तो हमारा जाकिर भाई बिल्कुल ठीक है चप्पल उतार दो बेटा फिर क्या करोगे ठीक होने के बाद क्या करोगे सेवा करवाओगे नहीं फाइट करूंगा क्या करोगे फाइट करोगे किसके साथ छोड़ दोगे उसको मार दो मारा करोगे नहीं बेटा फाइट नहीं करते देखो अच्छे बच्चे होते हैं ना जो जाकर हसैन वो कभी किसी को मारते नहीं है ठीक है तेरे को किसने मारा था पता नहीं मतलब गुज्जर ने मारा था तुझे बोला था ना अब मेरे को भी पता नहीं मतलब ऐसा ही में लग रहा है वो बाहर आदमी था क्या कर रहा था तू जब मारा उन्होंने हैं उसका साथ काम कर रहा था क्या था आराम कर रहे थे काम कर रहा था काम कर रहे थे क्या काम करते थे पराली को तोड़ते मतलब पूरा को कहां पे था जी गुज्जरों के घर पे वहां गुज्जर का घर था घर चलाता था दूजे नु भी बुला दूजा कित्थे आ ओनु भी बुला इत्थे नु कह के इत्थे सेवा करावे नाल मैं फोन करी जाना तेरा फोन ही नहीं चकदे तुसी मुड़े आए होने आ गया लग नाल आके पुत सेवा करा चल दूजे नु भी बुला प्रीतिंदर नु कित्थे जगराओ ठीक है बस तू इत्थे रहना अज सोना भी इत्थे मेरे कोले जाकिर हसैन पालो कितों दे सी बाई होनी जिहड़े जाकिर हसैन नूं लैके आए सी भीड़ तो हां जी इत्थे साडे नेड़े ना जी भीड़ आ अहमदगढ़ मंडी वाले रोड ते इधर नूं जदों जांदे आ गल्लां तों अगे उत्थे इह वीर दा सिर फटिया होया सीगा पिंड च घूमी जांदा सीगा नहर दे उत्ते ਤੇ ਉਹਨਾਂ ਨੇ ਵੀਰ ਹੁਣਾਂ ਨੇ ਨੋਟਿਸ ਕੀਤਾ ਵੀ ਇਹ ਬੱਚਾ ਕਾਹਤੋਂ ਐ ਘੁੰਮੀ ਜਾਂਦਾ ਨਾ ਰੋਈ ਜਾਂਦਾ ਤਾਂ ਫਿਰ ਵੈਰੀਫਾਈ ਕੀਤਾ ਤੇ ਰੋਣ ਲੱਗ ਗਿਆ ਨੇ ਦੱਸਿਆ ਵੀ ਮੈਨੂੰ ਗੁੱਜਰਾਂ ਨੇ ਰੱਖਿਆ ਹੋਇਆ ਸੀ ਵੀ ਉਹਨਾਂ ਨੇ ਮੇਰੇ ਸਿਰ 'ਚ ਮਾਰੀਆਂ ਮੈਨੂੰ ਕੁੱਟਦੇ ਸੀ ਮੈਂ ਪਰਾਲੀ ਇਕੱਠੀ ਕਰੀ ਜਾਂਦਾ ਸੀਗਾ ਵੀ ਪਤਾ ਨਹੀਂ ਉਹਨਾਂ ਨੇ ਕਾਹਤੋਂ ਮੇਰੇ ਮਾਰਿਆ ਕਿਉਂਕਿ ਸਿੱਧਾ ਵਾ ਬੰਦਾ ਭਗਤ ਬੰਦਾ ਹੈ ਰੱਖ ਲੈ ਵਿੱਚ ਤੇ ਵੀ ਉਸ ਤੋਂ ਬਾਅਦ ਮੇਰੇ ਕੀੜੇ ਪੈ ਗਏ ਮੈਂ ਉੱਥੋਂ ਭੱਜ ਆਇਆ ਹੁਣ ਤੇ अरे हम कौन है भगवान ओ भाई जिन्होंने लेके आया ना तेरे को जो बाबा अंकल उन्होंने किया सब कुछ हमने कुछ भी नहीं किया जो ना अल्लाह ताला है ना तुम्हारे अल्लाह उन्होंने मेहर किया है तो अल्लाह को मानता है ना तूने अल्लाह के पास फरियाद की थी ना भी अल्लाह मेरे को बचा लो मेरे को ठीक कर दो तो अल्लाह ने तुम्हारी बात सुन ली थी है ना फरियाद तुम्हारी और तुम्हारी फरियाद सुनने के बाद अल्लाह ताला ने उन अंकल जी की ड्यूटी लगा नहीं था चोर बोला डंडा लाओ तो मैं डर गया ते आगे भगवान वो अल्लाह ताला सबका है सबकी मदद करता है वो जो बंदों ने तेरे साथ ऐसा किया ना तेरे सिर में चोट मारा इतने इतने बड़े क्या मारा था उन्होंने पता कुछ पेचकस मारा था ये तो बड़ा पेचकस था ऐसे ऐसे मारा था ऐसे मारा था ऐसे मारा है कितनी बार मारा अंधेरा में तो मेरे को नहीं पता मार बहुत मारा बहुत मारा तेरे को है ना ऐसे धक्का मार के गिरा दिया था देखो जी गुजरां दे है ना घरे ये बेचारा गुलाम सी काम करता सीगा मैं तैरना भी जानता था ते मतलब उसमें पानी ही नहीं था बाबा जी बाबा जी उसको रोमी जी है तेरे मिलन में गाड़ी में बैठा था बाबा जी तेरे मिलन बैठा था ਇਹਦਾ ਨਾ ਵਿਚਾਰਿਆਂ ਨੇ
ਵਿਚਾਰੇ ਦੇ ਨਾਲ ਇਹਦੇ ਨਾਲ ਇੰਨਾ ਧੱਕਾ ਹੋਇਆ ਸੀ ਸਿਰ ਚ ਇਹਦੇ ਸੱਟਾਂ ਮਾਰੀਆਂ ਤਿੰਨ ਵੱਡੇ ਵੱਡੇ ਟੱਕ ਸੀ ਏਡੇ ਏਡੇ ਡੂੰਘੇ ਪੇਚਕਸ ਮਾਰੇ ਹੋਏ ਸੀ ਵਿੱਚ ਕੀੜੇ ਪਏ ਹੋਏ ਸੀ ਬਾਈ ਦੇ कहाँ से लिया था चोरी किया था चोरी कहाँ पड़ा था जी कहाँ पड़ा था जी कहाँ से ऊपर से वहाँ से ऐसे खुद ही नहीं उठाते अच्छा इसको फिर चोरी बोलते हैं लोग तो जाकर हुसैन ने चोरी किया जाकर हुसैन चोर थोड़ी ना है जाकर हुसैन तो अच्छा बंदा है देखो ज्यादा गर्म तो नहीं है ठीक है थोड़ा थोड़ा पानी पाए तो इसको मैं लौटाना चाहता हूँ ठीक है क्या करूँ मेरे को अब्बा बोलो क्या है अब्बा बड़े भाई होते हैं जो अब्बू जैसे होते हैं ना ये मेरा छोटा भाई है देखो जी तो जी मेरे को चाहे बड़ा भाई बोलता है बड़ा भाई बाप जैसा होता है ना आज चक्यो टब भी मिठी है टब चक्यो गल्ला बाद चुगली बागली बाद कर ले मेरा पुत्त कोई ना स्टूल दे इत रख तौलिया भी दे तौलिया दे काका हाथ तो मारा है उन्होंने गुज्जर ने हैं डंडा से क्यों मारता था तू रोज तो काम करता था गोबर उठाता था फिर भी मारता था बुतरे को नहीं बस वैसे ही काम करता था पैसा भी नहीं देता था पैसा भी नहीं देता था पैसा भी नहीं देता था और काम भी करवाता था और मारता भी था हैं खाना भी देता था जो खाता था उसमें से नहीं खिलाता था हाँ जो खुद खाता था वो नहीं देता था तेरे को तेरे लिए क्या देता था हाँ और नवा देता था क्या दही की तरह था वो भी हाँ दही की तरह था लस्सी पतला सा वो दे देता था हाँ वो दे देता था और मिर्चा के सूखा रोटी सूखा रोटी मिर्चा के साथ उसके साथ दे देता था दही भी नहीं देता था नहीं दही वैसा दही नहीं था वैसा दही नहीं था पतला सा पानी जैसा दही होता है जो दूध रिड़कते थे उसमें से जो लस्सी निकलता था वो दे देते हैं जो घी खाता था ना तेरे को नहीं देता था घी मेरा बेल्ट भी तोड़ दिया तेरा बैग भी तोड़ दिया बेल्ट बेल्ट तेरे को सोता कहाँ था तू रात को उसका वो सोता था बेल्ट पे मैं सोता था बोरा पे बोरा पे नीचे बोरा डाल के बोरा ओढ़ कर सोता रात को ऊपर भी बोरा देता था बोरा ओढ़ देता था तो उसको बोलता था इंदा मालिक मेरे को ठंड लगती है अच्छा कपड़ा दे दो मेरे को देता नहीं था तेरे को कहाँ से लेके आया था पकड़ के वो मैंने लुधियाना से काम करता था जुमराती के पास जुमराती तो वहाँ कैसे पहुँच गया गुज्जर के पास मेरा दिमाग में यार मेरे को अचानक क्या से हो गया परग में वो भी इधर देखा उधर बंदे के पीछे पीछे चला गया तो फिर वहाँ से तेरे को वो मिल गया तो वो अपने पास ले गया पार्क से मैं फैक्ट्री फैक्ट्री घूम मेरे बूट दे होगा क्या जाकर हुसैन दे नाल जराबा दे अच्छा पार्क से वो तेरे को ले गया फैक्ट्री घूमने घूमते चला गया प्राली में आग लगाया और बहुत मारे मेरे को आंख में पत्नी डाले इसमें भी तो फिर बेटा जैसे कितना टाइम उसके घर पे कितना टाइम कितना काम किया साल किया नहीं ऐसा ही मैं महीना नहीं दो तीन महीना 16 दिन वहां तो जहाँ पे तेरे को जानने पहचानने वाले तेरे कोई हैं इधर लुधियाना में कोई जो तेरे को जानते पहचानते हैं दोस्त मित्र क्या नाम है तुम्हारे दोस्त इरशाद नाम है इरशाद वो कौन सी फैक्ट्री में काम करता है इरशाद वो भी हम दोनों साथ में काम करते थे कौन सी फैक्ट्री में लेडी स्वेटर बनते थे यदि वहाँ पे यदि इरशाद के पास तेरे को लेके चले तो तू बता देगा फैक्ट्री का फैक्ट्री पहचान लोगे
रास्ता पता है फैक्ट्री किस तरफ है? लुधियाना और बीच में चला जाऊंगा तो। लुधियाना कहाँ? लुधियाना मेरे को पता नहीं। नहीं बेटा, लुधियाना तो बहुत बड़ा है ना। कौन से एरिया में थे तुम? उधर सुंदर नगर में थे, मोती नगर में थे? गांधी चौक। गांधी चौक अपने लुधियाने। गांधी चौक कितने पैंदा यार? गांधी चौक मतलब वही जो तीरू तो निकल चलिया सी। लुधियाने अपने गांधी गांधी चौक कितने आ? गांधी चौक कितर है? बेटगंज केड़ा फील्डगंज है? वो किधर पे? सुंदर नगर वाले पासे। सुंदर नगर जिधर वो हैगी अपनी गांधी बाजार जिते वो अपने अब्दुल बस्ती है केड़ी अपनी हो जोधिया उधर ठीक है। बस्ती जोधेवाल चौक वहाँ दरगाह बनी हुई है सड़क के बीच में। दरगाह दरगाह काम करता था उधर। अगर वह भी चला जाऊं दरगाह में जाता था तो मत्था टेकने जो वहाँ पे बस्ती जोधेवाल में मस्जिद बना हुआ है वहाँ जाते थे तुम? एक बार गया था। कोई ना, हम तेरे को वहाँ पे लेके जाएंगे चक्कर लेके आएंगे लगवा के तो फिर आप घाट तेरा ढूंढेंगे इरशाद को मिलेंगे। ठीक है, तू मेरा भाई है यार, छोटा भाई। क्या बोलोगे अब तुम मेरे को? भैया जान जाकर हसैन है नाम बच्चे का जी। देखो गुजरा ने की हालत करी ए सिर च पेचकस मार मार के एडे एडे टक पाते ओ कीड़े पै गए। ये बोरे ते पैंदा सी, बोरे बोरा ही कहना उपर ओढ़दा सीगा। ਇਹਦੇ ਵੀ ਬੱਚੇ ਦੇ ਨਿੱਕੇ ਦੇ ਸਿਰ ਚ ਕੀੜੇ ਪਏ ਸੀ, ਇਹਦੇ ਵੀ ਸਿਰ ਚ ਕੀੜੇ ਪਏ ਹੋਏ ਸੀ। ਕਿੰਨੇ ਸਾਡੇ ਕੋਲੇ ਬੰਦੇ ਆ ਜਿਨ੍ਹਾਂ ਦੇ ਸਿਰਾਂ ਦੇ ਵਿੱਚ ਕੀੜੇ ਪਏ। ਪੱਪੂ ਬਾਈ ਦੀ ਪੱਗ ਦੇਖਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਠੀਕ ਆ, ਸਾਡੇ ਕੋਲੇ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਜਿਹੜੀ ਸਾਡੀ ਡਿਊਟੀ ਲਾਈ ਆ ਅਸੀਂ ਉਹਨੂੰ ਨਿਭਾ ਸਕੀਏ। ਬਸ ਇਹਦਾ ਘਰ ਪੈਰਾਵਾਰ ਲੱਭ ਜਾਵੇ। ਇੱਧਰ ਹੋ ਜਾ ਪੁੱਤ, ਇੱਧਰ ਆ ਜਾ ਰਾਜਕੁਮਾਰ। ਇਹਦਾ ਪਰਿਵਾਰ ਲੱਭ ਜਾਵੇ ਕਿਸੇ ਤਰੀਕੇ, ਇਹਨੂੰ ਕੋਈ ਜੇ ਪਛਾਣਦਾ ਤਾਂ ਪਲੀਜ਼ ਦੱਸਿਓ ਵੀ ਸਾਨੂੰ ਸ਼ੇਅਰ ਕਰਿਓ। ਪਾਲੇ ਆ ਜਾ ਬਾਈ, ਚੱਲ ਆ ਕੇ ਆ, ਭੱਜ ਕੇ ਜਾ। ਸੋਹਣੇ ਕੱਪੜੇ ਪਾ ਕੇ ਫਿਰ ਜਾਣਾ ਆਪਾਂ ਅੰਮ੍ਰਿਤਸਰ ਜਾਣਾ ਅੱਜ ਗੇੜਾ ਦੇ। ਬਹਿ ਜਾ ਬਾਪੂ, ਪਾਣੀ ਪਿਲਾ ਰਹੇ ਧੀਰੂ ਪਾਣੀ। ਬਹਿ ਜਾ ਪਾਲੇ ਬਾਬੇ, ਕਿਵੇਂ ਆ ਪਾਲੇ ਬਾਈ? ਪਾਲੇ ਦੀ ਨਾ ਉਮਰ ਬਾਈ ਦੀ 40-42 ਸਾਲ ਹੀ ਹੈ ਜੀ ਹਜੇ। ਦੇਖੋ ਲੱਗਣਾ 60 ਸਾਲਾਂ ਦਾ ਪਾਲਾ। ਇਹ ਜਮਾਤੂ ਆ ਜੰਥਾ, ਇਹ ਜੰਥਾ ਜਮਾਤੂ ਹੈ। ਇਹ ਨਾਂ ਕੀ ਨਾਮ ਹੈ ਤੇਰਾ? ਜੰਥਾ। ਜੰਥਾ ਗਾਉਂ ਕਹਾਂ ਹੈ ਤੁਹਾਡਾ? ਹਜ਼ਾਰੀਬਾਗ। ਔਰ ਜ਼ਿਲ੍ਹਾ ਕੌਣ ਸਾ ਹੈ? ਗਾਉਂ ਕਾ ਨਾਮ ਕਿਆ ਹੈ? ਬਰਖਾ ਛੱਪਾ। ਔਰ ਪਿਤਾ ਜੀ ਕਾ ਨਾਮ ਕਿਆ ਹੈ? ਪਾਪਾ ਕਾ? हरी माथुर। माँ का नाम क्या है? रुदनी। क्या माँ नाम? माँ का नाम क्या है? रुदनी। भाई का नाम? नरेना। नरेना। और बहन का नाम? रुदनी। रुदनी। और घर जाना है तूने? नहीं जाना। क्यों? मालिक के पास जाना है, सरपंच के पास जहाँ गोबर उठाते थे? नहीं। देखो ये जमातू है जी, इहदियां भी तुसीं पुरानियां वीडियो देखोगे साडे पेज ते जाके जमातू लिख के सर्च करोगे ना तां तुहानूं अपने आप ही ये वीडियो तुहाडे सामने आ जूगी। पैर सब तो क्लीन इहदे आ जमातू दे, बाले धोंदा पैर है, हथ पैर ने तो हथ देख रहे किन्ने साफ ने, बाहां ऐ चाड़ देणियां, थोड़े थोड़े टाइम बाद इहने जाके पैर हथ धोई जाणे आ, धोई जाणे आ। ਜਿਹੜਾ ਬੰਦੇ ਨੂੰ ਇੰਨੇ ਵੀ ਸੁੱਧ ਬੁੱਧ ਨਹੀਂ ਸੀ, ਤੂੜੀ ਦੇ ਉੱਤੇ ਸੌਂ ਜਾਂਦਾ ਸੀ, ਸਪਰੇਅ ਵਾਲਾ ਲੀਟਰ ਹਰਪ੍ਰੀਤ ਵੱਡਿਆ ਸੀਗਾ ਉਹਦੇ ਚ ਚਾਹ ਪਾਣੀ ਦਿੰਦੇ ਸੀ। ਹਾਂ ਮਾਈ ਬਹੁਤ ਜੱਦੀ ਸੀ ਜਿਹੜੀ, ਤੇ ਉਹ ਬੰਦਾ ਅੱਜ ਆਪਦੇ ਹੱਥ ਪੈਰ ਇੰਨੇ ਸਾਫ਼ ਸੁਥਰੇ ਰੱਖਦਾ, ਇੰਨੇ ਕਲੀਨ ਕਰਕੇ ਰੱਖਦਾ ਵੀ ਉਹ ਸਾਰਿਆਂ ਨਾਲੋਂ ਵੱਧ ਸਾਫ਼ ਪੈਰ ਉਹਦੇ ਨਜ਼ਰ ਆਏ ਆ। ਇਹ ਉਹਦੀ ਕਿਰਪਾ ਗੁਰੂ ਦੀ।
अज वधिया मंजा बिस्तरा मिलता। माता कहिंदी सी कि मैं देख लूंगी तुसीं किहड़े पलंग ते पाओगे इहनूं लिजा के। अज बापू पलंग ते ही पैंदा भाई, साफ करने पई नहीं। एक जी पाला बाई है साडा, इहदे जुत्ती जदों बणदी है ना जी तां पहलां ऊठ मारना पैंदा बोता। देखो पैर देखो गड़गड़े वाला, अड्डे अड्डे पैर बाई दे, बोता मरे तो जुत्ती मिलती है बाई दी, बोता मरे तो। हुण कोई ना कोई किते राजस्थान च पता करांगे ऊठ मरूगा बोता मरूगा फिर पाले बाई दी जुत्ती बनूगी। कौन लोग पिंड दे सारा दिन की करांदे सीगे? लोग हैं ते रोटी दे दिंदे सी बस। बच्चे हो एक मिनट इधर आओ, बच्चे हो इधर आओ सारे बच्चे। कीमती सारिआं नूं की हो गया तैनूं तां नहीं पैर नूं हुण सट लगी? इधर आओ इधरले पासे, पुत इधरले पासे आओ, सारे मेरे पिछे ना आओ, मूहरे आओ मेरे इधर। हैलो कुणाल, हाउ यू, हाउ यू, मैं जो कहना तू कहना आई एम फाइन, की कहना? जो मैं तुम्हें कहना ना हाउ यू तुसी की कहना? मैं आई एम फाइन। गोल्डन साडा की खा रहा वा? इन अंग्रेजी च की कहिंदे गोल्डन? पपाया। गोल्डन की खा रहा वा? पपाया। आरती ने मुंह है का तो कीता होया वा लटकाया। सारा दिन काम कराई जांदे सी, हाथ भी चकदे सी, तेरे हाथ भी चक दिंदे सी। कोई ना पाले भाई उन्हां नूं इत्थे देने लैने भरने पैणे आ, जिहड़ा तेरे वर्गे दरवेश नाल उन्हां ने कीता इत्थे देने पैणे आ। ठीक है ना? हाथ बटाया कर, कपड़िया की सेवा कर लिया कर, नाल कपड़े सुकने पवा दिया कर, है ना, मंजे मुंजे बहर कढ़ाते लवाते, इदा की सेवा करी जाया कर। यह देना लेना कोई नहीं, इतने कोई सहान नहीं करता कोई किसी ते, यह तो अकाल पुरख वाहिगुरु आ, वो करता सब का, वो दे के सुना नहीं किसी, है ना, तो ना वो दे के मंगता। बस एक ही चीज आ, जे उन्हें अपने ना किता आप कहना मनीए, सच ते खड़ना सही, किसी ने धोखा किसी गाल नहीं कढ़नी, किसी गुस्सा नहीं करना, अपनी सेवा च ध्यान देना वा। तू बहुत साऊ बंदा, मैं अज तक तेन पाले किसी को बोलता नहीं देखा कदे भी, बहुत चंगा बंदा पाले भाई तू, ते बस तू सेवा च हथ बटा दिया कर। अच्छा हाँ, नाल जाके लिया प्रशादा बरता दा, देखी चली साडे पाले बाई ने ठीक हो जाना। बैदवान बापू उड़े लियायो माड़ा जिहा, पता नहीं बैठा सी बापू, गिंदर बापू, नगिंदर, नगिंदर बाबा आने इत्थे आया था सी हुण बाद बैठा सामने कुर्सी ते, नहीं हो गया उन्हां दा हो गया। पाले दे पैरां दे थले बैसरी लाउणी आ, आदे व्याईयां जी वांगू बणिया पैर, ए मिठी कित्थे आ, ड्यूटी लाई रोज लाउणी नवाउण मौके। मनीष पाले बाबे दे ना, हुण तक एक ही बंदा मैनूं मिलिया जिहदे आ हैगे निशान जे थले, ये भी कोई ज्यादा नहीं है, थोड़े ही आ खत्म हो जाना, है थोड़े कि दिन रखियो लिया। अच्छा पट्ठे बढ़ा के रोटी दे देंदे सी गोहा भी चका चकाउंदे सी, हैं धक्का ही कीता लोकां ने। कोई ना बापू अपने पाले भाई, ये ना ब्याईयां जी थले बापू दे थोड़े पैरां दे, ते जो रोज नवाने तुसीं है ना, जिवें क्रीम ये थले पैरां दे बैसरीन ला के जराबां पाया करनी है।
ठीक है सारे दी समस्या है जी अच्छा गुरप्रीत सिधाने वाले तो है लखे ठीक है एक ओ प्यारे दे पैर ते ठीक है हुण ओ ठीक कातो नहीं हुंदा खुरक दिंदा फिर ओनू एक वारी आपां 10-15 दिनां वास्ते सिस्टम इदां दा ला लईए ना कोई भी ओहदे यानी कि पट्टियां करके जराब जरूर हम जिम्मे सर्दी का टाइम आ गया हम बूट बाट पा के रखा गे अपा चलो गर्मियां तो खुरच लेंदा सी हम सियाल च नहीं खुरच पाऊगा पहले बाबे ता चके रख पैर चके रख ता हवा जी दब चके काका स्टूल रखे नाले बाबे ने पैर चके रखने बहुत औखे आ चक दे दब आज काका बस पहले भाई इत रख ला इत रख ला दोगे ना तौलिया दो पहले भाई एडा तेरा कद काठ एडे एडे तेरे हाथ एडे एडे पैर आ तेरे तू किवें लोकी तेरे तो धक्के नाल काम कराई गए मारदा मुक्की उन्हां दे नहीं तू साऊ बंदा बहुत तेन डरा लेंदे थी ना केड़ा पिंड है पाले तेरे जांगपुर काके वाला पिंड ही आ काके हुणे भी पट्ठे पढ़ाउंदे रहे हुणे आ काके तुहाडे तां नहीं पट्ठे पढ़दा सी ए थोड़े पट्ठे पढ़ के आंदा सी ए शुक्र आ अच्छा सारे सारे हैं सियाला च भी गर्मियां च भी कोई फर्क नहीं पैंदा भाई देखो किड्डे किड्डे पैर है जी बाई दे हना ते नंगे पैर ही हुण भी इत्थे चप्पलां ला के ज्यादातर फिरदा रहिंदा जिन पवाई दियां भी चप्पलां ला दिंदा भुल जांदा क्योंकि बाई दा दिमागी संतुलन है ना बहुत ज्यादा बस्ट हालातां से जराबां दिओ बाप ते इहदे भरा ते ਇਹਦੀ ਮੰਮੀ ਘਰ ਚ ਰਹਿੰਦੇ ਸੀਗੇ ਪੁਰਾਣੀ ਹਵੇਲੀ ਆ ਘਰ ਬਹੁਤ ਵੱਡੀ ਸੀ ਨਹੀਂ ਜਰਾਬਾਂ ਪਤਲੀਆਂ ਦੇ ਤੇ ਉਹਨੇ ਨਾ ਭਰਾ ਨੇ ਸ਼ਰਾਬ ਵਾਲੀ ਪੀਂਦਾ ਸੀ ਭਰਾ ਉਹਨੇ ਸ਼ਰਾਬ ਪੀ ਕੇ ਆਪਦੀ ਮਾਤਾ ਨੂੰ ਕੁੱਟਿਆ ਉਹਦੀ ਵਿਚਾਰੀ ਦੀ ਬਾਂਹ ਤੋੜਤੀ ਇੱਕ ਪਾਸਿਓਂ ਲੱਤ ਤੋੜਤੀ ਤੇ ਉਵੇਂ ਹੀ ਘਰੇ ਪਾਈ ਰੱਖੀ ਫਿਰ ਉਹ 15-20 ਦਿਨ ਘਰੇ ਪਈ ਰਹੀ ਤੇ ਵਿਚਾਰੀ ਦੇ ਕੀੜੇ ਪੈ ਗਏ ਸਾਰੀ ਗਲ ਗਈ ਮਾਤਾ ਐਡੇ ਐਡੇ ਖਲੇਪਣ ਰਹਿ ਗਏ ਲੈ ਗਏ ਉਹਦੇ ਮਾਸ ਦੇ ਪਿੱਛਿਓਂ ਸਾਰੇ ਫਿਰ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਅਸੀਂ ਪਾਲੇ ਨੂੰ ਨਾਲ ਲੈ ਕੇ ਗਏ ਜਾ ਕੇ ਉੱਥੋਂ ਮਾਤਾ ਜੀ ਨੂੰ ਲੈ ਕੇ ਆਂਦਾ ਵਿਚਾਰੀ ਨੂੰ ਇੱਥੇ ਦਾਖਲ ਕਰਾਇਆ 10-15 ਦਿਨ ਦਾਖਲ ਰੱਖੀ ਪਰ ਹਾਲਤ ਜ਼ਿਆਦਾ ਖਰਾਬ ਸੀ ਤੇ ਉਹ ਮਾਂ ਇਸ ਦੁਨੀਆ ਤੋਂ ਕੂਚ ਕਰ ਗਈ ਤੇ ਉਹ ਪਾਲੇ ਦਾ ਜਿਹੜਾ ਭਰਾ ਜਿਹਨੇ ਆਪਣੀ ਮਾਂ ਨੂੰ ਹੀ ਮਾਰਤਾ ਉਹ ਬਸ ਸ਼ਰਾਬ ਪੀਣ ਦਾ ਆਦੀ ਸੀ ਪਰ ਜਿਹੜਾ ਪਾਲੇ ਉਹਨਾਂ ਦਾ ਬਾਪੂ ਸੀਗਾ ਉਹ ਪਿੰਡ ਦੇ ਲੋਕ ਦੱਸਦੇ ਸੀਗੇ ਜੀਤ ਦੁੱਜੀ ਸੀ ਹਨਾ ਦੁੱਧ ਦਾ ਕੰਮ ਕਰਦੇ ਸੀ ਉਹ ਉਹਦਾ ਨਾਂ ਸੀ ਪਿੰਡ ਆਲੇ ਦੁਆਲੇ ਦੇ ਇਲਾਕੇ 'ਚ ਹੈਂ ਸ਼ਰਾਬ ਦੇ ਠੇਕੇ ਵੀ ਸੀ ਉਹਦੇ ਹਾਂ ਤੇ ਬਸ ਪਤਾ ਨਹੀਂ ਕਿੱਥੇ ਮਿਸਟੇਕ ਹੋ ਗਈ ਬਾਪੂ ਤੋਂ ਹੋ ਗਈ ਜਾਂ ਕੀ ਹੋ ਗਿਆ ਬਾਈ ਬੋਤਾ ਮਰੇ ਤੋਂ ਜੁੱਤੀ ਬਣਦੀ ਹੈ ਪਾਲੇ ਦੀ ਤਾਂ ਬਦਰੀ ਹਾਂ ਇਹਨੂੰ ਚੱਲ ਬਈ ਪਾਲਿਆ ਪਾਈ ਗਿਆ ਤੇਰਾ ਨੰਬਰ ਆਏ ਇਹ ਤੂੰ ਗਾਂ ਦਾ ਬੂਟ ਵੀ ਨਹੀਂ ਆਉਂਦਾ 14 ਨੰਬਰ ਦਾ ਬੂਟ ਨਹੀਂ ਲੇਟ ਹੋ ਗਏ ਤੁਸੀਂ ਠੀਕ ਆ ਹੋਰ ਬੱਚੇ ਫਿਰ ਚੱਲੇ ਸਕੂਲਾਂ ਨੂੰ ਹੋਰ ਬੱਚੇ ਚੱਲੇ ਸਕੂਲ ਨੂੰ ਹੋਰ ਬੱਚੇ ਚੱਲੇ ਸਕੂਲ ਨੂੰ ਆਰਤੀ ਨੇ ਮੂੰਹ ਕੀਤਾ ਕੀ ਹੋ ਗਿਆ ਆਰਤੀ ਨੂੰ ਮੇਰੀ ਧੀ ਨਾਨੀ ਆਰਤੀ ਆਰਤੀ ਹੋਈ ਯਾਰ
ਸਾਡੀ ਧੀ ਰਾਣੀ ਆਰਤੀ ਆ ਆਰਤੀ ਜਦੋਂ ਹੁਣ ਤੂੰ ਸਕੂਲੇ ਆਏਗੀ ਵਾਪਸ ਨਾ ਮੈਨੂੰ ਮਿਲੀ ਆ ਕੇ ਤੈਨੂੰ ਮੈਂ ਇੱਕ ਦੋ ਚੀਜ਼ਾਂ ਦੇਣੀਆਂ ਬਾਲੀਆਂ ਵਧੀਆ ਵਧੀਆ ਖਿਡਾਉਣੇ ਪਏ ਕਿਸੇ ਨੂੰ ਨੀ ਦੇਣੇ ਤੈਨੂੰ ਦੇਣੇ ਇਕੱਲੀ ਉੱਪਰ ਆ ਜਾਈ ਮੇਰੇ ਕੋਲੇ ਅੱਛਾ ਨਾਲੇ ਤੱਕ ਕੰਨਾਂ ਚ ਪਾਉਣ ਵਾਲੇ ਤੈਨੂੰ ਦੇਊਂਗੇ ਛੋਟੇ ਛੋਟੇ ਟੋਪਸ ਨੇ ਮੇਰੇ ਕੋਲ ਏਦਾਂ ਦੇ ਟੋਪਸ ਪਾਵਾਂਗੇ ਆਪਾਂ ਮੇਰੀ ਧੀ ਦੇ ਸੋਹਣੇ ਜੇ ਕਿਸੇ ਕੋਲੇ ਨੀ ਹੋਣੇ ਤੇਰੇ ਕੋਲੇ ਹੋਣਗੇ ਠੀਕ ਆ ਹਾਈ ਫਾਈ ਅੱਜ ਮੂੰਹ ਹੈ ਕਾਹਤੋਂ ਕੀਤਾ ਫਿਰ ਆ ਗਿਆ ਅੱਛਾ ਸੀਨੀਅਰ ਸੀਨੀਅਰ ਇੱਧਰ ਦੀ ਆਊਗਾ ਫਿਰ ਇੱਥੇ ਇੱਥੇ ਨਹੀਂ ਚੱਲ ਇੱਥੋਂ ਨਹੀਂ ਆਊ ਮੇਰੇ ਢਿੱਡ ਤੋਂ ਨਹੀਂ ਆ ਗਿਆ ਹੁਣ ਤਾਂ ਹੱਸਣਾ ਹੀ ਪੈਣਾ ਹੁਣ ਵੀ ਨਾ ਹੱਸੀ ਤੂੰ ਖੜ ਜਾ ਫਿਰ ਖੜ ਜਾ ਹੁਣ ਇੱਧਰ ਦੀ ਆਊਗਾ ਮੇਰੇ ਢਿੱਡ ਤੋਂ ਨਹੀਂ ਹੋ ਕੇ ਦੇਖੀ ਦੇਖੀ ਹੁਣ ਦੇਖੀ ਇਹ ਦੇਖੀ ਨੇ ਹਸਾ ਲੈਣਾ ਬੰਦੇ ਕਰਦੇ ਹੁੰਦੇ ਆ ਮੈਂ ਛੱਡ ਕੇ ਨੀ ਆ ਸਕਦਾ ਤੈਨੂੰ ਏਦਾਂ ਸਾਰੇ ਲੋਕ ਕਹਿਣਗੇ ਉਹ ਕਿਸੇ ਦਾ ਘਰ ਆ ਉਹ ਕਿਸੇ ਦਾ ਘਰ ਉਹ ਮੇਰਾ ਘਰ ਤੇ ਬਣਵਾ ਫਿਰ ਉਹ ਬਣੂਗਾ ਪਰ ਹਜੇ ਟਾਈਮ ਲੱਗੂਗਾ ਹਜੇ ਏਡੀ ਜਲਦੀ ਨੀ ਬਣ ਸਕਦਾ ਨਾ 20 ਲੱਖ ਰੁਪਇਆ ਲੱਗਣਾ ਤੇਰੇ ਘਰ ਤੇ ਕਿਤਨਾ ਹੁੰਦਾ ਪੈਸਾ ਪਤਾ 20 ਲੱਖ ਰੁਪਇਆ ਮੈਨੇ ਤੂੰ ਪਾਸ ਇਤਨਾ ਪੈਸਾ ਕਹਾਂ ਸੇ ਆਏਗਾ ਪਰ ਤੁਮ ਏਕ ਸਾਲ ਕੇ ਲੀਏ ਰੁਕੋ ਤੁਮ ਠੀਕ ਹੋ ਜਾਓ ਹਮ ਲੋਗੋਂ ਕੋਈ ਬੇਨਤੀ ਕਰੇਂਗੇ ਵੋ ਤੇਰਾ ਘਰ ਬਣਾ ਦੇਂਗੇ ਜੇ ਪ੍ਰੋਮਿਸ ਹੈ ਤੇਰੇ ਜਿੱਥੇ ਮੇਰਾ ਸਮਾਨ ਹੈ ਉੱਥੇ ਛੱਡ ਦਾ ਕਿਉਂ ਵਹਾਂ ਕੀ ਕਰੇਗੀ ਤੂੰ ਇਹ ਗਾਉ ਹੈ ਵਹਾਂ ਪੇ ਪਤਾ ਨਹੀਂ ਕੈਸੇ ਲੋਗੋਂ ਕੇ ਕਹਾਂ ਰਹੇਗੀ ਤੂੰ ਐਸੇ ਪਾਗਲੋਂ ਜੈਸੀ ਬਾਤਾਂ ਕਿਉਂ ਕਰ ਰਹੀ ਹੈ ਐਸੇ ਜਹਾਂ ਪੇ ਸਭ ਰਹਿਤੇ ਬੱਚੇ ਤੁਹਾਡੇ ਖੁਸ਼ ਹੈ ਹਾਂ ਵੀ ਰਾਜ ਖੁਸ਼ ਹੈ ਜਹਾਂ ਪੇ ਹਾਂ ਵੀ ਤਾਨੀਆ ਤੂੰ ਖੁਸ਼ ਹੈ ਫਿਰ ਮੰਮੀ ਨੂੰ ਕਿਉਂ ਨਹੀਂ ਬੋਲਦੇ ਤੁਸੀਂ ਜਦੋਂ ਹੁਣ ਮੇਰੇ ਕੋਲ ਆਏ ਸੀ ਮੰਮੀ ਕਹਿਣ ਤੂੰ ਰੋਕਣਾ ਮੰਮੀ ਨੂੰ ਇੱਕ ਵਾਰੀ ਵੀ ਨਹੀਂ ਰੋਕਿਆ ਤੂੰ ਇੱਕ ਵਾਰੀ ਵੀ ਰੋਕਿਆ ਤੂੰ ਹੁਣ ਰੋਕਿਆ ਕਰ ਪੁੱਤ ਜਦੇ ਵੀ ਮੰਮੀ ਵੀਡੀਓ ਬਣਦੀ ਹੈ ਹੁਣ ਨਹੀਂ ਆਪਾਂ ਵਿੱਚ ਬੋਲਣਾ ਕਿਆ ਕਰ ਪੁੱਤ ਤਾਨੀ ਮੰਮੀ ਨੂੰ ਠੀਕ ਆ ਰਾਜ ਸਮਝਾਇਆ ਕਰ ਮੰਮੀ ਨੂੰ ਮੰਮੀ ਆਪਾਂ ਇੱਥੇ ਠੀਕ ਆ ਆਪਾਂ ਠੀਕ ਹੋ ਕੇ ਚੱਲਾਂਗੇ ਏਦਾਂ ਮੰਮੀ ਨੂੰ ਕਿਹਾ ਕਰੋ ਠੀਕ ਆ ਖੁਸ਼ੀ ਤੈਨੂੰ ਮੈਂ ਖੁਸ਼ੀ ਖੁਸ਼ੀ ਭੇਜੂਗਾ ਇੱਥੋਂ ਇਹ ਪ੍ਰੋਮਿਸ ਆ ਤੇਰੇ ਨਾਲ ਪਰ ਤੂੰ ਵੀ ਇੱਕ ਪ੍ਰੋਮਿਸ ਮੇਰੇ ਨਾਲ ਕੀਤਾ ਸੀ ਉਸ ਦਿਨ ਤੂੰ ਹੁਣ ਪ੍ਰੋਮਿਸ ਨਿਭਾ ਉਹ ਪ੍ਰੋਮਿਸ ਤੈਨੂੰ ਮੈਂ ਇੱਕ ਗੱਲ ਕਹੀ ਸੀ ਵੀ ਤੂੰ ਰੋਜ਼ ਨਹੀਂ ਆ ਗੱਲ ਕਰਨੀ ਵੀ ਰੋਜ਼ ਜੇ ਤੂੰ ਰੋਂਦੀ ਫਿਰੇਂਗੀ ਹੁਣ ਸਾਰੀਆਂ ਬੁੜੀਆਂ ਸੇਵਾ ਕਰ ਰਹੀਆਂ ਤੂੰ ਇੱਥੇ ਫਿਰ ਰਹੀ ਘੁੰਮ ਰਹੀ 2 ਘੰਟੇ ਨਹੀਂ ਮੈਂ ਕਰਦੀ ਤਾਂ ਵੀ ਬੋਲਤੇ ਨਾ ਕੋਈ ਗੱਲ ਨਹੀਂ ਤਾਂ ਵੀ ਬੋਲਤੇ ਕੋਈ ਗੱਲ ਨਹੀਂ ਤੂੰ ਜੋ ਸੇਵਾ ਕਰਨ ਵਾਲੇ ਹੁੰਦੇ ਆ ਨਾ ਉਹ ਸੁਣਤੇ ਨਹੀਂ ਹੈ ਕੁਛ ਉਹ ਆਪਣਾ ਕੰਮ ਕਰਤੇ ਰਹਤੇ ਹੈ ਬਸ ਕੋਈ ਨਾ ਕਰਤੇ ਤਾਂ ਵੀ ਬੋਲਦੇ ਨਾ ਕਰਤੇ ਤਾਂ ਵੀ ਬੋਲਦੇ ਆ ਫਿਰ ਤੂੰ ਕੀ ਸੋਚਦੇ ਫਿਰ ਨਾ ਕਰਨੇ ਸੇ ਅੱਛਾ ਹੈ ਨਹੀਂ ਫਿਰ ਕਰਨੇ ਸੇ ਅੱਛਾ ਫਿਰ ਵਹੀ ਤੋਂ ਬਾਤ ਹੈ ਨਾ ਸੁਣਤੀ ਰਹੋ ਕੋਈ ਬਾਤ ਨਹੀਂ ਕੀ ਬਾਤ ਹੈ ਉਹ ਵੀ ਮਰੀਜ਼ ਹੈ ਨਾ ਜੋ ਬੋਲਤੇ ਹੈ ਤੇਰੇ ਕੋ ਉਹ ਵੀ ਬਿਮਾਰ ਥੇ ਕਭੀ ਤੋ ਉਨਕੀ ਬਾਤ ਮਤ ਸੁਣੋ ਹਮ ਬੋਲਤੇ ਹੈ ਤੇਰੇ ਕੋ ਮੈਂ ਬੋਲਤਾ ਹੂੰ ਕਭੀ ਫਿਰ ਮੈਂ ਭਾਈ ਹੂੰ ਤੇਰਾ ਤੂੰ ਮੇਰੇ ਲਈ ਕੰਮ ਕਰਨਾ ਹੈ ਨਾ ਮੇਰੇ ਲਈ ਸੇਵਾ ਕਰਨੀ ਹੈ ਭਾਈ ਕੇ ਲਈ ਵੀ ਨਹੀਂ ਬਾਤ ਸੁਣੋਗੀ ਭਾਈ ਕੀ ਫਿਰ ਜਹਾਂ ਵੀ ਗੁਰਦੁਆਰਾ ਮੈਂ ਹਮ ਜਾਤੇ ਹੈ ਖਾਣਾ ਖਾਤੇ ਹੈ ਲੰਗਰ ਮੈਂ ਹਮ ਵਹਾਂ ਪੇ ਵੀ ਸੇਵਾ ਕਰਵਾਤੇ ਹੈ ਨਾ ਵੀ ਹਮਨੇ ਲੰਗਰ ਜਹਾਂ ਪੇ ਛਕਾ ਹੈ ਬਰਤਨ ਧਲਾ ਦੇਤੇ ਹੈ ਸਫਾਈ ਕਰਵਾ ਦੇਤੇ ਤੋ ਜੇ ਵੀ ਗੁਰੂ ਕਾ ਲੰਗਰ ਹੈ ਜੀ ਲੱਗਦਾ ਹਮ ਬੱਚੇ ਨੂੰ ਵਹਾਂ ਵੀ ਪੜਾ ਸਕਦੇ ਹੈ ਭੈਣੇ ਉੱਥੇ ਜਾਵਾਂਗੇ ਪਰ ਛੱਤ ਤੋਂ ਹੋਗੀ ਨਾ ਫੇਰੀ ਰਹੋਗੀ ਨਾ ਕਰੋੜ ਪੇ ਰਹੇਗੀ ਨਹੀਂ ਘਰ ਹੈ ਨਾ ਫਿਰ ਵਹੀ ਤੋ ਹੈ ਨਾ ਉਹ ਘਰ ਬਣਾਏਗੇ ਭੇਜੇਗੇ ਟਾਈਮ ਲੱਗੇਗਾ 1 ਸਾਲ ਕੇ ਲਈ ਤੁਮ ਮੇਰੇ ਕੋ ਬਿਲਕੁਲ ਠੀਕ ਹੋ ਕੇ ਦਿਖਾਓ ਮੇਰੇ ਕੋ ਐਸਾ ਲੱਗੇ ਸੰਗੀਤਾ ਗੁਪਤਾ ਬਿਲਕੁਲ ਠੀਕ ਹੈ ਆਪ ਅਬ ਹਰ ਰੋਜ਼ ਜੇ ਰੋਣਾ ਧੋਣਾ ਨਹੀਂ ਹੈ ਇਸਕਾ ਤੋ ਹਮ ਘਰ ਬਣਾਨੇ ਕੇ ਬਾਰੇ ਮੇਂ ਸੋਚ ਨਹੀਂ ਲੱਗਦਾ ਨਾ ਮੇਰੇ ਲਗਾਣਾ ਪੜੇਗਾ ਲਗਾਣਾ ਪੜੇਗਾ ਕਿਉਂ ਨਹੀਂ ਦੇਖੋ ਬਤਾਓ ਜਬ ਤੂੰ ਗਾਉਂ ਸੇ ਜਹਾਂ ਪੇ ਆਈ ਸੀ ਸ਼ਾਦੀ ਹੋ ਤਬ ਜੀ ਲੱਗਦਾ ਤਾਂ ਧੀਰੇ ਧੀਰੇ ਸਭ ਲੰਘਣੇ ਚਾਲੂ ਹੋ ਜਾਂਦੇ ਮਜਬੂਰੀ ਹੈ ਤੂਨੇ ਖੁਦ ਕੀਆ ਜੇ ਗਲਤੀ ਭਗਵਾਨ ਨੇ ਕੀ ਹੈ ਨਾ ਤੋ ਭਗਵਾਨ ਕੀ ਮੰਨਣੀ ਪੜੇਗੀ ਜਬ ਜੇ ਗੁਪਤਾ ਜੀ ਚਲੇ ਗਏ ਇਸ ਦੁਨੀਆ ਸੇ ਉਸਕੋ ਕਿਸੀ ਨੇ ਮਾਰ ਡਾਲਾ ਖੁਦ ਹੀ ਚਲੇ ਗਏ ਨਾ ਵੋ ਭਗਵਾਨ ਨੇ ਉਨਕੋ ਬੁਲਾ ਲਿਆ ਆਪਣੇ ਪਾਸ ਤੋ ਉਸਕੀ ਬਾਤ ਮੰਨਣੀ ਪੜੇਗੀ ਨਾ ਜਦੀ ਭਗਵਾਨ ਨੇ ਦੁੱਖ ਦਿਆ ਹੈ ਤੋ ਹਮੇ ਕਾਟਣਾ ਪੜੇਗਾ ਤੂੰ ਤੋ ਬੱਚੋਂ ਸੇ ਵੀ ਜ਼ਿਆਦਾ ਰੋਤੀ ਹੈ ਤੋ ਬੱਚੇ ਕਿਆ ਕਰਨਗੇ ਫਿਰ ਇਨਕੇ ਦਿਮਾਗ ਮੇ ਵੀ ਬਹੁਤ ਜ਼ਿਆਦਾ ਅਸਰ ਪੜ ਰਿਹਾ ਹੈ ਜੇ ਪੜਾਈ ਲਿਖਾਈ ਮੈਂ ਮਨ ਨਹੀਂ ਲਗਾਤੇ ਬਿਲਕੁਲ 0 ਹੈ ਜੀ ਰਾਜ ਬਿਲਕੁਲ ਸਕੂਲ ਸੇ ਮੈਂ ਜਾ ਕੇ ਆਇਆ ਹੂੰ ਤਾਂ ਮੇਰੇ ਕੋ ਤੋ ਇੱਕ ਵਾਰ ਵੀ ਨਹੀਂ ਜਾਣਨੇ ਦਿੱਤਾ ਮੈਂ ਵੀ ਦੇਖੂ ਜਾ ਕਰ ਇਸ ਵਹਾਂ ਪੇ ਐਸੇ ਤੁਮ ਪਾਗਲੋ ਕੀ ਜੈਸੇ ਬਾਤ ਕਰੋਗੇ ਸਕੂਲ ਮੇ ਜਾ ਕੇ ਇਨਕੇ ਬੱਚੇ ਮਜ਼ਾਕ ਉਡਾਏਗੇ ਇਸਕੀ ਮਾਂ ਐਸੇ ਬੋਲਦੀ ਰੋ ਰਹੀ ਥੀ ਕਿਆ ਕਰੀ ਭਾਗ ਰਹੀ ਥੀ ਇਧਰ ਉਧਰ ਇਸੇ ਲਈ ਨਹੀਂ ਭੇਜ ਰਹੇ ਬੱਚੋਂ ਕੀ ਬੇਇੱਜ਼ਤੀ ਨਹੀਂ ਹੋਗੀ ਤੁਹਾਰੇ ਕੀ ਵਹਾਂ ਪੇ ਜੇ ਤੁਮ ਐਸੇ ਕਰ ਕਿਵੇਂ ਹੋਏਗੀ ਮੈਂ ਦੇਖੂ ਨਾ ਸਕੂਲ ਕਿਹੜਾ ਸਕੂਲ ਹੈ
देखना देखे स्कूल तो दिखा देंगे तेरे को, पर क्लास में लेके जाएंगे तुम ऐसे रोने लग जाओगी मैंने घर जाना है मैंने घर जाना है, वहां पे जाके ऐसी बात करोगी तो वो कौन सा घर दे देंगे तेरे को, जहां भी मेरा घर बनवा दो बनाएंगे, पर एक साल के लिए तेरे को अच्छे से रहना पड़ेगा संगीता, अपने बच्चों के लिए प्लीज, ठीक है। एक साल कितना होता है, आधा तो निकल गया है, 365 दिन, आधा तो निकल गया है तेरे को, 5-6 महीने तो हो गए इधर आए हुए, 5-6 महीना रह गया है, ठीक है ना। हाँ बिल्कुल बनेगा, क्यों नहीं बनाएंगे, पर मेरे को तुम बिल्कुल ऐसे बात करोगी जैसे नॉर्मल दूसरे बात करते हैं लेडीज, वैसे बात करना है। अच्छा, ऐसे रो के रोज सुबह जब मैं उठता हूँ बाहर निकलता हूँ तो तेरा यही होता है हर रोज, लगाना पड़ेगा बेटा, जब भगवान ने हमें दुख दिया है तो कुछ सिखाने के लिए दिया है, उससे कुछ सीखना है हमने, ऐसे थोड़ी ना रोते धोते एक साल से रोते धोते रहोगे, फिर सबको हो जाता, मेरे पापा चले गए थे हम ऐसे रोते रहे बैठे हैं। तो अभी मैं किसी से गल नहीं करना, बहन से ना भाई से, सब बंद हो गया मेरा। किसने किया बंद, कौन हो रहा, किसने बंद किया है, उन्होंने खुद ही बंद कर दिया ना, तो क्या यदि वो बहन भाई ने बंद कर दिया हम तेरे बहन भाई नहीं बने, तू हमें मानती नहीं है भाई, क्यों नहीं मानती हमें भाई, जो भाई था तेरा उसने तो पीट पीट के तेरे को वहां से भगा दिया। नहीं पीट के थोड़ी भगा, मैं खुद आई अपना। हाँ, क्यों आई थी, आई थी कि मेरा घर है, तब घर तो मेरा तोड़ दिया भाई, भाई तो मैं तेरे को बोल रहा हूँ तेरा दिमाग थोड़ा इस बात को समझो, सब बन जाएगा, पर हमें लड़ाई लड़ने के लिए ठीक होना पड़ेगा, अभी तो तू लड़ाई लड़ने, वो तेरे को पागल समझते, तू रोती है, तू मालिक के बेटे को भी भाई मेरा घर बना दो, तेरे को ये पता ही नहीं चल रहा है अभी, उसको क्या बोलेगी, उन्होंने तो निकाला है, उन्होंने तो घर तोड़ दिया है, वो कैसे घर बना देंगे अब तेरा, यदि वो अच्छे से काम करते तो ऐसा करते ही ना वो, तेरे को पता ही नहीं चलता मैंने किसको किसको बोलना है, हम बनाएंगे घर, पर उसको थोड़ी, जिसने तोड़ा है उसको थोड़ी बोलेंगे भी तुम बना दो, वो तो हमें अपनों को खुद को बनाना पड़ेगा हम लोगों को, मेरे को ही बनाना पड़ेगा। हाँ हम बनाएंगे, पर तू ऐसे नहीं किसी के पास भी भाग जाए, उसके पास भाभी मेरा घर बना दो, भाभी मेरा घर, तू बोल रही थी मेरा वो भाई है लक्की भाई ने मेरा घर दिया, लक्की मेरा सगा भाई है, उसने गेट भी नहीं खोला, गए थे ना, आया बाहर लक्की, एक भी बात सुनी उन्होंने अपनी, फिर तू कितना बाहर बिलकती रही रोती रही तड़पती रही, पानी भी दिया उन्होंने, पानी भी दिया उन्होंने, तेरा सामान सारा बाहर निकाल के फेंक दिया, फेंक दिया, फेंका था ना, फिर कोई भाई नहीं है इधर, तो जो लोग बन रहे हैं भाई तू उनको मान नहीं रही, तो फिर बनेगा घर कौन बनाएगा, हम बनाएंगे, हम लोग बनाएंगे, सब भगवान बनाएगा, भगवान से मांगो, वो देकर वापस नहीं मांगता, मेरा बना के मैं शिफ्ट कर दो ना, फिर वही बात कर रही हो, मेरा सामान क्या होगा, फिर वही बात कर रही है, वहाँ पे बच्चे को अपने से प्यार देखो, सभी चाहते हैं, तुम अकेली थोड़ी ना चाहते हो, कैसे चलोगी बताओ, पैसे कहाँ से आएंगे, हम अभी तेरे को छोड़ देते हैं वहाँ, क्या करोगी, क्या लोगों से मांग मांग के पैसे लेके आया करोगी, क्या करोगी बताओ, राशन कहाँ से लाओगी, देगा कोई, कोई रोटी नहीं देता, बताओ, मैं अभी तेरे को उसी मोहल्ले में छोड़ाता हूँ, क्या करोगी उस मोहल्ले में जाके, कहाँ पे रहोगी बोलो, अजी भेज देता हूँ वहां पे, इसका स्कूल है वहाँ, हाँ क्या करेगी स्कूल में, वर्दी कहाँ से पाएंगे, नहाएंगे कहाँ पे, रहेंगे कहाँ पे, सोएंगे कहाँ पे, स्कूल में नहीं, वो है ना ये जहाँ पर सामान रखा हुआ मेरा, वो कितनी दूर है, 20-25 किलोमीटर दूर है वहां से, 30 किलोमीटर, तो मेरा सामान उसी रहेगा, सामान मालिक ने रखा है वहां पे, संभाल के रखा है, जो मालिक है घर का उसने बोला है मेरी जिम्मेदारी है, उस घर में सामान पड़ा है, जब तक भी पड़ा रहेगा हम ध्यान रखेंगे, उसको लॉक लगा दिया, चाबी मेरे पास है, गोल्ड में पाल भी रख दे, हाँ वो जहाँ पे ले आए हैं, तो वो सामान जब तक तेरा घर नहीं बनता वो सामान वहीं पे रहेगा, पड़ा है वहाँ पे सेफ्टी में, कोई खराब नहीं करेगा, मेरा कैसे ऑफिस नहीं है मुर्गे में, लुधियाने में, तेरे को एड्रेस ही नहीं पता है ऑफिस का, तो चाबी मेरा ले लिया, फिर चाबी नहीं, एड्रेस भी नहीं है ना तेरे को पास, कहाँ जाके ढूंढेंगे ऑफिस, देखो जी ये हस्बैंड थे ना जी ऑफिस सी LIC कंपनी जॉब करते थे, जिवें वो एजेंट सी, उन्होंने ऑफिस बनाया हुआ जिवें कुछ बंदियां ने रल के, है ना, हुण जां तां जिहड़े इन्हां दे नाल इन्हां दे हस्बैंड दे नाल जिहड़े जॉब करते थे उन्होंने कलीग सीगे, वो जां तां कुछ दस सकदे आ, है ना, वही सब दोस्त रहेगा तभी ना पता लगेगा, तो वो भी हुण आ नहीं रहा कोई भी, है ना, कोई मिल नहीं रहा, एक वारी वो आए सी भोगते संस्कार ते, उस तों बाद बस उन्होंने भी डिसकनैक्ट करता, हुण इह भैण इदां हो गई सी, पता ही नहीं लग रहा भी कौन की कित्थे आ,
उस दिन एक सानू उतो बयाने की कॉपी मिली है वह लुधियाने उत्थे मोगे शहर के उन्होंने बयाना किया हो 2 लाख रुपया कुछ दिता हो वह भी साढ़े को पई है वो भी असं पैरवाई करना चाहते पर जे उन्होंने कोई दोस्त मिलने सानू कलीग्स मिलने ता ही सानू पता लगेगा है ना तो प्लीज जेड़ा कोई इस क्या पता है ठीक है चलो स्कूले जाओ बेटा तुम मैं तो थोड़ी गल्लां च लग गया वाहेगुरु जी का वाहेगुरु जी की फतेह वाहेगुरु जी का खालसा वाहेगुरु जी की तुम लेट का तो हो गए भाई टाइम ना का तो नहीं जानते इन्ना लेट हो गए है गल्लां करी जाने मेरे को खड़े तुम है मैं तो मम्मी ना गल्लां करदा सीगा कुणाल दी नाल ताणी खड़े रह गए मेरे को संदीप सिंह बाल ठीक करो सत्या पहला कुड़िया पहला लड़कियां कलिया गड्डी कट के इन्हों एक गड्डी च बिठा के लाया उत्ते फिर उत्ते कहीं के होगा किक्का होगा लेट हो रहे हैं दो गेड़े लाऊंगे बापू जब तक आरती तू बैठा ही मूहरे बहे बापू को चल हां मूहरे बिठा ला बापू ना हां कोई ना बिठा नाल इतने किसी रंजन बैठ इतने संदीप तू बैठ इधर पे बैग मूहरे कर पहला गर्म कर ला गड्डी चलो बापू तुरो तुरो तोर बापू तुर तुर बाय बाय बैठो बैठो गड्डी मूहरे नहीं टीम थी पिछे सारे जने मूहरे बह जाओगे फिर नहीं पिछे बैठो चलो 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 चल चल पुत हरमन अर्जुन इधर चल जल्दी बैठ दिलपी पिछे चल तू मूहरे मेरे दिलपी आके तू कीमती ने बारी पहला खोली सी उन्होंने बताना मूहे लड़ पिछला की करी जाना पाके किधर तुरै फिर हाल है किड्डा लाड़ा कमाल हो गई यार इहदी पग नूं कट लो इधर खड़ा हो जे लड़ नहीं पूरा आउंदा ना हुण जिवें मेरियां पग्गां वा मैं मिणके जिवें हुण आ लड़ वाधू आ इन्ना कि लड़ माड़ा जिहा कट देना मेरे कोल लैके आई पग नूं शाम नूं जदों आ गया ना मैं तैनूं इहनूं बिल्कुल सैट करके दूंगा फिर पूरा पूरा लड़ आया करूंगा अच्छा हाँ आप कट देंगे पुत एक जिहड़ा आह लड़ हुंदा ना आह वाला पिछला ये ज्यादातर थोड़े बाहर ही निकले तुरे फिरदे हुंदे इहनूं इत्थे ही बैची इत्थे ही रहिया करो बैच ठीक है फिर उह निकलदा नहीं गा विच्चों हाँ बस वधिया वधिया आया आजा भैने संगीता काम करा चल के नाल होना जी मैं पता लगे भी मेरी संगीता भैन इतने माड़ा वाइपर जो मार के पानी खिलार दो नमू नमू तेन मैं नवा देगा नवा देगा उपर पे मेरे को हां भेज देंगे नवा देगा तेन अच्छा मैं साहब जो चलो चलो जल्दी जल्दी कचो काम न लगो कर पा बूट पा आप तू आप छेती छेती खिचो काम जमातू बाबे ये बाह थले कर लिया कर अच्छा ठंड हो गई हूं ये पिता जी बुलायो दोबारा अज फोन करो ये पिता जी पाल गिके कह गिका कितने गया खड़ जा पुत खड़ जा पाल साहब के डैडी बुलाओ अज नहीं बापू हो गया जमातू उपर नहीं चाड़ने अच्छा ठंड हो गई हूं भीरे नाले सारी जैकेट खराब हो जाती कोटी फिर नाले सोज आ जाती तेरे हाथों के क्योंकि खून रोके आता फिर बिले वो नंगे पर ही आ गया गुरुद्वारा साहब तो तू भज के है नंगे पर ही आ गया जब चप्पल पा गया बूट पा गया अमृत पंडित के बूट पाते ही तो आके आप उठ के चल वाह उ बैठ चल वह कुर्सी से बिठा सिर वाली तेन
एक ना बिल्ला कित्थे आ बिल्ले जमातू किधर गया हूं आ जमातू खड़ा सी मेरे जमातू रे जमातू ए जनता इधर आओ बिल्ले इधर ना ब्लड दे टेस्ट कराओ काके सैंपल इधर ना सोजिश आ रही है आज मैं देख रहा हूं हथां दे ना ਇਹ ਸੋਜ ਨਹੀਂ ਆਉਣੀ ਚਾਹੀਦੀ ਹੱਥਾਂ ਦੇ ਆਦੇ ਆ ਸੋਜ ਆ ਪਾਣੀ ਭਰਿਆ ਆ ਹੱਥਾਂ ਤੇ ਜਾਂ ਤਾਂ ਇਹ ਬਾਹਾਂ ਵਿੱਚ ਚਾੜ ਕੇ ਟਾਈਟ ਕਰਕੇ ਰੱਖਦਾ ਬਾਲੀਆਂ ਉਹਦੇ ਕਰਕੇ ਹੋ ਸਕਦਾ ਇੱਕ ਨਾ ਇਹਦੇ ਮੈਂ ਪੈਰਾਂ ਤੇ ਵੀ ਥੋੜੀ ਦੇਖੀ ਸੀ ਥੋੜੀ ਮੈਨੂੰ ਪੈਰਾਂ ਤੇ ਵੀ ਲੱਗੀ ਬਾਹਾਂ ਤੇ ਵੀ ਲੱਗੀ ਆ ਰਿਹਾ ਮੂੰਹ ਤੇ ਵੀ ਤੁਹਾਨੂੰ ਲੱਗਦੀ ਨਹੀਂ ਸੋਜ ਮੂੰਹ ਤੇ ਆ ਰਹੇ ਏਦਾਂ ਹੱਥ ਲਾ ਕੇ ਨਾ ਇੱਕ ਮਿੰਟ ਲਈ 30 ਸੈਕਿੰਡ ਲਈ ਦੇਖ ਲਿਆ ਕਰੋ ਪਤਾ ਲੱਗ ਜਾਂਦਾ ਇਹ ਸੋਜ ਅੱਛਾ ਹਰ ਕਿੰਨੀ ਸੋਜ ਆ ਮੂੰਹ ਤੇ ਉਹਨੇ ਸੋਜਿਸ਼ ਆਈ ਸੀਗੀ ਬਲਵਿੰਦਰ ਸਿੰਘ ਦੇ ਕਾਹ ਤੋਂ ਆਈ ਸੀ ਹਾਂ ਇਹਦੇ ਕੋਈ ਏਦਾਂ ਨਾ ਹੋਵੇ ਚੈੱਕਅਪ ਕਰਾਓ ਅੱਜ ਅੱਜ ਹਾਂ ਕਿੱਥੇ ਵਾਹਿਗੁਰੂ ਲਿਆ ਫੜ ਕੇ ਉਹਨੂੰ ਸਤਿ ਸ਼੍ਰੀ ਅਕਾਲ ਚਰਨਜੀਤ ਕਿਵੇਂ ਪਾਣੀ ਪਿਲਾ ਦਿੱਤੀ ਰੂਬੀਰੇ ਧੀਰੂ ਵੀਰੇ ਉਹ ਧੀਰੂ चंडीगढ़ चप्पल ला दे पाई फिर इनू देना बलून इनू देना अज बड़ा हेलीकॉप्टर दिना दिना कर दा लोट ਹੈਲੀਕਾਪਟਰ ਦੇਣਾ ਮੈਂ ਅੱਜ ਰਾਜਕੁਮਾਰ ਨੂੰ ਇੱਥੇ ਬਹਿ ਜਾ ਮੈਂ ਪੈਰ ਧੋਣੇ ਨਾਲੇ ਰਾਜਕੁਮਾਰ ਦੇ ਆਪਦੇ ਪੁੱਤ ਦੇ ਅੱਜ ਰਾਜਕੁਮਾਰ ਦੇ ਪੈਰ ਧੋਣੇ ਆ ਅਸੀਂ ਅੱਜ ਰਾਜਕੁਮਾਰ ਦੇ ਕਿੰਨੀ ਵੇਰੀ ਪੱਗ ਬਣਾ ਲਈ ਸਵੇਰ ਦੇ ਨੇ ਤੂੰ ਮੇਰੇ ਤੋਂ ਹੈ ਓਏ ਰਾ ਕਿੰਨੀ ਵੇਰੀ ਪੱਗ ਬਣਾ ਲਈ ਰੱਬ ਸਵੇਰ ਦੇ ਨੇ ਪਿੰਡਕ ਪਿੱਛੋਂ ਲਾ ਕੇ ਲੈ ਆਉਣਾ ਓਏ ਪਿਓ ਦਿਆ ਪੁੱਤਾ ਤੇਰੀ ਸੰਗ ਲੈ ਗਿਆ ਕੁੱਤਾ ਇਹ ਮੈਨੂੰ ਐ ਕਹਿੰਦੀ ਹੁੰਦੀ ਸੀ ਮੇਰੀ ਨਾਨੀ ਰੱਬਾ ਤੈਨੂੰ ਸਮਝ ਨੀ ਆਉਂਦੀ ਮੇਰੀ ਗੱਲ ਮੇਰੀ ਨਾਨੀ ਨਾ ਮੈਨੂੰ ਨਿੱਕੇ ਜਿਹੇ ਨੂੰ ਕਹਿੰਦੀ ਹੁੰਦੀ ਸੀ ਓਏ ਮੇਰਿਆ ਪੁੱਤਾ ਤੇਰੀ ਸੰਗ ਲੈ ਗਿਆ ਕੁੱਤਾ ਹੁਣ ਸੜਕ ਪਤਾ ਨੀ ਕੀ ਹੁੰਦੀ ਸੀਗੀ ਕਿੱਧਰ ਚਲੇ ਜਾਂਦਾ ਬਾਈ ਤੈਨੂੰ ਲੱਭਣਾ ਕਾਹਤੋਂ ਪੈਂਦਾ ਹਾਕਮ ਚਲੋ ਜੀ ਅਸੀਂ ਇਹਨੂੰ ਤਾਂ ਹਜੇ ਟਾਈਮ ਲੱਗਣਾ ਦੋ ਤਿੰਨ ਘੰਟੇ ਦਾ ਕਿਉਂਕਿ ਸਾਰੇ ਪਰਿਵਾਰਕ ਮੈਂਬਰ ਜਿਹੜੇ ਸਾਈਡ ਖੜੇ ਆ ਜਿਹਨਾਂ ਨੇ ਪਵਾ ਤੇ ਆ ਬੂਟ ਆ ਖੜੇ ਤੇ ਜਿਹਨਾਂ ਨੇ ਹਜੇ ਪਵਾਉਣੇ ਆ ਇਸ ਸਾਈਡ ਸਾਰੇ ਮੈਂਬਰ ਆ ਜਿਹਨਾਂ ਨੇ ਬੂਟ ਪਵਾਏ ਜਾਣੇ ਆ ਮੰਗਾ ਬਾਬਾ ਜਿਹੜਾ ਜਮਸ਼ੇਰ ਤੋਂ ਮਿਲਿਆ ਸੀ ਕਿਸੇ ਟਾਈਮ ਹੁਣ ਦੁਬਾਰਾ ਬਾਪੂ ਪਟਿਆਲੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰੋਂ ਮਿਲਿਆ ਪੈਰ 'ਚ ਬਾਪੂ ਦੇ ਕੀੜੇ ਪਏ ਹੋਏ ਸੀਗੇ ਇੱਧਰ ਬਾਪੂ ਦੇ ਅੱਖਾਂ ਦਾ ਆਪਰੇਸ਼ਨ ਕਿੱਦਾਂ ਬਾਬੇ ਠੀਕ ਹੈ ਦਿਖਾਈ ਦਿੱਤਾ ਆਪ ਦਿਖਤਾ ਹੈ ਮੇਰਾ ਸਿਰ ਜੇ ਕੌਣ ਸੇ ਕਲਰ ਕੀ ਪਗੜੀ ਹੈ ਬਤਾਓ ਪਗੜੀ ਕਾ ਕਲਰ ਕੌਣ ਸਾ ਹੈ ਰੰਗ ਕੌਣ ਸਾ ਹੈ ਕੌਣ ਸਾ ਰੰਗ ਹੈ जे कौन सा रंग है जे उंगली कितना है उंगली जे कितना उंगली है अब तो दिखाई देखो इन बापू दिखता नहीं सीगा जी बहुत घट महीन जहा दिखाई दिता सीगा इहदा अख का ऑपरेशन हो गया बापू का महाराज ने कृपा करती है लेंज पै गया दिखन लग गया बापू इस साइड हां हां मिलने सारा देने अज बूट ਇੱਥੇ ਤੁਹਾਨੂੰ ਵੀ ਦੇਵਾਂਗੇ ਭੋਲੀ ਹਾਂ ਉਹਨੂੰ ਵੀ ਦੇਵਾਂਗੇ ਇਧਰਲੇ ਪਾਸੇ ਸਾਰੇ ਜਿੰਨੇ ਮੈਂਬਰ ਬੈਠੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਸ਼ੂਜ਼ ਆ ਹਜੇ ਅਸੀਂ ਦੇਣੇ ਆ ਪੈਰ ਧਵਾ ਧਵਾ ਕੇ ਸਾਰਿਆਂ ਦੇ ਬੂਟ ਪਵਾਏ ਜਾਣਗੇ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਇਹ ਭੈਣ ਆਪਣੇ ਬਾਪੂ ਜੀ ਨੂੰ ਲੈ ਕੇ ਆਏ ਹੋਏ ਆ ਇੱਥੇ ਬਾਪੂ
ਡਿਮੈਂਸ਼ੀਆ ਤੋਂ ਪੀੜਤ ਆ ਕੈਂਪ ਚ ਆਏ ਸੀ ਪਿਛਲੇ ਕੈਂਪ ਚ ਉਹਨਾਂ ਦੀ ਦਵਾਈ ਇਸ ਕੈਂਪ ਚ ਇਹਨਾਂ ਨੂੰ ਹੁਣ ਛੁੱਟੀ ਮਿਲ ਜੂਗੀ ਤੇ ਆਪ ਘਰੇ ਚਲੇ ਜਾਣਗੇ ਇੰਨੇ ਨਾਲ ਹੀ ਦੇਖੋ ਕਿੰਨਾ ਫਰਕ ਪੈ ਗਿਆ ਉੱਥੇ ਬਾਪੂ ਨੂੰ ਘਰੇ ਬੰਨ ਕੇ ਰੱਖਣਾ ਪੈਂਦਾ ਸੀ ਭੈਣ ਉਹਨਾਂ ਨੂੰ ਕਿਉਂਕਿ ਬਾਪੂ ਨੂੰ ਸੁੱਧ ਬੁੱਧੀ ਹੈ ਨਹੀਂ ਸੀ ਆਪਦੀ ਨਾ ਪੁੱਤ ਦਾ ਨਾ ਧੀ ਦਾ ਪਤਾ ਨਹੀਂ ਸੀ ਲੱਗਦਾ ਵੀ ਕੀ ਕਹਿਣਾ ਕੀ ਬੋਲਣਾ ਕੀ ਕਰਨਾ ਤੇ ਦੋ ਬੇਟੀਆਂ ਹੀ ਆ ਅੱਜ ਗੁਰੂ ਦੀ ਕਿਰਪਾ ਪਹਿਲਾਂ ਦਸ ਬਾਰਾਂ ਸੱਤ ਅੱਠ ਦਿਨ ਪਹਿਲਾਂ ਦੂਜੀ ਭੈਣ ਰਹੀ ਬਾਪੂ ਦੀ ਬੇਟੀ ਹੁਣ ਭੈਣ ਇਹ ਰਹੀ ਹੋਈ ਆ ਸਾਰਾ ਦਿਨ ਆਪਣੇ ਬਾਪ ਦੀ ਸੇਵਾ ਕਰਦੀਆਂ ਵਾਂ ਸਾਰਾ ਦਿਨ ਨਮਾਤ ਵਾ ਤਾਂ ਸਾਡੇ ਟੀਮ ਮੈਂਬਰ ਦਿੰਦੇ ਆ ਬਾਕੀ ਉਹਨਾਂ ਨੂੰ ਖਵਾਉਣਾ ਪਿਆਉਣਾ ਦਵਾਈ ਦਵਾਉਣੀ ਹਰ ਚੀਜ਼ ਦੇ ਵਿੱਚ ਇਹ ਭੈਣਾਂ ਇਨਵੋਲਵਡ ਹੈ ਇਸ ਤਰ੍ਹਾਂ ਜਿਹੜੇ ਮੈਂਬਰ ਸਾਡੇ ਕੋਲ ਆਉਂਦੇ ਨੇ ਕੈਂਪਾਂ ਦੇ ਵਿੱਚ ਜਿਹੜੇ ਬਹੁਤ ਕ੍ਰਿਟੀਕਲ ਹੁੰਦੇ ਨੇ ਜਿਹੜੇ ਬਹੁਤ ਮੈਂਟਲੀ ਅਪਸੈਟ ਹੁੰਦੇ ਨੇ ਉਹਨਾਂ ਨੂੰ ਅਸੀਂ ਫਿਰ 10 ਤੋਂ 15 ਦਿਨਾਂ ਵਾਸਤੇ ਇੱਥੇ ਰੱਖ ਲੈਂਦੇ ਹੁੰਦੇ ਹਾਂ ਤਾਂ ਜੋ ਥੋੜ੍ਹੇ ਉਹ ਜਦੋਂ ਸ਼ਾਂਤ ਹੋ ਜਾਣ ਠੀਕ ਹੋ ਜਾਣ ਫਿਰ ਵਾਪਸ ਭੇਜ ਦਿੰਦੇ ਹੁੰਦੇ ਪਰ ਉਹਨਾਂ ਦਾ ਇੱਕ ਪਰਿਵਾਰਕ ਮੈਂਬਰ ਨਾਲ ਰਹਿੰਦਾ ਸਾਡੇ ਹਾਂ ਬਾਪੂ ਮੱਥਾ ਟੇਕਦਾ ਮੱਥਾ ਟੇਕਦਾ ਮੈਂ ਵੀ ਮੱਥਾ ਟੇਕਦਾ ਬਾਪੂ ਇੱਧਰ ਇੱਕ ਮਿੰਟ ਬਾਪੂ ਜੀ ਕਰਦੇ ਹਾਂ ਗੱਲ ਇੱਕ ਇੱਧਰ ਇਹ ਸਾਡਾ ਮੈਂ ਦਿੱਤਾ ਨਹਿਰ ਮੁਹੰਮਦ ਸਲੀਮ ਦੇ ਹੁਣ ਜਿਵੇਂ ਇੱਕੋ ਹੀ ਜੋੜਾ ਪੈਣਾ ਬੂਟਾਂ ਦਾ ਹਨਾ ਇੱਕ ਲੱਤ ਹੈ ਨੀ ਬਾਈ ਦੀ ਹਨਾ ਇੱਕ ਹੀ ਲੱਤ ਆ ਮੁਹੰਮਦ ਤੇਰੀ ਲੱਤ ਲੱਗੀ ਹੋਈ ਆ ਤੂੰ ਤੁਰਦਾ ਕਾ ਤੈਨੂੰ ਯਾਰ ਉਹਦੇ ਨਾਲ ਮੇਰੇ ਪਾਸ ਤੂੰ ਨੇ ਮੁੜ ਕੇ ਲਈ ਨੀ ਨਾ ਓਏ ਕਾਕਾ ਬਿੱਲੇ ਕਾਕੇ ਇਹਦੀ ਲੱਤ ਲੈ ਕੇ ਆ ਮੁਹੰਮਦ ਸਲੀਮ ਦੀ ਲੱਤ ਕਿੱਥੇ ਆ ਲੱਤ ਉਹਦੀ ਹੈਂ ਹਾਂ ਮਿਲਣਗੇ ਸਾਰਿਆਂ ਨੂੰ ਮਿਲਣਗੇ ਤੈਨੂੰ ਕਹਿਣ ਦੀ ਲੋੜ ਨੀ ਭੈਣੇ ਦੇਖੋ ਇੱਧਰ ਇਹ ਭੈਣ ਹੋਣੀ ਹੁਣ ਜਿਵੇਂ ਮਿਰਚਾਂ ਟੁੱਕੀ ਜਾਂਦੀਆਂ ਮੈਂ ਬੇਬੇ ਤੂੰ ਵੀ ਲੱਗ ਜਾ ਕਰ ਨਾਲ ਬਾਬਿਆਂ ਵਾਂਗੂ ਬਹਿ ਜਾਂਦੀ ਸਾਜਰੀ ਚੌਂਕੜਾ ਮਾਰ ਕੇ ਉੱਠ ਖੜੀ ਆ ਮੇਰੀ ਜੇ ਮਾਂ ਵਾਂ ਤਾਂ ਉੱਠ ਕੇ ਲੱਗ ਨਾਲ ਚੱਲ ਮੈਂ ਰੋਜ਼ ਦੇਖਦਾ ਤੂੰ ਇੱਥੇ ਮਾਂ ਬੈਠੀ ਹੁੰਦੀ ਮੈਂ ਗੁੱਸੇ ਹੋ ਜਾਣਾ ਤੇਰੇ ਨਾਲ ਫਿਰ ਮੈਂ ਹੀ ਬੁਲਾਇਆ ਕਰਨਾ ਫਿਰ ਤੈਨੂੰ ਮੇਰੀ ਮਾਂ ਵਾਂ ਤੂੰ ਮੈਂ ਫਿਰ ਤੇਰੇ ਆਖੇ ਨਹੀਂ ਲੱਗਣਾ ਗਾ ਜੇ ਤੂੰ ਨਹੀਂ ਮੇਰੇ ਆਖੇ ਲੱਗੇਗੀ ਹੁਣ ਆ ਸ਼ਿਫਾਲੀ ਭੈਣ ਆ ਜੀ ਯੂਪੀ ਤੋਂ ਲੈ ਕੇ ਆਏ ਸੀਗੇ ਇੱਦਾਂ ਪੈਰਾਂ ਨਾਲ ਰੁੜ ਰੁੜ ਕੇ ਚੱਲਦੀ ਆ ਨਾ ਇਹ ਸਾਡੀ ਭੂਆ ਅਬਾਲ ਠੀਕ ਕਰਿਓ ਭੂਆ ਦੇ ਨਾ ਕੇ ਆਈ ਆ ਕਿਸੇ ਨਾਤੀ ਭੂਆ ਚ ਗਿੱਲੇ ਪਏ ਬਾਲ ਹਜੇ ਹਨਾ ਖੋਲ ਲਾ ਬਾਲ ਛੱਡੀ ਭੂਆ ਛੱਡ ਦੇ ਇਹ ਸਾਡੀ ਦਤਾਰਪੁਰ ਵਾਲੀ ਭੂਆ ਵਾ ਹੈ ਭੂਆ ਇਹ ਆ ਸਾਡੀ ਦਤਾਰਪੁਰ ਵਾਲੀ ਭੂਆ ਤੋਸ਼ੀ ਭੂਆ ਸੰਤੋਸ਼ ਇਹਦਾ ਨਾਂ ਭੂਆ ਦਾ ਇਹਨੂੰ ਤੋਸ਼ੀ ਭੂਆ ਕਹਿੰਦੇ ਸੀ ਉੱਤੇ ਸਾਰੇ ਤੇ ਸਾਡੀ ਵੀ ਇਹ ਤੋਸ਼ੀ ਭੂਆ ਇਹ ਲਖੀਆ ਸੁਬਾ ਸੁਬਾ ਕਾਹੇ ਕੋ ਰੋਤੀ ਰਹਤੀ ਹੈ ਸਰ ਸੁਬਾ ਸੁਬਾ ਕਿਉਂ ਰੋਤੀ ਰਹਤੀ ਹਮ ਤੇਰੇ ਕੋ ਨਹੀਂ ਬੁਲਾਏਗੇ ਫਿਰ ਤੂੰ ਹਰ ਰੋਜ਼ ਰੋਤੀ ਰਹਤੀ ਹੈ ਸੁਬਾ ਸੁਬਾ ਤੂੰ ਮੇਰੀ ਬਹਿਣ ਨਹੀਂ ਹੈ ਤੇਰੇ ਕੋ ਕੱਲ ਮੈਨੇ ਘੜੀ ਦਿਆ ਨਾ ਮਿਲੇਗਾ ਅੱਛਾ ਕੱਪੜਾ ਮਿਲ ਜਾਏਗਾ ਇਹਨਾਂ ਸਾੜੀ ਸੂੜੀ ਲਾਉਂਦੇ ਸੀ ਇਹਦਾ ਜਦੋਂ ਸੂਟ ਪਾ ਦਿੰਦੇ ਆ ਜਦੋਂ ਸਵੇਰੇ ਬਦਲਾਉਂਦੇ ਆ ਸੂਟ ਹਰ ਰੋਜ਼ ਇਹਨੇ ਇਸ ਗੱਲ ਪਿੱਛੇ ਗੁੱਸਾ ਹੁਣ ਸਾੜੀ ਸਾਨੂੰ ਨਾ ਲਾਉਣੀ ਹੁੰਦੀ ਹੈ ਨਾ ਸਾਡੇ ਕੋਲੇ ਸਾੜੀਆਂ ਕੋਈ ਹੈਗੀਆਂ ਆ ਤੇ ਇਹ ਸਾਡੀ ਲਾਉਂਦੀ ਸਾੜੀ ਇਹ ਤਾਂ ਮੇਰੀ ਲੱਖੀ ਆ ਲੱਗੀਆਂ ਗੜੀ ਚਾਹੀਏ ਗੜੀ ਗੜੀ ਦਿੱਤਾ ਧੀਰੂ ਵੀਰੇ ਉਹ ਧੀਰੂ ਮੈਂ ਮੰਗਵਾ ਕੇ ਦਿੱਤਾ ਹੂੰ ਘੜੀ ਉਹ ਧੀਰੂ ਨੂੰ ਭੇਜਿਓ ਧੀਰੂ ਨੂੰ ਉਹ ਧੀਰੂ ਇੱਧਰ ਟੋਨੀ ਧੀਰੂ ਬੁਲਾਇਓ ਉਹ ਮੇਰੇ ਫੋਨ ਕਿਹਦੇ ਕੋਲੇ ਆ ਲੱਗਿਆ ਪਿਆ ਕਿਹਨੂੰ ਧੀਰੂ ਨੂੰ ਲਾ ਆ ਰਿਹਾ ਹੈਗਾ ਧੀਰੂ ਲੱਭ ਗਿਆ ਹਾਂ ਸਿਮਰਨ ਕਿਵੇਂ ਮੇਰੀ ਭੈਣ ਸਤਿ ਸ੍ਰੀ ਅਕਾਲ ਮੇਰੀ ਭੈਣ ਜੀ ਆਉਂਦੀ ਲੱਗੋ ਲੱਗੋ ਨਾਲ ਕਿਹੜਾ ਬਾਅਦ ਚ ਗੱਲ ਕਰਦੇ ਭੈਣ ਬੈਠੋ ਲੱਗੋ ਹਾਂ ਮਿਲਿਆ ਸੀ ਡੈਡੀ ਉੱਥੇ ਚਾਹ ਲੈ ਕੇ ਆਈ ਡੈਡੀ ਤੇਰਾ ਮੇਰੇ ਕੋਲੇ ਮੈਨੂੰ ਕਹਿੰਦਾ ਚਾਹ ਪੀਣੀ ਹੈ ਪੁੱਤ ਮੈਂ ਕਿਹਾ ਹਾਂ ਮੈਂ ਪੀਣੀ ਹੈ ਫਿਰ ਉਹਨੇ ਮੈਨੂੰ ਚਾਹ ਪਲਾਤੀ ਲਿਆ ਕੇ ਸਿਮਰਨ ਅੱਜ ਜਾਣਾ ਠੀਕ ਆ ਦਵਾਈ ਲੈਣ ਜਾਣਾ ਕੋਈ ਕੋਈ ਨਾ ਉੱਥੇ ਚੱਲ ਕੇ ਮਿਰਚਾਂ ਡੋਂਗੇ ਚੱਲ ਮਿਰਚਾਂ ਡੰਗਾ ਨਾਲ ਲਾ ਆਇਆ ਨਹੀਂ ਪੁੱਤ ਤੀ ਮਗਾਤੀ ਘੜੀ ਕਹਿਤੀ ਬਸ ਠੀਕ ਉਹਨੂੰ ਕਹ ਪਹਿਲਾਂ ਘੜੀ ਦੇ ਕੇ ਜਾਵੇ ਜਲਦੀ ਮੈਂ ਕੱਲ ਵੀ ਲਿਖੀ ਉਹਨੂੰ ਘੜੀ ਦੇਣ ਕਰਾਂਗੇ ਗੱਲ ਕੋਈ ਨਾ ਮੈਂ ਕਹਿ ਦੂੰਗਾ ਤੇਰੇ ਵੀਰ ਨੂੰ ਕੀ ਕਹਿਣਾ ਉਹਨੂੰ ਤੈਨੂੰ ਲੈ ਜਾਵੇ ਆਣ ਕੇ ਹਨਾ ਕੀ ਨਾਮ ਆ ਵੀਰ ਦਾ ਹਰਦਿਆਲ ਸਿੰਘ ਨੂੰ ਕਹਿਣਾ ਵਾ ਕਿਹੜਾ ਪਿੰਡ ਹਰਦਿਆਲ ਸਿੰਘ ਦਾ ਘਰਿਆਲੇ ਤੋਂ ਘਰਿਆਲਾ ਜ਼ਿਲ੍ਹਾ ਕਿਹੜਾ ਪਿੰਡ ਆ ਤੁਹਾਨੂੰ ਚੰਡੀਗੜ੍ਹ ਉਹ ਬੀ ਐਸ ਸੀ ਨਰਸਿੰਗ ਕਰ ਰਹੀ ਹੈ ਲਾਸਟ ਈਅਰ ਚ ਆਹ
ਤੇ ਭਰਾ ਨੇ ਪਹਿਲਾਂ ਤਾਂ ਬੱਚੀ ਨੂੰ ਉੱਥੇ ਛੱਡਤਾ ਆਸ਼ਰਮ ਦੇ ਵਿੱਚ। ਇਹ ਭੈਣ ਨੂੰ ਇਸ ਗੱਲ ਦਾ ਬਹੁਤ ਵਿਯੋਗ ਆ ਵੀ ਮੇਰੀ ਬੇਟੀ ਕਿੱਥੇ, ਮੈਨੂੰ ਬੇਟੀ ਨਹੀਂ ਮਿਲਾਉਂਦੇ। ਫਿਰ ਉਹਨੇ ਆਪ ਬਾਹਰ ਜਾਣਾ ਸੀ ਬਾਈ ਨਿਹਰਦਿਆਲ ਸਿੰਘ ਨੇ, ਤੇ ਇਹਨੂੰ ਭੈਣ ਨੂੰ ਸਾਡੇ ਕੋਲ ਇੱਥੇ ਪਹੁੰਚਦਾ ਕਰਤਾ। ਇਹਨਾਂ ਨੂੰ ਸਾਡੇ ਕੋਲ ਰੱਖਣ ਦਾ ਕਾਰਨ ਕੀ ਸੀ? ਅਸੀਂ ਇੱਦਾਂ ਬੰਦਿਆਂ ਨੂੰ ਰੱਖਦੇ ਨਹੀਂ ਜਿਹੜੇ ਬਾਹਰ ਜਾਣ ਵਾਲੇ, ਆਪਦੇ ਪਰਿਵਾਰ ਦੇ ਬਥੇਰੇ ਮੈਂਬਰ ਸਾਡੇ ਕੋਲ ਅਪਰੋਚ ਕਰਦੇ ਆ ਵੀ ਸਾਡੇ ਬਾਪੂ ਨੂੰ ਰੱਖ ਲਓ ਜੀ, ਕੈਨੇਡਾ ਜਾਣਾ, ਇੰਗਲੈਂਡ ਜਾਣਾ, ਕਿਸੇ ਨੂੰ ਨਹੀਂ ਰੱਖਦੇ। ਪਰ ਇਹਦੀ ਇੱਕ ਸਮੱਸਿਆ ਸੀ ਭੈਣ ਦੀ, ਇਹਦੀ ਬੇਟੀ ਆ ਜਿਹੜੀ ਉਹ ਚੰਡੀਗੜ੍ਹ ਖਰੜ ਦੇ ਕੋਲੇ ਪ੍ਰਭ ਕੰਨਿਆ ਆਸਰਾ ਬਣਿਆ ਹੋਇਆ, ਜੋਤੀ ਸਰੂਪ ਕੰਨਿਆ ਆਸਰਾ, ਉੱਥੇ ਇਹਨਾਂ ਦੀ ਬੇਟੀ ਪੜ੍ਹਦੀ ਆ। ਜਿਹੜੇ ਉੱਥੋਂ ਦੇ ਓਨਰ ਨੇ, ਮਾਲਕ ਨੇ, ਡਾਕਟਰ ਹਰਿੰਦਰ ਸਿੰਘ ਜੀ, ਉਹਨਾਂ ਨੇ ਸਾਨੂੰ ਬੇਨਤੀ ਕਰੀ ਸੀ ਵੀ ਜਿਹੜੀ ਇਹਨਾਂ ਦੀ ਬੇਟੀ ਦਾ ਉਹਦਾ ਲਾਸਟ ਜੀਅਰ ਆ, ਵੀ ਜੇ ਤੁਸੀਂ ਇਹਨੂੰ ਇੱਕ ਸਾਲ ਲਈ ਰੱਖ ਲਵੋ, ਇਹਦੀ ਬੇਟੀ ਦਾ ਇੱਕ ਸਾਲ ਦੇ ਵਿੱਚ ਆਪਦਾ ਕੋਰਸ ਪੂਰਾ ਕਰ ਲੂਗੀ, ਉਦੋਂ ਬਾਅਦ ਫਿਰ ਦੋਨੇ ਮਾਵਾਂ ਧੀਆਂ ਰਹਿ ਪੈਣਗੀਆਂ। ਵੀ ਨਹੀਂ ਤਾਂ ਉਹਦੀ ਪੜ੍ਹਾਈ ਖਰਾਬ ਹੋ ਜਾਣੀ ਕੁੜੀ ਦੀ, ਵੀ ਉਹਨੂੰ ਮਾਂ ਨੂੰ ਜੇ ਰੱਖਣਾ ਪੈ ਗਿਆ ਉਹਨੂੰ ਘਰੇ ਵਾਪਸ ਜਾਣਾ ਪੈਣਾ, ਤੇ ਉਹ ਪੜ੍ਹਾਈ ਛੱਡ ਕੇ ਜਾਊਗੀ, ਉਦਾਂ ਤਾਂ ਜਾ ਨਹੀਂ ਸਕਦੀ। ਤਾਂ ਫਿਰ ਅਸੀਂ ਇਸ ਭੈਣ ਨੂੰ ਇੱਥੇ ਰੱਖ ਲਿਆ ਸੀਗਾ। ਪਰ ਹੁਣ ਸਾਲ ਤੋਂ ਉੱਪਰ ਹੋ ਚੱਲਿਆ ਕਰੀਬ ਸਮਾਂ, ਵੀ ਨਾ ਤਾਂ ਇਹਦਾ ਭਰਾ ਛੱਡਣ ਆਇਆ ਸੀ ਹਰਦਿਆਲ ਸਿੰਘ ਮੁੜ ਕੇ, ਉਹ ਆਇਆ ਸੀ ਮਿਲ ਕੇ ਮੁੜ ਗਿਆ ਹੁਣ ਪਿੱਛੇ ਜੇ। ਅਸੀਂ ਉਹਨੂੰ ਕਿਹਾ ਸੀ ਵੀਰੇ ਲੈ ਜਾਏ, ਵੀ ਬੜਾ ਮਿਲਕਦੀ ਰਹੀ, ਰੋਂਦੀ ਰਹੀ, ਮੈਨੂੰ ਲੈ ਜਾਓ। ਪਰ ਸਾਡੀ ਬੇਨਤੀ ਆ ਵੀ ਜੇ ਕੋਈ ਥੋੜੇ ਦਿਨ ਗੇੜਾ ਤਾਂ ਕਢਾ ਦਿਓ, ਚਲੋ ਬੰਦੇ ਦਾ ਥੋੜਾ, ਇਹ ਨਹੀਂ ਆਉਣੀ ਘੜੀ ਇਹਦੇ, ਇਹ ਤਾਂ ਆਉਣੀ ਨਹੀਂ। ਕੱਲ੍ਹ ਵੀ ਮੈਂ ਵਾਪਸ ਕੀਤੀ ਆ ਰਬੜ ਵਾਲੇ ਬੈਂਡ, ਤੇ ਬਸ ਪਰਮਾਤਮਾ ਕਿਰਪਾ ਕਰਨ ਸੱਚੇ ਪਾਤਸ਼ਾਹ। ਮੈਂ ਜਦੋਂ ਇਹਨੂੰ ਭੈਣ ਨੂੰ ਮਿਲਦਾ ਨਾ, ਮੈਨੂੰ ਆਹੀ ਗੱਲ ਕਹਿੰਦੀ ਆ, ਤੇ ਮੈਂ ਇਸ ਗੱਲ ਤੋਂ ਜਿਵੇਂ ਕਹਿ ਰਹੀ ਨਾ, ਭੱਜਣ ਵਾਲੀ ਗੱਲ, ਵੀ ਟਾਲਣ ਵਾਲੀ ਗੱਲ ਹੋ ਜਾਂਦੀ ਆ, ਵੀ ਕੀ ਕਹੀਏ, ਜਵਾਬ ਹੀ ਨੀ ਕੋਈ ਇਸ ਗੱਲ ਦਾ ਨਾ। ਬਸ ਤੂੰ ਕੋਈ ਨਾ ਭੈਣੇ ਮੇਰੇ ਧਿਆਨ ਚ ਆ, ਤੂੰ ਮਿਰਚਾਂ ਡੋਂਗ, ਚੱਲ ਮਿਰਚਾਂ ਡੋਂਗ ਤੇ ਚੱਲ। ਸਤਿ ਸ੍ਰੀ ਅਕਾਲ ਸਰਜੀਤ ਕੋਲ ਤੱਕਣੀ ਆ, ਕੋਈ ਨਾ ਕੋਈ ਨਾ ਮੈਂ ਕਰੂੰਗਾ। ਕੋਈ ਨਾ ਮੈਂ ਕਰੂੰਗਾ, ਮੈਂ ਭੈਣੇ ਗੱਲ, ਤੂੰ ਚਲੋ ਕੰਮ ਕਰ। ਮੈਨੂੰ ਦਿੱਲੀ ਆਈ ਕਹਿੰਦੀ ਇੱਥੇ ਜਾ, ਹਾਂ ਕੁੜੀ ਸ਼ਾਮ ਨੂੰ, ਹਾਂ ਠੀਕ ਹੈ ਸੰਭੋ ਭਾਗੇ ਨਾ, ਹਾਂ ਸੰਭੋ ਸੰਭੋ। ਉਹ ਡਿਊਟੀ ਜਿਹੜੀ ਲਾਉਂਦੇ ਨੇ 4 ਜਾਂ 5 ਦਿੱਲੀ ਵਾਲੀ, ਮੇਰਾ ਨਾ ਦੇਖੀ ਭਾਈ, ਉਹ ਇੱਥੋਂ ਦੁੱਖ ਲੈ, ਕੋਈ ਨਾ ਚੈੱਕ ਕਰਾ ਦਾਂਗੇ, ਕਰਾ ਦਾਂਗੇ ਚੈੱਕ, ਚੈੱਕ ਕਰਾ ਦਾਂਗੇ, ਕਰਾ ਦਾਂਗੇ ਚੈੱਕ, ਜਾਨ ਚੋਂ ਨਿਕਲੀ ਪਈ ਹੈ ਸਾਰੀ। ਠੀਕ ਹੈ ਭੈਣੇ, ਕੋਈ ਨਾ ਆਪਾਂ ਡਾਕਟਰ ਨੂੰ ਚੈੱਕ ਕਰਾ ਲਾਂਗੇ। ਚਲੋ ਦੇਖੋ, ਬਬੀਤਾ ਭੈਣ ਜਿਹੜੀ ਥੋੜੇ ਦਿਨ ਪਹਿਲਾਂ ਹੀ ਮੋਗੇ ਤੋਂ ਲੈ ਕੇ ਆਂਦਾ ਸੀ ਭੈਣ ਨੂੰ, ਤੇ ਤੁਸੀਂ ਸਾਰਿਆਂ ਨੇ ਦੇਖਿਆ ਸੀ ਕੀ ਹਾਲਤ ਸੀ ਉੱਥੇ ਭੈਣ ਦੀ। ਮੈਂ ਤਾਂ ਉੱਥੇ ਨਹੀਂ ਕੀਤੀ ਪੈਂਦੀ। ਓਕੇ ਮਾਂ ਕਰ ਲੈਂਦੇ ਮੈਨੂੰ ਗੱਲ ਮਾਂ, ਤੇ ਅੱਜ ਉਹੀ ਬਬੀਤਾ ਭੈਣ ਮਿਰਚਾਂ ਡੁੰਗੀ ਜਾਂਦੀ ਹੈ ਬੈਠੀ, ਅੱਜ ਉਹੀ ਬਬੀਤਾ ਭੈਣ ਜਿਹੜੀ ਪਿਛਲੇ ਇੰਨੇ ਸਾਲਾਂ ਤੋਂ ਮੈਂਟਲੀ ਅਪਸੈਟ, ਸਿਰ 'ਚ ਐਡਾ ਜਟਾਂ ਦਾ ਗੁੱਛਾ ਬਣਿਆ ਹੋਇਆ ਸੀਗਾ, ਰੋਜ਼ ਇੱਕ ਹੋਟਲ 'ਚ ਜਾਂਦੀ ਸੀ, ਉੱਥੇ ਪੈਸੇ ਜਮ੍ਹਾਂ ਕਰਾ ਕੇ 450 ਰੁਪਏ ਜਾਂ 400 ਰੁਪਇਆ ਦੇ ਕੇ ਹੋਟਲ 'ਚ ਰੋਟੀ ਖਾ ਕੇ ਆਉਂਦੀ ਸੀ ਭੈਣ। ਇਸੇ ਟਾਈਮ ਇਹ ਬਿਊਟੀ ਕੰਟੈਸਟ ਜਿਹੜੇ ਹੁੰਦੇ ਆ, ਉਹਨਾਂ ਵਿੱਚ ਜੱਜ ਦੀ ਭੂਮਿਕਾ ਨਿਭਾਉਂਦੀ ਸੀ ਭੈਣ, ਚਾਹੇ ਉਹ ਮਿਸ ਪੰਜਾਬਣ ਹੋ ਗਿਆ ਜਾਂ ਕੋਈ ਇੱਦਾਂ ਜਿਹੜੇ ਬਿਊਟੀ ਕੰਟੈਸਟ ਵਗੈਰਾ ਹੁੰਦੇ ਸੀ 2005 ਦੇ ਵਿੱਚ। ਉਸ ਤੋਂ ਬਾਅਦ ਬਸ 6-7 ਦੇ ਵਿੱਚ ਜਾ ਕੇ ਭੈਣ ਦਾ ਦਿਮਾਗੀ ਸੰਤੁਲਨ ਵਿਗੜ ਗਿਆ, ਤੇ ਦੇਖੋ ਹੁਣ ਕਰੀਬ 15 ਸਾਲ ਭੈਣ ਉਦਾਂ ਹੀ ਘੁੰਮਦੀ ਰਹੀ ਮੈਂਟਲੀ ਅਪਸੈਟ, ਇਕੱਲੀ ਹੋਈ ਸੀ ਘਰ 'ਚ, ਮਾਂ ਵੀ ਮਰ ਗਈ ਸੀ, ਨਾ ਕੋਈ ਭੈਣ ਨਾ ਕੋਈ ਭਰਾ ਹੋਰ, ਤੇ ਉੱਥੋਂ ਲੈ ਕੇ ਆਏ ਹਾਂ ਅੱਜ ਭੈਣ ਦੇਖੋ ਤੁਹਾਡੇ ਸਾਹਮਣੇ, ਬਿਲਕੁਲ ਇੱਕ ਨੋਰਮਲ ਲੇਡੀ ਵਾਂਗ ਬੈਠੇ। ਨਾਲ ਜਿਹੜੇ ਨੀਲਮ ਭੈਣ ਲੱਗੇ ਹੋਏ ਨੇ, ਉਹਨਾਂ ਦੇ ਸਿਰ 'ਚ ਕੀੜੇ ਪਏ ਹੋਏ ਸੀਗੇ, ਉਹਨੂੰ ਅੰਮ੍ਰਿਤਸਰ ਤੋਂ ਭੈਣ ਨੂੰ ਲੰਗਰ ਹਾਲ ਦੇ ਬਾਹਰ ਪਈ ਨੂੰ ਲੈ ਕੇ ਆਏ ਸੀਗੇ ਉੱਧਰ, ਤੇ ਅੱਜ ਉਹ ਵੀ ਭੈਣ ਠੀਕ ਹੋ ਕੇ ਸੇਵਾ ਕਰਾ ਰਹੇ ਨੇ ਨਾਲ, ਹੈ ਨਾ। ਇੱਧਰ ਸਾਡੀ ਅਮਨਦੀਪ ਭੈਣ ਬੈਠੇ ਆ, ਅਮਨਦੀਪ ਬੈਦਬਾਨ। ਹੈਲੋ ਅਮਨਦੀਪ, ਹਾਓ ਆਰ ਯੂ? ਹੈਲੋ ਅਮਨਦੀਪ, ਹਾਓ ਆਰ ਯੂ? ਫਾਈਨ, ਹਾਂ ਜਾਣਾ, ਕਿਵੇਂ ਠੀਕ ਚੱਲਦੀ ਜ਼ਿੰਦਗੀ? ਠੀਕ ਹੈ। ਹਾਂ ਭੈਣੇ, ਤੇ ਮੈਂ ਬਬੀਤਾ, ਸਤਿ ਸ੍ਰੀ ਅਕਾਲ ਭੈਣੇ, ਠੀਕ ਹੈ ਭੈਣੇ, ਹਾਓ ਆਰ ਯੂ? ਫਾਈਨ, ਤੁਸੀਂ ਬਹੁਤ ਸੋਹਣੇ ਲੱਗੇ ਕੰਮ ਕਰ। ਨੀਲਮ ਸਤਿ ਸ੍ਰੀ ਅਕਾਲ, ਨੀਲਮ ਅਰੋੜਾ ਮਾਂ, ਜਿਉਂਦੇ ਵਸਦੇ ਰਹੋ ਮੇਰੀ ਭੈਣ ਨੂੰ। ਇਹਦਾ ਚਾਰ ਤੁਹਾਨੂੰ ਪਾਉਣਾ ਹੁੰਦਾ ਮਿਰਚਾਂ ਦਾ, ਜਿਵੇਂ ਚੀਰਾ ਜਿਹਾ ਦੇ ਕੇ ਪਾ ਦਿੰਦੇ ਆ। ਸੰਗੀਤਾ ਫੇਰ ਉਹੀ ਗੱਲ, ਸੰਗੀਤਾ ਭੈਣੇ ਫੇਰ ਉਹੀ ਗੱਲ ਕਰਨ ਲੱਗ ਗਏ ਨਾ ਤੁਸੀਂ, ਬਿੱਲੇ ਨਹੀਂ ਗੱਲ ਕਰਨੀ ਕੋਈ ਵੀ। ਸੰਗੀਤਾ ਭੈਣੇ ਫੇਰ ਉਹੀ ਗੱਲ, ਇੱਕੋ ਹੀ ਗੱਲ ਵਾਰ ਵਾਰ ਕਰੀ ਜਾਣੀ, ਫਿਰ ਇਹ ਕਹਿ ਕੇ ਹੋਜੂ ਹੈਲਪ ਭੈਣੇ, ਬਾਰ ਬਾਰ ਕਹਿ, ਬਾਰ ਬਾਰ ਕਹਿੰਦੇ ਸੀ ਨਹੀਂ ਹੋਗਾ ਨਾ ਭੈਣ, ਸੇਵਾ ਕਰਵਾਓ ਨਾ ਸਾਥ ਮੇ, ਮੇਰੇ ਕੋਲ ਸੇਵਾ ਕਰਕੇ ਤੂੰ ਦਿਖਾਓ ਨਾ, ਫਿਰ ਕਰੋ ਬਸ ਚੁੱਪਚਾਪ ਕਰੋ, ਇੱਕ ਸਾਲ ਕੇ ਲਈ ਫਿਰ ਮੇਰੇ ਕੋਲ ਅੱਛਾ ਲੱਗੇਗਾ ਤਾਂ ਮੈਂ ਕਰਵਾ ਦੂੰਗਾ, ਫਿਰ ਭਗਵਾਨ ਨੇ ਸਭ ਕਰ ਦੇਣਾ ਹੈ, ਕਰੇਂਗੇ ਪਰ ਪਹਿਲੇ ਸੇਵਾ।
पहले थी वा ठीक है मैं तुसी हुण जख्म तो ठीक हो गया जमा ही है ना थोड़ा जा रह गया थी बस ठीक है हाथ धो के सब बनना चंगी तरह ना फिर सेवा कराया करो अच्छा हाँ हाँ थोड़ा टाइम लगूगा अजे लगूगा टाइम हाँ कोई ना मैं तुम दसूंगा खुद ही देखो इधर जगदीप भैन है जी ये भी है ना सारे दुद्ध पिला रहे ने लिया भैने मेनू भी तेरे दुद्ध कुट थैंक यू जगदीप भैने देखो साडिया बीबिया नू जगदीप भैन दुद्ध पिला रहे सारे नू है ना इधर साडी बिमला भैन इधरले पासे आ जा पुत बिमला भैन सत श्रीकाल बिमला भैने तकनी आ ते बिमला भैन उही ने जिन्हां नू राजपुरे तो लैके आए सी छे सालां दे कमरे च बंद सी छे सालां दी टॉयलेट भी कमरे च पई सी भैन दे अज देखो भैन बिलकुल ठीक आ ते नाल बैठे ने बेबे जगिंदर कौर अखां तो ब्लाइंड सी अपनी पिंड दे विच सत अठ सालां तो अखां तो उन्हें घूमदे एडा सिर ते जटावां दा गुच्छा बनिया होया सी दोने भैणां जगिंदर कौर माता भी ते बिमला माता भी नरक वर्गे हालातां दे विचों निकल के आए ने अज गुरु की कृपा नाल देखो तुहाडे सामने एक आम लेडी वांग एक नॉर्मल लेडी वांग एक हाउस वाइफ वांग घरेलू औरतां वांग काम कर रही ने भैणा मावां साडियां ते इह उहदी गुरु की कृपा इह उहदी सच्चे पातशाह की मेहर आ ते जिन्हां ने सानू इन्हां भैणां दे भरा होण दा मौका दिता बल बख्शे सच्चे पातशाह दी मेहर नाल बस अरदास करियो असीं इन्हां साडियां भैणां दे भरा बन सकीए जिंदगी दे खट्टे मिठे अनुभव असीं है ना रोज करदे रहने आ रोज असीं उन्हां जिंदगियां नूं इत्थे तड़फदे आ तरसदे आ देखदे आ आ देखो आ भैण बेटी दर्शी भैण है की हो गया सिर च सिर च छड़दे सिर हां कोई ना ਏਦਾਂ ਪਈ ਸੀ ਦਰਸ਼ੀ ਭੈਣ ਆਪਣੇ ਘਰ ਚ ਕਮਰੇ ਚ ਥੱਲੇ ਫਰਸ਼ ਤੇ ਏਦਾਂ ਤੇ ਸਿਰ ਚ ਏਦਾਂ ਸੀ ਇਹਨਾਂ ਦੇ ਨਾ ਏਦਾਂ ਉੱਥੇ ਕਮਰੇ ਦੇ ਵਿੱਚ ਦੇਖੋ ਕਿਵੇਂ ਲੈਟਰਿਨ ਪਈ ਸੀ ਸਾਰੇ ਕਮਰੇ ਦੇ ਵਿੱਚ ਹੀ ਲੈਟਰਿਨ ਕਰਦੀ ਸੀ ਭੈਣ ਉੱਥੇ ਹੀ ਸੌ ਜਾਂਦੇ ਸੀਗੇ ਸੱਤ ਅੱਠ ਸਾਲਾਂ ਤੋਂ ਹੀ ਭੈਣ ਭੈਣ ਕਿਹੜਾ ਪਿੰਡ ਸੀਗਾ ਭੈਣ ਦਾ ਕੋਟ ਦੁਨੇ ਕੇ ਆ ਦੇਖੋ ਟੋਇਲਟ ਲੈਟਰੀਨ ਲੈਟਰੀਨ ਪਈ ਆ ਮੂਹਰੇ ਹਨਾ ਤੇ ਮਾਂ ਸੀ ਵਿਚਾਰੀ ਉਹ ਵੀ ਬਿਰਧ ਸੀਗੀ ਜਦੋਂ ਤੋਂ ਅੰਦਰੋਂ ਕੱਢਿਆ ਭੈਣ ਨੂੰ ਕਮਰੇ ਚੋਂ ਆਹ ਕੰਡੀਸ਼ਨ ਸੀ ਭੈਣ ਦੀ ਤੇ ਅੱਜ ਉਹੀ ਦਰਸ਼ੀ ਭੈਣ ਸਾਹਮਣੇ ਬੈਠੀ ਹੈ ਨਾਲ ਸੇਵਾ ਕਰਾ ਰਹੀ ਆ ਇਹ ਸਭ ਉਹਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਆ ਵਧੀਆ ਬਿਨਾਂ ਮਿੱਠੇ ਤੋਂ ਪੀਂਦੇ ਹੋ ਹੈ ਭੈਣੇ ਦੁੱਧ ਬਹੁਤ ਵਧੀਆ ਗੱਲ ਆ ਮੋਟਾਪਾ ਬਹੁਤ ਆਉਂਦਾ ਮਿੱਠੇ ਨਾਲ ਤਾਂ ਖੰਡ ਤਾਂ ਬੰਦ ਹੀ ਕਰ ਦੇਣੀ ਚਾਹੀਦੀ ਸਾਨੂੰ ਹਾਂ ਭੈਣੇ ਪਾਉਣਾ ਮੈਂ ਘੜੀ ਲਿਆਂਦੀ ਤੇਰੀ ਮਾਂ ਘੜੀ ਆ ਗਈ ਨਰਕ ਵੱਜਿਆ ਪਿਆ ਸੀ ਆਹ ਇਹਦਾ ਕੁੱਤਾ ਸੀ ਰੀਬਲ ਜਿਹਦੀ ਅੱਜ ਵੀ ਅਸੀਂ ਜਦੋਂ ਤਸਵੀਰ ਦੇਖਦੇ ਹਾਂ ਹੱਡੀਆਂ ਦਾ ਇੱਕ ਪਿੰਜਰ ਸੀ ਇਹ ਤੇ ਇਹ ਦੋਨੋਂ ਮਾਲਕ ਹੁਣ ਸਾਡੀ ਇਹੀ ਭੈਣ ਜਗਦੀਪ ਕੌਰ ਬਿਲਕੁਲ ਇੱਕ ਨੋਰਮਲ ਕੁੜੀਆਂ ਵਾਂਗ ਉਹ ਦੁੱਧ ਵਰਤਾਉਂਦੇ ਫਿਰਦੇ ਦੇਖੋ ਉਹ ਦੇਖੋ
ਕਿ ਉਸ ਮਹਾਰਾਜ ਦੀ ਕਿਰਪਾ ਸੱਚੇ ਪਾਏ। ਥੋੜਾ ਰੁਕ ਕੇ ਕਰਦਾ ਜੀ, ਮੈਂ ਲਾਈਵ ਹੋਇਆ ਹੋਇਆ ਤੇ ਅੱਜ ਇਹਨਾਂ ਸਾਰੀਆਂ ਭੈਣਾਂ ਨੂੰ ਸਾਡੀਆਂ ਨੂੰ ਜਦੋਂ ਇੱਥੇ ਇੱਦਾਂ ਇੱਕ ਪਰਿਵਾਰ ਵਾਂਗ ਖੁਸ਼ੀ ਖੁਸ਼ੀ ਰਹਿੰਦਿਆਂ ਦੇਖਦੇ ਹਾਂ, ਖੁਸ਼ੀ ਖੁਸ਼ੀ ਜੀਵਨ ਬਤੀਤ ਕਰਦਿਆਂ ਦੇਖਦੇ ਹਾਂ ਤੇ ਆਪਣੇ ਆਪ ਨੂੰ ਵੀ ਬਹੁਤ ਚੰਗਾ ਮਹਿਸੂਸ ਹੁੰਦਾ ਵੀ ਅਸੀਂ ਵਾਕਿਆ ਹੀ ਕੁਛ ਗੁਰੂ ਸਾਹਿਬ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸਾਡੇ 'ਤੇ ਹੋਈ ਆ। ਸਾਡੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਚੰਗਾ ਜਿਹੜਾ ਸੇਵਾ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਖਸ਼ਿਆ ਹੋਇਆ ਸਮੁੰਦਰ ਆ, ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ। ਬਹੁਤ ਧੰਨਵਾਦ ਸਾਰਿਆਂ ਦਾ। ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ, ਸਾਨੂੰ ਲਖੀਆ ਦੇ ਘੜੀ ਲਾ ਲੈਣ ਦਿਓ। ਲਖੀਆ ਲਿਆ ਘੜੀ, ਜੇ ਘੜੀ ਆ ਗਈ ਤੇਰੀ ਕਿਹੜੇ ਹੱਥ 'ਤੇ ਬੰਨੀ ਜਾਣੀ ਆ। ਘੜੀ ਲੱਗ ਗਈ ਲਖੀਆ ਕੇ, ਠੀਕ ਹੈ ਲਖੀਆ, ਸੁੰਦਰ ਘੜੀ ਹੈ ਲਖੀਆ ਕੀ ਘੜੀ, ਕਿਤਨੀ ਸੁੰਦਰ ਹੈ। ਥੋੜੀ ਔਰ ਟਾਈਟ ਕਰ ਦੇ ਇੱਥੇ, ਘੜੀ ਕੱਢ ਕੇ ਨਾ ਇਹਨੂੰ ਗਾਂਹ ਕਰਕੇ ਪਾ ਦਿਓ। ਤੇ ਚਲੋ ਹੁਣ ਅੰਦਰ ਪਾਠ ਦਾ ਤੁਸੀਂ ਦੇਖ ਰਹੇ ਹੋ ਸਿਮਰਨ ਹੋ ਰਿਹਾ ਹੈ ਨਾ, ਸਾਰੇ ਬਾਪੂ ਹੁਣੀ ਰਾਮ ਸਿਮਰਨ ਕਰਦੇ ਨੇ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਇੱਧਰ ਮਾਤਾਵਾਂ ਤੇ ਭੈਣਾਂ ਇੱਧਰ ਤਿਆਰ ਹੋਈ ਜਾਂਦੇ, ਸਿਰ ਬਾਹੀ ਜਾਂਦੇ। ਕੋਈ ਸੱਸੀ ਪਾਲ ਭੈਣੇ ਇਸ਼ਨਾਨ ਤਾਂ ਨੀ ਕਰ ਰਿਹਾ ਕੋਈ? ਆ ਪੜਦਾ ਜਾਂ ਮਾੜਾ ਜਾ ਬੰਦ ਕਰ ਦੋ ਹਨਾ, ਜਿੰਨਾ ਕੁ ਹੁੰਦਾ ਇੱਧਰੋਂ ਵੀ ਕਰ ਦੋ ਬੰਦ। ਬਸ ਬਸ ਬਸ, ਹੁਣ ਸਾਡੇ ਕੋਲ ਇੰਨੀ ਜਗ੍ਹਾ ਘੱਟ ਆ ਉਹਨਾਂ ਭੈਣਾਂ ਦੇ ਨਹਾਉਣ ਵਾਸਤੇ, ਭੈਣਾਂ ਨੂੰ ਇੱਥੇ ਸਿਰ ਬਹਾਉਣ ਵਾਸਤੇ ਬੈਠਣ ਵਾਸਤੇ ਜਗ੍ਹਾ ਨਹੀਂ ਹੁੰਦੀ ਇੰਨੀ ਜ਼ਿਆਦਾ, ਬੜੀ ਘੱਟ ਜਗ੍ਹਾ। ਇਸ ਕਰਕੇ ਫਿਰ ਸਾਡੀਆਂ ਡਿਊਟੀਆਂ ਲਾਈਆਂ, ਨਿਸ਼ਾ ਭੈਣ ਗੇਟ 'ਤੇ ਆ ਡਿਊਟੀ ਇਹਦੀ, ਕਿਸੇ ਨੂੰ ਅੰਦਰ ਨਹੀਂ ਵੜਨ ਦੇਣਾ ਇਹਨਾਂ ਨੇ, ਗੇਟ ਲਾ ਕੇ ਰੱਖਣਾ। ਅਤੇ ਇਹ ਉਹੀ ਨਿਸ਼ਾ ਗਰਗ ਭੈਣ ਆ ਜਿਹਨੂੰ ਪਟਿਆਲੇ ਸਟੇਸ਼ਨ ਤੋਂ ਲੈ ਕੇ ਆਏ ਸੀਗੇ, ਕਿਵੇਂ ਕੁਰਸੀ ਦੇ ਨਾਲ ਨਾਲ ਤੁਰਦੀ ਸੀਗੀ ਭੈਣ, ਲੱਤ ਟੁੱਟੀ ਹੋਈ ਸੀ। ਹੁਣ ਸਾਡੇ ਸਟੋਰਕੀਪਰ ਬਣ ਗਈ ਮੇਰੀ ਭੈਣ, ਰੂਮ ਚੋਂ ਹਟ ਗਏ, ਇਧਰ ਸ਼ਿਫਟ ਹੋ ਗਏ। ਇਹ ਕਮਰੇ 'ਚ ਨਾ ਸਾਰਾ ਸਟੋਰ ਕੱਪੜੇ ਕੀਤੇ ਹੋਏ ਆ ਇਹਨਾਂ ਨੇ, ਇੱਥੇ ਸਾਡੇ ਲਈ ਦਰਵਾਜ਼ਾ ਕਰ ਦੇਣਾ, ਦਰਵਾਜ਼ਾ ਕਰ ਦੇਣਾ ਖਾਣ ਪੀਣ ਵਾਲਾ, ਇੱਧਰ ਦਾ ਸਟੋਰ ਇੱਧਰ ਰਹੇਗਾ। ਦੇਖਿਆ ਇਹ ਉਹੀ ਭੈਣਾਂ ਸਾਡੀਆਂ, ਦੇਖੋ ਕਿੱਥੇ ਕਿਵੇਂ ਪਰਮਾਤਮਾ ਨੇ ਇਹਨਾਂ ਨੂੰ ਚੱਕ ਕੇ, ਕਿੱਥੋਂ ਕਿਵੇਂ ਸਾਨੂੰ ਕਿੱਥੋਂ ਚੱਕ ਕੇ ਕਿਵੇਂ ਕਿੱਥੇ ਲੈ ਆਂਦਾ ਵਾਹਿਗੁਰੂ ਨੇ ਹਨਾ। ਤੇ ਇਹਨਾਂ ਭੈਣਾਂ ਦੀਆਂ ਜ਼ਿੰਦਗੀਆਂ ਬਦਲਤੀਆਂ। ਸਾਡੀ ਅੱਜ ਨਿਸ਼ਾ ਗਰਗ ਭੈਣ ਜਿਹੜੀ ਗ੍ਰੈਜੂਏਸ਼ਨ ਕੀਤੀ ਹੋਈ ਆ, ਪੜ੍ਹੀ ਲਿਖੀ ਆ ਮਾਸਟਰ ਡਿਗਰੀ ਕਰਨ ਤੋਂ ਬਾਅਦ, ਕਾਲਜ ਤੋਂ ਮੈਗਜ਼ੀਨ ਮੰਗਵਾਓ ਤੁਸੀਂ, ਯੂਨੀਵਰਸਿਟੀ ਤੋਂ ਆਪਣੇ ਮੈਗਜ਼ੀਨ ਛਪਵਾਣਾ ਹੈ ਆਪਣੇ। ਫਿਰ ਤੂੰ ਆਰਟੀਕਲ ਲਿਖਿਆ ਕਰ, ਹੁਣ ਤੂੰ ਮੈਨੂੰ ਇੱਕ ਆਰਟੀਕਲ ਲਿਖ ਕੇ ਦੇ ਜਿਹੜਾ ਤੂੰ ਇੱਥੇ ਦੇਖਿਆ ਭੈਣੇ, ਤੂੰ ਮਹਿਸੂਸ ਕੀਤਾ ਇੱਕ ਸਾਲ ਦਾ ਸਾਰਾ ਲਿਖਾ ਜੋਖਾ। ਬਿਲਕੁਲ, ਹਲੇ 20 ਪੇਜ ਦਾ ਲਿਖ ਲਓ, 10 ਪੇਜ ਦਾ ਲਿਖ, ਤੁਸੀਂ ਨਾ ਪਹਿਲਾਂ ਮੈਨੂੰ 1x1 ਉਹ ਗ੍ਰੰਥ ਬਣ ਜਾਏਗਾ। ਪਹਿਲਾਂ ਤੁਸੀਂ ਮੈਨੂੰ 2 ਪੇਜ ਦਾ ਆਰਟੀਕਲ ਲਿਖ ਕੇ ਦਿਓ, ਜਿਹਦੇ ਵਿੱਚ ਤੁਸੀਂ ਪਿਛਲੇ 1 ਸਾਲ ਤੋਂ ਜਦੋਂ ਤੁਸੀਂ ਰਹਿੰਦੇ ਹੋ ਇੱਥੇ, ਜੋ ਮਹਿਸੂਸ ਕੀਤਾ ਉਹ ਲਿਖ ਕੇ ਦਿਓ ਸੰਸਥਾ ਬਾਰੇ, ਠੀਕ ਆ, ਜੋ ਮਾੜਾ ਚੰਗਾ ਵਿਹਾਰ ਤੁਹਾਨੂੰ ਲੱਗਿਆ ਸਾਰੀਆਂ ਚੀਜ਼ਾਂ ਵਿੱਚ ਨੋਟ ਕਰੋ। ਤੇ ਅਸੀਂ ਨਾ ਇੱਕ ਬੁੱਕ ਛਪਾਉਣੀ ਚਾਹੁੰਦੇ ਹਾਂ ਇਹਨਾਂ ਦੀ ਗੱਲ, ਵੈਸੇ ਸੱਚੀ ਅਸੀਂ ਕਾਫੀ ਟਾਈਮ ਤੋਂ ਕੋਸ਼ਿਸ਼ ਕਰਦੇ ਹਾਂ ਵੀ ਇੱਕ ਤਾਂ ਮੰਥਲੀ, ਹਾਂ ਮੈਂ ਪਾਉਣਾ ਬੂਟ, ਇੱਕ ਤਾਂ ਮੰਥਲੀ ਅਸੀਂ ਹੈ ਨਾ ਛੋਟਾ ਚਾਹੁੰਦੇ ਹਾਂ, ਇੱਕ ਜਾਂ ਮੰਨ ਲਓ ਈਅਰਲੀ ਹੋ ਜਾ ਕਰੇ ਮੈਗਜ਼ੀਨ, ਇੱਕ ਜਿਹੜਾ ਪਿਛਲਾ ਸਾਡਾ 7-8 ਸਾਲਾਂ ਦਾ ਲੇਖਾ ਜੋਖਾ ਵਾ, ਅਸੀਂ ਚਾਹੁੰਦੇ ਹਾਂ ਉਹਦੀ ਇੱਕ ਬੁੱਕ ਛਾਪ ਦਈਏ, ਉਹਦੇ ਵਿੱਚ ਬਾਪੂਆਂ ਦੀਆਂ ਸਟੋਰੀਆਂ, ਬਜ਼ੁਰਗਾਂ ਦੀਆਂ, ਮਾਵਾਂ ਦੀਆਂ, ਵੀ ਲੋਕਾਂ ਨੂੰ ਪਤਾ ਲੱਗੇ, ਲੋਕ ਅਵੇਅਰ ਹੋਣ, ਲੋਕ ਇਨਸਪਾਇਰ ਹੋਣ, ਜਿਹੜਾ ਕੁਛ ਇਹਨਾਂ ਤੇ ਬੀਤਿਆ ਵਾ ਉਹ ਸੱਚ ਬਿਆਨ ਅਸੀਂ ਕਰੀਏ। ਕੱਲ ਜਿਹੜਾ ਤੁਸੀਂ ਪ੍ਰੋਗਰਾਮ ਦੱਸਿਆ ਸਾਨੂੰ ਸਟੇਟਮੈਂਟ, ਉਹ ਤੁਸੀਂ ਉਸ 'ਚ ਲਿਖ ਕੇ ਦਿਓ, ਲਿਖ ਕੇ ਦੇਵਾਂਗੇ, ਲਿਖ ਕੇ ਸਾਨੂੰ ਪਤਾ ਚੱਲੇਗਾ, ਪੱਕਾ ਪੱਕਾ ਲਿਖ ਕੇ ਦੇਵਾਂਗੇ। ਇਹ ਸਾਡੀ ਬੇਨਤੀ ਹੈ ਹੱਥ ਜੋੜ ਕੇ ਹਨਾ, ਵੀ ਸਾਨੂੰ ਜੇ ਕੋਈ ਵੀਰ ਇਸ ਤਰ੍ਹਾਂ ਦਾ ਹੈਗਾ ਜਾਂ ਕੋਈ ਭੈਣ ਹੈਗੀ ਆ, ਅੱਗੇ ਵੀ ਅਸੀਂ ਰਾਈਟਰ ਬੱਲੇ ਆਏ ਸੀ, ਬਹੁਤ ਸਾਰੇ ਭੈਣਾਂ ਆਈਆਂ ਸਾਡੇ ਕੋਲੇ ਵੀਰ ਆਏ, ਪਰ ਸਾਡੇ ਕੋਲੇ ਟਾਈਮ ਨਹੀਂ, ਉਹ ਕਹਿੰਦੇ ਸੀ ਤੁਸੀਂ ਬੈਠ ਕੇ ਲਿਖਵਾਓ ਸਟੋਰੀਆਂ ਹਨਾ, ਸਾਡੇ ਕੋਲ ਹੈ ਨਹੀਂ, ਕਿਉਂਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਐਡੀਟਰ ਮਿਲ ਜਾਵੇ, ਕੋਈ ਲੇਖਕ ਮਿਲ ਜਾਣ ਜਿਹੜੇ ਸਾਰਾ ਕੁਛ ਆਪ ਕਰਨ, ਇੱਥੇ ਆਉਣ
ਅਸੀਂ ਉਹਨਾਂ ਨੂੰ ਖਰਚਾ ਕਰ ਸਕਦੇ ਹਾਂ, ਉਹਨਾਂ ਦੀ ਪੇ ਕਰ ਸਕਦੇ ਹਾਂ, ਸਾਡੇ ਕੋਲ ਇੱਦਾਂ ਦੇ ਮੈਂਬਰ ਹੈਗੇ ਆ ਜਿਹੜੇ ਪੇ ਕਰ ਸਕਦੇ ਆ, ਪਰ ਪਲੀਜ਼ ਸਾਡਾ ਸਾਥ ਦਿਓ। ਆਪਾਂ ਬੁੱਕ ਛਾਪਣੀ ਆ, ਸਾਡੇ ਤਾਂ ਅੱਜ ਤੱਕ ਪੈਂਪਲੇਟ ਨਹੀਂ ਬਣਾ ਸਕੇ। ਤੁਸੀਂ ਸੋਚੋ ਵੀ ਅਸੀਂ ਪੈਂਪਲੇਟ ਵੀ ਹੈ ਨਹੀਂ। ਆ ਜਾ ਰਮਾ ਨੰਗੇ ਜਾਣ, ਜਦੋਂ ਆਉਂਦਾ ਕੋਈ ਬੰਦਾ ਸੰਸਥਾ ਤੇ ਇੱਥੇ ਉਹਦੇ ਮੂਹਰੇ ਪੈਂਪਲੇਟ ਪਏ ਹੋਣ ਜਿਹਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ, ਹੈ ਨਾ। ਆ ਜਾ ਆ ਜਾ, ਲੈ ਆ ਵਿੱਕੀ, ਇਹ ਭੈਣ ਭਰਾ ਵਾ ਦੋਨੋਂ, ਹੈ ਨਾ। ਅੰਜਲੀ ਦੀ ਹਾਲਤ ਕੀ ਸੀ ਤੁਸੀਂ ਸਾਰਿਆਂ ਨੇ ਦੇਖੀ ਸੀਗੀ, ਤੇ ਅੱਜ ਬੈਕ 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 ਲਿਆਇਆ ਕਰ ਬੈਕ ਕਰਕੇ, ਹਾਂ ਇੱਦਾਂ। ਤੇ ਅੱਜ ਉਹੀ ਅੰਜਲੀ ਭੈਣ ਹੈ ਨਾ ਵੀਲ ਚੇਅਰ ਤੇ ਬੈਠੀ ਆ, ਪੈਰਾਂ ਦੇ ਨਾਲ ਵੀਲ ਚੇਅਰ ਵੀ ਰੋੜ ਲੈਣ। ਬੈਕ ਹੀ ਲੈ ਚੱਲਿਆ ਕਰ ਵੀਰੇ, ਬੈਕ ਹੀ ਲੈ ਕੇ ਜਾਇਆ ਕਰ, ਬੈਕ ਨਾਲ ਕੀ ਹੁੰਦਾ ਸੇਫ ਰਹਿੰਦਾ। ਤੇ ਅੱਜ ਅੰਜਲੀ ਭੈਣ ਸਾਡੀ ਠੀਕ ਆ, ਅੰਜਲੀ ਭੈਣ ਠੀਕ ਆ ਹੁਣ ਤੂੰ? ਅੰਜਲੀ ਭੈਣ ਸਾਡੀ ਜਮਾਂ ਹੀ ਠੀਕ ਹੋ ਚੱਲੀ, ਤੇ ਤੁਹਾਨੂੰ ਅਸੀਂ ਇਹਦੀਆਂ ਉਹ ਤਸਵੀਰਾਂ ਦਿਖਾ ਨਹੀਂ ਸਕਦੇ ਜਿਹੜੇ ਹਾਲਾਤ 'ਚ ਭੈਣ ਸਾਨੂੰ ਮਿਲੇ ਸੀਗੇ। ਤੇ ਸਤਿ ਸ਼੍ਰੀ ਅਕਾਲ ਮਾਂ। ਤੇ ਜਿਹੜੇ ਹਾਲਾਤ 'ਚ ਅੰਜਲੀ ਭੈਣ ਨੂੰ ਉੱਥੋਂ ਅਸੀਂ ਦੇ ਲੈ ਕੇ ਆਏ ਸੀਗੇ ਨਾ, ਤੁਹਾਨੂੰ ਦੂਰੋਂ ਦੂਰੋਂ ਥੋੜ੍ਹਾ ਜਿਹਾ ਝਾਤ ਮਰਵਾ ਦਿੰਦੇ ਹਾਂ। ਦੇਖੋ ਆਹ ਹਾਲਾਤ ਸੀ, ਭੈਣ ਦੇ ਉੱਥੇ ਪਏ ਸੀ, ਹੱਡੀਆਂ ਦਾ ਪਿੰਜਰ ਬਣੇ। ਤੇ ਇਹ ਕਿਸੇ ਟਾਈਮ ਇਹ ਭੈਣ ਸਾਡੀ ਇਸ ਤਰ੍ਹਾਂ ਦੀ ਸੀਗੀ, ਦੇਖੋ ਇਸ ਤਰ੍ਹਾਂ ਦੀ। ਤੇ ਵਕਤ ਨੇ ਇਹਨੂੰ ਇੱਦਾਂ ਦੇ ਹਾਲਾਤਾਂ 'ਚ ਲੈ ਚੱਲ ਵੀਰੇ, ਲੈ ਚੱਲ, ਇੱਦਾਂ ਦੇ ਹਾਲਾਤਾਂ 'ਚ ਖੜਾ ਕਰਤਾ ਸੀਗਾ। ਅਸੀਂ ਤੁਹਾਨੂੰ ਇਹਦੀ ਥੋੜ੍ਹੀ ਜਿਹੀ ਚਿਹੜਾ ਦਿਖਾਉਂਦੇ ਹਾਂ। ਆਹ ਦੇਖੋ, ਆਹ ਚਿਹਰਾ ਭੈਣ ਦਾ, ਜ਼ਖਮ ਉੱਤੇ ਜਿੱਥੇ ਮੈਂ ਅੰਗੂਠਾ ਰੱਖਿਆ ਹੋਇਆ ਉਹ ਦਿਖਾ ਨਹੀਂ ਸਕਦੇ। ਆਹ ਸਾਰਾ ਗੰਦ ਬਲੱਡ ਲੱਗਿਆ ਹੋਇਆ ਮੂੰਹ ਤੇ। ਆਹ ਪਾਣੀ ਅਸੀਂ ਪਿਲਾਇਆ ਸੀ ਭੈਣ ਨੂੰ ਜਾ ਕੇ ਜਦੋਂ ਉੱਥੇ ਗਏ, ਤੇ ਬਸ ਇੱਦਾਂ ਹੀ ਪਈ ਸੀਗੀ ਉੱਥੇ ਭੈਣ ਵਿਚਾਰੀ। ਮਾਂ ਜਿਹੜਾ ਭਰਾ ਸੀ ਇਹਦਾ ਰੋੜੀ ਲਈ ਜਾਂਦਾ, ਇਹਦੇ ਮੂੰਹ 'ਚ ਚਾਹ ਦੀ ਦੋ ਘੁੱਟਾਂ ਪਾ ਦਿੰਦਾ ਸੀਗਾ, ਬ੍ਰੈਡ ਪਾ ਦਿੰਦਾ ਸੀ। ਪੂਰੀ ਬੋਡੀ ਆਹ ਸਾਈਡ ਦੀ ਸਾਰੀ ਕੀੜੇ ਖਾ ਗਏ ਸੀ, 3 ਮਹੀਨੇ ਹੋ ਗਏ ਸੀ ਇੱਦਾਂ ਫਰਸ਼ ਤੇ ਪਈ ਨੂੰ। ਜਿਹੜਾ ਪਾਸਾ ਫਰਸ਼ ਤੇ ਲੱਗਿਆ ਹੋਇਆ ਸੀਗਾ ਉਹ ਕੋਮਲ ਉਰਿਆ, ਉਹ ਸਾਰਾ ਏਰੀਆ ਜਿਹੜਾ ਸੀਗਾ ਉਹ ਥੱਲੇ ਲੱਗਣ ਕਰ ਕੋਮਲ ਉਰਿਆ, ਉਹ ਸਾਰੇ ਕੀੜੇ ਖਾ ਗਏ ਸੀਗੇ ਭੈਣ ਅੰਜਲੀ ਦੇ। ਅੱਜ ਉਹੀ ਭੈਣ ਨੂੰ ਵਧੀਆ ਇਸ਼ਨਾਨ ਪਾਣੀ ਹੁੰਦਾ ਵਾ, ਵਧੀਆ ਇੱਕ ਜ਼ਿੰਦਗੀ ਜਿਉਂਦੀ ਹੈ ਸਾਡੀ ਭੈਣ, ਹੈ ਨਾ। ਸਤਿ ਸ਼੍ਰੀ ਅਕਾਲ ਭੈਣੇ। ਤੇ ਭੈਣ ਹਰਜੀਤ ਭੈਣ ਆ, ਬੈਗ ਬਹੁਤ ਵੱਧ ਗਏ ਨੇ, ਬੈਗ ਫੇਰ ਵੱਧ ਗਏ, ਪਤਾ ਨਹੀਂ ਕਿੱਥੋਂ ਆ ਜਾਂਦੇ ਨੇ। ਮੈਂ ਬਾਹਰੋਂ ਇੱਕ ਵੀ ਕੱਟਾ ਹੁੰਦਾ ਨਾ ਆਟੇ ਵਾਲਾ, ਉਹਦੇ ਵਿੱਚ ਲਿਆਨੀ ਆ ਕੱਪੜੇ। ਇੱਕ ਨਾ ਮੇਰੀ ਬੇਨਤੀ ਆ ਮਾਈਆਂ ਭੈਣਾਂ ਨੂੰ ਸਾਰੀਆਂ ਨੂੰ ਹੀ, ਕੋਈ ਵੀ ਅੰਦਰ ਬੈਗ ਨਹੀਂ ਚਾਹੀਦਾ ਕੱਪੜਿਆਂ ਦਾ। ਜਿਹੜੇ ਕੱਪੜੇ ਤੁਸੀਂ ਪਾਉਨੇ ਹੋ ਉਹ ਹਰਜੀਤ ਭੈਣ ਤੋਂ ਲੈਣੇ ਆ। ਆਪਾਂ ਅਲਮਾਰੀਆਂ ਦੇ ਵਿੱਚ ਸਾਰਿਆਂ ਦੇ ਨਵੇਂ ਕੱਪੜੇ ਰੱਖੇ ਹੋਏ ਆ, ਸੂਟ ਹਰ ਰੋਜ਼ ਚਾਹੇ ਨਵੇਂ ਪਾਵੋ, ਹਰ ਰੋਜ਼ ਚਾਹੇ ਅਲੱਗ ਅਲੱਗ ਤਰ੍ਹਾਂ ਦੇ ਪਾਵੋ, ਪਰ ਇੱਥੇ ਬੈਗ ਇਕੱਠੇ ਕਰਕੇ ਨਹੀਂ ਕੱਪੜਿਆਂ ਦੇ ਰੱਖਣੇ ਗੇ। ਜਿਹਦੇ ਵੀ ਮੰਜੇ ਥੱਲੇ ਬੈਗ ਹੋਊਗਾ ਉਹ ਭੈਣ ਨੂੰ ਹਰਜੀਤ ਨੂੰ ਦੇ ਦਿਓ। ਹਰਜੀਤ ਭੈਣ ਤੁਸੀਂ ਕਲੈਕਟ ਕਰ ਲਓ ਸਾਰਿਆਂ ਨੇ, ਮੈਂ ਲੈ ਕੇ ਦਿੰਦਾ। ਮਾਂ ਸਤਿ ਸ਼੍ਰੀ ਅਕਾਲ, ਮੇਰੀ ਮਾਂ ਚਾਹ ਪੀਣੀ ਆ, ਮੇਰੀ ਮਾਂ ਨੇ ਦਿੰਦਾ ਪੈਸੇ ਵੀ ਦਿੰਦਾ, ਪੈਸੇ ਦਿਓ ਬੇਬੇ ਵਾਲੇ ਹੈਗੇ ਆ ਭੈਣੇ, ਮਾਤਾ ਦੇ ਪੈਸੇ ਹੈਗੇ ਪਏ। ਠੀਕ ਆ ਮਾਂ, ਤੁਸੀਂ ਠੀਕ ਹੋ ਹੁਣ? ਆ ਚਾਹ ਪੀ ਲਓ ਪਹਿਲਾਂ, ਹੁਣ ਹੋ ਗਈ ਸਾਰੀ ਠੀਕ ਹੋ ਗਈ ਮੇਰੀ ਮਾਂ, ਹੈ ਨਾ। ਹੁਣ ਆਪਾਂ ਨਾ ਮਾਂ ਤੁਰਨ ਲੱਗ ਜਾਣਾ, ਤੁਰਨ ਅੱਛਾ ਹਾਂ, ਤੁਰ ਕੇ ਫਿਰ ਆਪਾਂ ਜਾਣਾ, ਕਿੱਥੇ ਜਾਣਾ ਤੁਰ ਕੇ ਆਪਾਂ? ਗਾਜੀ ਗੁੱਲੇ ਹਾਂ ਦੇਊਂਗਾ ਮਾਂ, ਦੇਊਂਗਾ ਪੈਸੇ ਆਪਦੀ ਮਾਂ ਨੂੰ ਮੈਂ, ਕਿਉਂ ਨੀ ਦੇਣੇਗੇ ਪੈਸੇ? ਪੈਸੇ ਦਿਓ ਖੁੱਲੇ ਹੈਗੇ ਜੇਬ ਕਰੀ ਦਿਓ ਭੈਣ, ਦਿੰਨੇ ਆ ਮਾਂ ਚਾਹ, ਬਹਿ ਜਾਓ ਬਹਿ ਜਾਓ, ਉਰੇ ਨੂੰ ਹੋ ਜਾ, ਉਰੇ ਨੂੰ ਆ ਜਾ ਮਾਂ ਮੇਰੇ ਕੋਲੇ ਨੂੰ, ਮਾੜੀ ਜੀ ਉਰੇ ਨੂੰ ਆ ਜਾ। ਹੋਰ ਮੇਰੀ ਬੇਬੇ ਚੰਡੀਗੜ੍ਹ ਵਾਲੀ ਏ, ਕਿਵੇਂ ਆ ਤਕੜੀਆਂ ਚੰਡੀਗੜ੍ਹ ਵਾਲੀ ਬੇਬੇ, ਜਿਉਂਦੀ ਵਸਦੀ ਰਹਿ ਮੇਰੀ ਮਾਂ। ਬਹਿ ਜਾ ਮਾਂ, ਇਹਨੂੰ ਵੀ ਮਾਂ ਨੂੰ ਦੋਨਾਂ ਨੂੰ ਦਿਖਾ, ਹੌਲੀ ਪੀਣਾ, ਹੌਲੀ ਡੁੱਲਦੀ ਹੈ ਚਾਹ ਵਿੱਚ, ਕੱਪੜਿਆਂ ਤੇ ਡੁੱਲੀ ਜਾਂਦੀ ਹੈ ਮਾਂ, ਹਾਂ ਡੁੱਲਣੀ ਨੀ ਆਪਾਂ, ਹੌਲੀ ਹੌਲੀ ਪੀਣੀ ਹੈ, ਹੌਲੀ ਹੌਲੀ ਆਰਾਮ ਨਾਲ, ਹਾਂ ਆਰਾਮ ਨਾਲ ਪੀਣੀ, ਦੇ ਦੋ ਬਸ, ਆ ਰੱਖ ਲਓ।
पता नहीं कह तो फिर जाते जवान तो भी मैं नहीं फिरदा मेरी मां जवान तो बह जा बेबे बह जा बैठी बटन लग दे नहीं। अच्छा बटन मैं ला देना मां मैं ला देना बटन मोटी होगी तू मोटी चंडीगढ़ वाली ए बेबे हां चाह पी ला पहले चाह पी ला मां फिर दिना मैं बह जा आ ले चाह तो तू पी ली हुण आ ले पहला पैसे ले ला पैसे तेनू मैं पैसे तो दे दने तेनू भी चंडीगढ़ वाली बेबे आ चक तू भी लै फड़ पैसे गल मुक्ति दी मज दे दंद नहीं गिनी दे बस रख ला चुप करके बेबे चुप कर जा सारे नु पता लग जूगा कोल फड़ ला नोट ले फड़ एक नोट होर फड़ ला अच्छा ए 500 दे नोट ने मां दसी ना किसे नु ਆਉਂਦੇ ਲੜ ਨਾਲ ਬੰਨ ਲਾ ਚੁੰਨੀ ਦੇ ਨਾਲ ਮੈਂ ਬਾਪੂ ਤੇਰੇ ਨਾਲ ਹੀ ਜੀਨੀ ਆ ਮੇਰੀ ਮਾਂ ਵਾ ਮੈਂ ਵੀ ਤੇਰੇ ਨਾਲ ਹੀ ਜੀਨਾ ਵਾ ਮਾਂ ਇਹਨਾਂ ਮਾਵਾਂ ਦਾ ਪਿਆਰ ਆ ਜਿਹੜਾ ਨਾ ਆ ਭੈਣੇ ਤੇਲ ਚੱਕੇ ਥੱਲੇ ਡੁੱਲ ਜਾਣਾ ਪੈਰ ਵੱਜ ਕੇ ਕਿਸੇ ਦਾ ਤੇ ਇਹ ਪਿਆਰ ਲੱਖੀ ਨਾ ਕਰੋੜੀ ਇਹ ਕਿਤੇ ਨੀ ਮਿਲਦਾ ਅਸੀਂ ਭਾਗਾਂ ਵਾਲੇ ਆ ਵੀ ਜਿਹੜਾ ਕਰਮਾਂ ਵਾਲੇ ਆ ਜਿਹੜਾ ਸਾਨੂੰ ਇਹ ਪਿਆਰ ਮਿਲਿਆ ਮਾਵਾਂ ਦਾ ਬਾਹਰ ਨਾ ਬਿੱਲੇ ਉਹ ਭੈਣ ਆਏ ਹੋਏ ਜਿਹਨਾਂ ਨੂੰ ਆਪਾਂ ਰਾਤ ਨੀ ਫੋਨ ਕੀਤਾ ਸੀ ਜਿਹੜੇ ਡੀਐਸਓ ਮੈਡਮ ਦੇ ਨਾਲ ਲੱਗੇ ਹੋਏ ਮਿਸ ਕਾਲ ਆਈ ਉਹਨਾਂ ਦੀ ਬਹਿ ਜਾ ਬੇਬੇ ਚੰਡੀਗੜ੍ਹ ਵਾਲੀਏ ਨਹੀਂ ਬੈਠੀ ਬੇਬੇ ਖੜੀ ਹੋ ਗਈ ਤੂੰ ਦੁੱਧ ਪੀ ਲਾ ਘੁੱਟ ਕੇ ਦੁੱਧ ਪੀ ਲਾ ਲੈ ਠੰਡਾ ਹੋ ਗਿਆ ਤਾਂ ਨਾ ਥੋੜਾ ਗਰਮ ਲਿਆਉਣਾ तू ही पीला गगू मैं पिना आपे हथ नहीं लाना मैं पिना मैं पिना डुल जूगा आपे पी ली डुलूगी तो नहीं पी 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 अपने आप ही हौली 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 पीना हौली हौली आराम ना देखो गगू दे साडी दे किन्ने सोहने कपड़े पाए है ना ये भैन भरावां दे कपड़े हैलो हां जी भैने आ गए तुसीं ठीक है भैने कोई ना मैं तां थोड़ी रिंग आई करके मैं पुछे ਅਸੀਂ ਨਾ ਲਾਈਵ ਹੋਏ ਹੋਏ ਆ ਬਾਅਦ ਚ ਕਰਦੇ ਥੋੜਾ ਗੱਲ ਫਿਰ ਤੇ ਅੱਜ ਗੱਗੂ ਭੈਣ ਦੇ ਕੱਪੜੇ ਆ ਜਿਹੜੇ ਪਾਇਆ ਕਿੰਨਾ ਸੋਹਣਾ ਹੈ ਨਾ ਸੂਟ ਆ ਇਹ ਸੰਗਤ ਸਾਨੂੰ ਏਦਾਂ ਦੇ ਕੇ ਜਾਂਦੇ ਆ ਹੁਣ ਜਿਵੇਂ ਭੈਣਾਂ ਵਾ ਸਾਡੀਆਂ ਘਰਾਂ ਚ ਕੱਪੜੇ ਪਾਉਂਦੇ ਆ ਆਪਾਂ ਨਾ ਜਿਹੜੇ ਉਹ ਕੱਪੜੇ ਖਰਾਬ ਹੋ ਜਾਂਦੇ ਆ ਵਧੀਆ ਕੱਪੜੇ ਹੋਣ ਸਾਫ਼ ਸੁਥਰੇ ਬਹੁਤ ਸਾਰੇ ਲੋਕ ਸਾਨੂੰ ਇੱਥੇ ਕੱਪੜੇ ਦੇ ਜਾਂਦੇ ਆ ਗੰਦੇ ਖਰਾਬ ਹੋਏ ਫਟੇ ਹੋਏ ਜਾਂ ਛਿੱਜੇ ਹੋਏ ਪਲੀਜ਼ ਉਦਾਂ ਦੇ ਕੱਪੜੇ ਨਾ ਦਿਆ ਕਰੋ ਬਿਲਕੁਲ ਜੇ ਦੇਣੇ ਆ ਸਾਫ਼ ਸੁਥਰੇ ਕੱਪੜੇ ਜਿੱਦਾਂ ਦੇ ਆਪਾਂ ਘਰੇ ਪਾਉਂਦੇ ਆ ਆਪਾਂ 2 ਸਾਲ ਖੰਡ ਪਾ ਲਿਆ ਉਦੋਂ ਬਾਅਦ ਆਪਾਂ ਉਹਨੂੰ ਸੁੱਟਦੇ ਆ ਤਾਂ ਇੱਥੇ ਪਹੁੰਚਦਾ ਕਰਦਿਆ ਕਰੋ ਪਰ ਹੋਵੇ ਸਾਫ਼ ਸੁਥਰਾ ਕੱਪੜਾ ਹਾਂਜੀ ਮਾਂ ਚੱਲਾਂਗੇ ਮਾਂ ਗਾਜੀ ਗੁੱਲੇ ਤੂੰ ਵੀ ਜਾਣਾ ਮੈਂ ਵੀ ਜਾਣਾ ਇਕੱਠੇ ਚੱਲਾਂਗੇ ਦੋਨੇ ਮਾਂ ਪੁੱਤ ਠੀਕ ਆ ਪਰ ਰੋਇਆ ਨਾ ਕਰ ਐਵੇਂ ਤੂੰ ਅੱਛਾ ਖੁਸ਼ ਰਿਹਾ ਕਰ ਹੱਸਦੀ ਖੇਡਦੀ ਰਿਹਾ ਕਰ ਵਾ ਮੱਟੂ ਬੇਬੇ ਸੁਣਦੀ ਨੀ ਤੇ ਦਿਨੇ ਬਿੱਲਾ ਕਿੱਥੇ ਬਿੱਲੇ ਨੂੰ ਆਵਾਜ਼ ਮਾਰਿਓ ਨਹੀਂ ਉਹ ਤਾਂ ਬਿੱਲੇ ਨੂੰ ਆਵਾਜ਼ ਮਾਰੀ ਕਾਕਾ ਉਹ ਆਈ ਨੀ ਭੈਣ ਉਹ ਬੇਬੇ ਰਾਤ ਨੂੰ ਮੰਜੇ ਤੋਂ ਨਾ ਉਤਰਿਆ ਕਰ ਥੋੜੀਆਂ ਹੀ ਰੱਖਿਆ ਕਰੋ ਪਕੌੜੀਆਂ ਵਗੈਰਾ ਰਾਤ ਨੂੰ ਜੇ ਮੰਗਦਾ ਹੁੰਦਾ ਕੋਈ ਦੇ ਦਿਆ ਕਰੋ ਕਿਹਦੀ ਹੁੰਦੀ ਡਿਊਟੀ ਰਾਤ ਨੂੰ ਹਾਂ ਜੇ ਕੋਈ ਏਦਾਂ ਦੀ ਚੀਜ਼ ਮੰਗਦੀ ਹੈ ਨਾ ਭੈਣ ਮਾਂ ਦੇ ਦਿਆ ਕਰੋ ਕੋਈ ਨਾ ਥੋੜੀਆਂ ਜਿਹੀਆਂ ਪਕੌੜੀਆਂ ਦਾ ਇੱਕ ਪੈਕਟ ਰੱਖ ਲਓ ਜਿਵੇਂ ਇਹ ਤਾਂ ਬੱਚਿਆਂ ਵਾਲਾ ਦਿਮਾਗ ਆ ਦੇਖ ਤਾਂ ਦੋਨਾਂ ਨੂੰ ਦਿਖਦਾ ਆਪਣੇ ਘਰ ਚ ਬਿੱਲੇ ਇੱਧਰ ਆ ਕਾਕਾ ਉਹ ਭੈਣ ਆਈ ਨੀ ਗਈ ਇੱਕ ਆਪਣਾ ਹੀ ਪਰਿਵਾਰ ਆ ਇਹਨਾਂ ਦਾ ਦਿਮਾਗ ਬੱਚਿਆਂ ਵਾਲਾ ਆਪਣੇ ਘਰ ਚ ਕਿੰਨੇ ਜਾਣੇ ਨੇ ਜਿਹੜੇ ਤੁਹਾਡੇ ਵਾਲੇ ਪਾਸੇ ਜਿਹੜੇ ਬਲਾਈਂਡ ਨੇ ਅੱਖਾਂ ਤੋਂ ਜਿਹਨਾਂ ਨੂੰ ਦੀਂਦਾ ਨੀ ਕਿੰਨੇ ਜਾਣੇ ਨੇ ਦੋ ਹੀ ਆ ਨਾ ਲੱਖੀਆ ਮਾਤਾ ਹੋ ਗਈ ਭੂਆ ਹੁਣ ਇਹ ਚਾਰੇ ਇੱਧਰ ਆ ਗਏ ਹੁਣ ਭੂਆ ਵੀ ਇੱਧਰ ਆ ਗਈ ਹਾਂ ਹੁਣ 4 ਮੈਂਬਰ ਆ ਦੇਖੋ 4 ਮੈਂਬਰਾਂ ਨੂੰ ਆਪਾਂ ਇੱਕ ਇੱਕ ਟੀਮ ਮੈਂਬਰ ਦਿਨ ਦੇ ਟਾਈਮ ਇਹਨਾਂ ਤੇ ਰੱਖਿਓ ਜਿਹੜਾ ਇਹਨਾਂ ਚਾਰਾਂ ਦਾ ਖਿਆਲ ਰੱਖੇ ਚਾਰਾਂ ਨੂੰ ਇੱਕ ਥਾਂ ਤੇ ਇਕੱਠੇ ਮੰਜੇ ਲਾ ਲਓ ਜੀ
ਇਹਨਾਂ ਵਾਸਤੇ ਖਾਣ ਪੀਣ ਲਈ ਵੀ ਦੂਜਿਆਂ ਨੂੰ ਥੋੜਾ ਸਪੈਸ਼ਲ ਚੀਜ਼ ਦੇ ਦਿਆ ਕਰੋ। ਹਾਂ ਲੈ ਨਾ ਚੱਲਦੇ ਚੱਲਦੇ ਮੈਂ ਚੱਲਦੇ। ਇਹ ਨਾ ਸੌਂਦੀਆਂ ਨੀ ਦੋਨੇ ਬੇਬੇ, ਰਾਤ ਨੂੰ ਨੀਂਦ ਨੀ ਆਉਂਦੀ ਗੀ। ਭੈਣ ਕਹਿੰਦੀ ਆ ਇਹਨਾਂ ਦਾ ਚੈੱਕਅਪ ਕਰਾ, ਚੈੱਕਅਪ ਕਰਾ ਕੇ ਦਵਾਈਆਂ ਚੇਂਜ ਕਰਵਾਉਣ ਵਾਲੀਆਂ ਜੇ ਕੁਝ ਤਾਂ ਚੇਂਜ ਕਰਵਾ ਦਿਓ, ਕੋਈ ਗੱਲ ਨੀ। ਤੁਸੀਂ ਨੋਟਸ ਪਾ ਰਿਆ ਕਰੋ ਹਰਜੀਤ ਭੈਣੇ, ਨੋਟਸ ਪਾ ਰਿਆ ਕਰੋ ਲਿਖ ਕੇ, ਜਾਂ ਮੈਨੂੰ ਨੋਟ ਦੇ ਕਰਾ ਰਿਆ ਕਰੋ ਪਲੀਜ਼। ਜਦੋਂ ਮੈਂ ਮਿਲਦਾ ਹੁੰਦਾ ਨਾ ਵੀ ਮੰਨ ਲਓ ਇੱਕ ਦਿਨ ਨਹੀਂ ਸੁੱਤਾ, ਕੋਈ ਦੋ ਦਿਨ ਨਹੀਂ ਸੁੱਤਾ, 30 ਦਿਨ ਤੱਕ ਘੱਟੋ ਘੱਟ ਪ੍ਰੋਪਰ ਉਹਦਾ ਨੋਟਿਸ ਲਈਏ, ਮੈਨੂੰ ਪਲੀਜ਼ ਦੱਸ ਦਿਆ ਕਰੋ ਤੇ ਆਪਾਂ ਕੋਈ ਨਾ ਫਿਰ ਹੱਲ ਕਰਾਂਗੇ ਇਹਦਾ। ਠੀਕ ਹੈ ਜੀ, ਅੱਜ ਭੇਜਦੇ ਹਾਂ ਹਸਪਤਾਲ ਇਹਨਾਂ ਨੂੰ। ਤੇ ਹਾਂ ਭਾਈ ਕਿਵੇਂ ਆ? ਸਲਾਮ ਵਾਲੇਕਮ। ਵਾਲੇਕਮ ਸਲਾਮ। ਤੇਲ ਡੁੱਲਣਾ ਹੀ ਡੁੱਲਣਾ ਮੈਂ ਭੈਣੇ, ਉੱਥੋਂ ਚੱਕ ਹੁਣ ਉੱਥੇ ਰੱਖ ਦੇਣਾ, ਚੱਕ ਦੋ ਪਰ ਇਹਨੂੰ ਪਾ ਦੋ ਸ਼ੀਸ਼ੀ ਚ ਪਾ ਦੋ ਇਹਨੂੰ। ਚੱਕੂ ਕਿੱਥੇ ਰੱਖਤਾ? ਹਾਂ ਸ਼ੀਸ਼ੀ ਚ ਪਾ ਦੋ, ਸ਼ੀਸ਼ੀ ਚ ਪਾਓ, ਗਲੀ ਕੱਢ ਕੇ ਥੋੜਾ ਤੇਲ ਜਿੰਨਾ ਚਾਹੀਦਾ ਕੱਢ ਲਿਆ ਕਰੋ, ਸ਼ੀਸ਼ੀ ਚ ਪਾਓ। ਇਹਦੇ ਚ ਕੀ ਪਾਈ ਫਿਰਦੇ ਹੋ ਤੁਸੀਂ ਗੱਤੇ ਦੇ ਚ ਭੈਣੇ, ਇਹਦਾ ਪਾਇਆ ਕਰੋ। ਸਲਾਮ ਵਾਲੇਕਮ। ਵਾਲੇਕਮ ਸਲਾਮ। ਠੀਕ ਹੈ ਹੁਣ ਤੂੰ? ਇਹਦਾ ਜਮਾ ਹੀ ਫਰਕ ਪੈ ਗਿਆ ਹੈ ਨਾ ਆਪਰੇਸ਼ਨ ਕਰਾਉਣ ਨਾਲ, ਐਕਟਿਵ ਬਹੁਤ ਹੋ ਗਈ। ਹੱਥ ਕਹਾਂ ਪੇ ਦਰਦ ਹੁੰਦਾ ਦਿਖਾਓ, ਕੌਣ ਸੇ ਹੱਥ ਮੇ, ਯਹਾਂ ਪੇ ਜੋ ਕਟਾ ਹੁਆ ਹੱਥ ਹੈ ਉੱਥੇ ਦਰਦ ਹੁੰਦਾ? ਇਹਦੇ ਨਾ ਇੱਥੇ ਗਰਮ ਪੱਟੀ ਬਣਾ ਦਿਆ ਕਰੋ, ਕਿਉਂਕਿ ਉਹ ਜਿੱਥੋਂ ਕੱਟਿਆ ਹੋਇਆ ਨਾ ਹੁਣ ਠੰਡ ਦੇ ਨਾਲ, ਉੱਥੋਂ ਫਿਰ ਪੇਨ ਹੁੰਦੇ ਹੋਊਗੇ ਇਹਦੇ ਭੈਣ ਦੇ। ਕੋਈ ਬਾਤ ਨਹੀਂ, ਅੱਛਾ ਹੋ ਜਾਏਗਾ ਠੀਕ ਦੀ। ਠੀਕ ਹੈ ਦੀਦੀ, ਬਿਲਕੁਲ ਠੀਕ ਹੋ ਜਾਏਗਾ। ਅੱਛਾ ਜਾਂ ਜਿਵੇਂ ਨਾ ਆਹ ਜਿਵੇਂ ਕੱਪੜਾ ਹੁੰਦਾ ਨਾ ਇਹਨਾਂ ਦਾ, ਇੱਦਾਂ ਹੀ ਇੱਦਾਂ ਕਰਕੇ ਨਾ ਇੱਥੇ ਕੋਈ ਜਰਾਬ ਟਾਈਪ। ਭੈਣੇ ਸੁਣ ਲਓ, ਇੱਧਰ ਧਿਆਨ ਰੱਖੋ ਮੇਰੀ ਗੱਲ ਦਾ, ਜਿਵੇਂ ਆਹ ਬਾਂਹ ਆ ਇਹਨੂੰ ਇੱਦਾਂ ਘੁਮਾ ਕੇ ਨਾ ਇੱਥੇ ਇੱਥੇ ਜਰਾਬ ਟਾਈਪ ਕੋਈ ਚੀਜ਼ ਚਾੜ ਦਿਆ ਕਰੋ, ਜਰਾਬ, ਜਰਾਬਾਂ ਦੋ ਤਿੰਨ ਜਰਾਬਾਂ ਬਣਾ ਲਓ, ਉਹਦੇ ਨਾ ਇੱਧਰ ਲਾਸਟਿਕ ਲਾ ਲਓ, ਇੱਧਰ ਲਾਸਟਿਕ ਲਾ ਲਓ, ਉਹ ਜਰਾਬ ਚਾੜ ਕੇ ਲਾਸਟਿਕ ਇੱਧਰ ਦੀ ਉੱਪਰ ਦੀ ਕੱਢਤੀ, ਇੱਧਰ ਲਾਸਟਿਕ ਆ ਜਾ ਕਰੂਗੀ, ਜਰਾਬ ਫਿਰ ਉਤਰਿਆ ਨਹੀਂ ਕਰੂਗੀ। ਜਿਵੇਂ ਆਪਾਂ ਮਾਸਕ ਨਹੀਂ ਹੈਗਾ ਇੱਦਾਂ ਦੀ ਬਣਾ ਲਓ, ਉਧਰਲੇ ਪਾਸੇ ਚਲੇ ਜਾਇਆ ਕਰੂਗੀ। ਪਕੜਾਉਣਾ ਭੈਣੇ ਸ਼ਹਿਬਾਜ ਕੋ, ਦਿਖਾਉਣਾ, ਨਿਕਾਲਣਾ ਨਿਕਾਲਣਾ ਬਾਹਰ। ਓਏ ਰੋਈ ਜਾਂਦਾ ਤੂੰ, ਠੀਕ ਹੋ ਗਿਆ ਤੂੰ? ਓਏ ਓਏ ਸ਼ਹਿਬਾਜੂ, ਅਰੇ ਕੋਈ ਨੀ, ਸ਼ਹਿਬਾਜ ਦਾ ਕੰਨ ਹਨਾ ਸਿਰਫ ਨਿਸ਼ਾਨ ਜਿਹਾ ਹੀ ਰਹਿ ਗਿਆ, ਠੀਕ ਹੋ ਗਿਆ। ਕੰਨ ਡੁੱਲਦਾ ਸੀਗਾ, ਉਹਦੇ ਵਿੱਚੋਂ ਪਸ ਨਿਕਲਦੀ ਸੀ ਜਿਹੜੀ ਨਾ, ਉਹ ਥੱਲੇ ਲੰਮ ਇੱਥੇ ਆਈ ਜਾਂਦੀ ਸੀ, ਉਹਦੇ ਸਾਰੇ ਸਕਿਨ ਵੀ ਖਰਾਬ ਕਰਤੀ ਸੀ ਇਹਦੀ। ਲੈ 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 ਲੈ, ਇਹ ਭੈਣ ਅੰਮ੍ਰਿਤਸਰ ਤੋਂ ਦਰਬਾਰ ਸਾਹਿਬ ਤੋਂ ਉਸ ਦਿਨ ਲੈ ਕੇ ਆਏ ਸੀ, ਜਿਸ ਦਿਨ ਦਰਸ਼ਨਾਂ ਲਈ ਗਏ ਸੀ ਭੈਣ ਨੂੰ ਹਨਾ। ਇਹ ਭੈਣ ਦਾ ਬੇਟਾ ਵਾ, ਇਹਦਾ ਨਾਂ ਹੈਗਾ, ਕਿਆ ਨਾਮ ਹੈ ਬੇਟੇ ਦਾ ਭੈਣੇ? ਸ਼ਹਿਬਾਜ ਹਨਾ। ਤੁਹਾਡਾ ਕਿਆ ਨਾਮ ਹੈ? ਹੈਂ? ਨਸੀਮਾ। ਤੋ ਪਤੀ ਕਾ ਨਾਮ ਕਿਆ ਹੈ ਤੁਹਾਡੇ ਸ਼ੌਹਰ ਕਾ? ਨਸੀਰ। ਨਸੀਬ, ਕਹਾਂ ਕੀ ਰਹਿਣੇ ਵਾਲੀ ਹੈ ਤੂੰ? ਜੈਪੁਰ ਮੇ ਰਹਤੇ ਹੋ? ਕੌਣ ਸੇ ਮਹੱਲੇ ਮੇ ਹੋਏ ਸ਼ਹਿਬਾਜ? ਕੌਣ ਸੇ ਮਹੱਲੇ ਮੇ ਰਹਤੇ ਹੋ ਜੈਪੁਰ ਮੇ? ਕੌਣ ਸੇ ਮਹੱਲੇ ਮੇ ਰਹਤੇ ਹੋ? ਬਸ ਔਰ ਨਹੀਂ ਕਰਨਾ ਸਾਹਿਬ। ਕੌਣ ਸੇ ਮਹੱਲੇ ਮੇ ਰਹਤੇ ਹੋ ਬਹਿਣ? ਜੈਪੁਰ ਮੇ ਕੌਣ ਸੇ ਮਹੱਲੇ ਮੇ ਹੋ? ਹੈਂ? ਸਭ ਰਹਤਾ ਹੈ? ਨਹੀਂ ਸਭ ਤੋਂ ਰਹਤਾ ਹੈ। ਕੌਣ ਸੇ ਮਹੱਲੇ ਮੇ ਰਹਤੇ ਹੋ? ਦੂਸਰਾ ਜਗ੍ਹਾ ਰਹਤੇ। ਕਿਆ ਨਾਮ ਹੈ ਜਗ੍ਹਾ ਕਾ? ਹੈਂ? ਕਿਆ ਨਾਮ ਹੈ? ਇਹਨੂੰ ਭੈਣ ਨੂੰ ਆਪਾਂ ਜੈਪੁਰ ਪਹੁੰਚਦੇ ਕਰਨਾ ਬੇਬੇ, ਨਹੀਂ ਰੋਣਾ, ਜੈਪੁਰ ਪਹੁੰਚਦੇ ਕਰਨਾ ਜੀ। ਜੇ ਕੋਈ ਵੀਰ ਸਾਡਾ ਵੀਡੀਓ ਦੇਖਦਾ ਜੈਪੁਰ ਤੋਂ, ਜਾਂ ਕੋਈ ਭੈਣ ਸਾਡੀ ਵੀਡੀਓ ਦੇਖਦੀ ਹੈ ਜੈਪੁਰ ਤੋਂ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ, ਤਾਂ ਜੋ ਸ਼ਹਿਬਾਜ ਨੂੰ ਤੇ ਸ਼ਹਿਬਾਜ ਦੀ ਮੰਮੀ ਨਸੀਮਾ ਨੂੰ ਆਪਾਂ ਇਹਦੇ ਹਾਂ ਚੱਲਾਂਗੇ, ਮੈਂ ਚੱਲਾਂਗੇ, ਰੋਣਾ ਨੀਗਾ, ਤੇ ਇਹਨੂੰ ਆਪਾਂ ਇਹਦੇ ਘਰ ਪਹੁੰਚਦਾ ਕਰਨਾ ਵਾ ਨਾ, ਪਲੀਜ਼ ਸਾਡੀ ਇਹ ਬੇਨਤੀ ਆ। ਤੇ ਕੋਈ ਨਾ ਮਾਂ, ਆਪਾਂ ਚੱਲਾਂਗੇ ਕੁਲਵੰਤਪੁਰੇ, ਰੋਣਾ ਨੀ, ਜੇ ਤੂੰ ਰੋਏਗੀ ਫਿਰ ਨੀ ਮੈਂ ਲੈ ਕੇ ਜਾਣਾ, ਠੀਕ ਆ? ਹੱਸ ਕੇ ਖੁਸ਼, ਹਾਂ ਤੈਨੂੰ ਵੀ ਲੈ ਕੇ ਜਾਊ ਨਾਲ, ਨਾਲ ਚੰਡੀਗੜ੍ਹ ਵਾਲੀ ਬੇਬੇ ਵੀ ਜਾਊਗੀ, ਅਸੀਂ ਇਕੱਠੇ ਜਾਵਾਂਗੇ ਗੱਡੀ 'ਚ, ਨਾਲੇ ਤਾਂ ਸਮੋਸੇ ਖਾਵਾਂਗੇ ਰਾਹ 'ਚ ਰੁਕ ਕੇ, ਨਾਲੇ ਗੁਲਾਬ ਜਾਮਣਾ ਖਾਣੀਆਂ ਵਾ, ਕਿਉਂ ਮਾਂ? ਕਿਸੇ ਨੂੰ ਨੀ ਦੇਣੀਆਂ, ਆਪਾਂ ਹੀ ਖਾਣੀਆਂ, ਤੂੰ ਖਾਣੀਆਂ ਗੁਲਾਬ ਜਾਮਣਾ ਤੇ ਮੈਂ ਖਾਣੀਆਂ, ਮਿੱਠਾ ਖਾਵਾਂਗੇ ਗੁਲਾਬ ਜਾਮਣਾ, ਖਾਵਾਂਗੇ ਗੁਲਾਬ ਜਾਮਣਾ, ਕਿਉਂ ਬੇਬੇ ਚੰਡੀਗੜ੍ਹ ਵਾਲੀਏ? ਹਾਂਜੀ, ਗੁਲਾਬ ਜਾਮਣਾ ਖਾਏਂਗੀ ਗਰਮ 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 ਗਰਮ? ਹਾਂ, ਫਿਰ ਉਹ ਖਾਣਾ ਮੈਂ ਆਪਣਾ ਮਿਲਕ, ਉਹ ਖਾਣਾ ਦੂਜਾ ਗਜਰੇਲਾ ਖਾਣਾ, ਗਜਰੇਲਾ ਗਜਰੇਲਾ ਸਵਾਦ ਹੁੰਦਾ ਹਨਾ, ਗਰਮ ਗਜਰੇਲਾ ਖਾਵਾਂਗੇ। ਕਿੱਥੇ ਕਿਸੇ ਨੂੰ ਨੀ ਦੱਸਣਾ, ਆਪਾਂ ਦੋਨੇ ਜਾਣੇ ਗੱਡੀ ਜਦੋਂ ਜਾਵਾਂਗੇ ਉਦੋਂ ਖਾ ਕੇ ਆਵਾਂਗੇ। ਅੱਛਾ, ਹਾਂ ਇੱਥੇ ਨੀ ਬੇਬੇ ਗੱਲ ਕਰਨੀ ਕਿਸੇ ਕੋਲੇ, ਚੁੱਪ ਕਰ ਜਾ, ਚੁੱਪ ਕਰ ਜਾ, ਚੁੱਪ, ਹੁਣ ਨੀ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਨਾ, ਮੈਂ ਤੇਰੇ ਕੋਲੇ ਆ, ਤੇਰੇ ਨਾਲ ਜਾਊਂਗਾ ਮੈਂ ਤਾਂ, ਠੀਕ ਆ।
चलो भाई सत्या हो सिमरन तकड़ी है। चंगा भाई गर्ग निशा गर्ग भैन तकड़ी रह भैन का ना ऑपरेशन करवाया सीगा। डॉक्टर ने कहा सी ऑपरेशन नाल जां तां बिल्कुल ठीक हो जूगी ते जां फिर कोई समस्या वड्डी भी आ सकती है। ऑपरेशन करना बहुत जरूरी सी ब्रेन का। इहदा भैण दा ना पास्यों देखो डॉक्टर ने सारे बाल कटते सीगे ऑपरेशन करिया इत्थों सिर खोल के खोपड़ी ना अंदरों एक छोटी जी सिस्ट सीगी एक छोटी जी रसौली टाइप सीगा उह कढ़ता विच्चों ते हुण इह एक्टिव हो गई भैण। इधर ये हसबेंड वाइफ साढ़े को आए हुए ने है ना ये भैन अज तो एक साल डेढ़ साल पहला सानू लुधियाने रोड़ा पैलेस सिरमे वाले पास्यों मिली सी सड़क ते बहुत माड़े हालातां सीगी मैंटली अपसैट सी ते उस तो बाद वीडियो शेयर की ते इहदा घर लभ गया सी। ये भैन फलौर की रहने वाली सी फलौर के कोल किहड़ा पिंड है रायपुर राइयां फिर घरे चले गई सी भैन इहदे हसबेंड लै गए सी इहदी दवाई असीं इहनूं कहा सी वी चालू रखी मैंटली ठीक नहीं गी इहदा दवाई चलनी जरूरी आ दवाई लेके भी गया एक बार आया सी ना बस उदू मुड़ के दवाई लैन नहीं आया उहदे हालात फिर उदां ही हो गए भैन दे हाथ उहदा गल गया कीड़े पै गए हाथ हुण इस बार जदों लैके आया पूरा हाथ गलिया होया कीड़े पए होए इन्नी बुरी हालत सीगी भैन दी पूरे हाथ देखिया नहीं सी जांदा हुण हाथ पूरा डैमेज हो गया इहदा बेचारी दा कमजोर हो गई की होया की सी हाथ नूं घरे आप ही तू कि मेंटली ठीक नहीं दौरे पेंदे भैन नूं रोटी लाऊगी चुल्हे ते उत्ते डिग पई तवे ते उत्ते सारा हाथ मच गया बिच गरीब दिया मजबूरिया नूं कोई नहीं देखता गरीब दिया तकलीफा नूं कोई नहीं सुनता गरीब दे हालातां नूं कोई नहीं समझता बस ते पातशाह ही आ अकाल पुरख वाहिगुरु ही आ जिहड़ा डिग्गिया नूं हाथ पा के खड़ा कर दे जिहड़ा हौसला दिंदे ने उही आसरा दिंदे ने उही सिर ते हाथ रखदे ने उही उहनां नरक वर्गे हालातां चों बाहर कढ़दे ने। साडे वर्गियां नूं भी सच्चे पातशाह ने कलजुगियां नूं चंगे पासे लाया होया। बहुत धन्नवाद जी। वाहिगुरू जी का खालसा वाहिगुरू जी की फतेह। साडे सुपनियां दे घर दियां मावां दी रहायश दे बाहर खड़े हां जल्दी जल्दी महाराज कृपा करन वड्डा घर बना सकीए सुपनियां दा जिथे सारे खुले होके चंगे तरीके नाल रहण अलग अलग नहाउण वास्ते प्रबंध होण कपड़े पाउण नूं तैयार होण नूं प्रबंध होण। वाहिगुरू जी का खालसा वाहिगुरू।